ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜੇਹਾ ਤੂੰ ਕਰਾਏ ਤੇ ਹਉ ਕਰੀ ਬਖਿਆਨ ਦਾਸਨ ਦਾਸ ਕਹੇ ਜਨ ਨਾਨਕ ਜੇਹਾ ਤੂੰ ਕਰਾਏ ਤੇ ਹਉ ਕਰੀ ਬਖਿਆਨ ਬੇਸਮਾਰ ਥਾ ਅਗਨਤ ਤੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ ਯੁਗ ਯੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਵਿੱਤਰ ਹਾਜ਼ਰੀ ਭਰ ਰਹੇ ਦੂਰ ਨੇੜੇ ਤੋਂ ਚੱਲ ਕੇ ਸਤਿਸੰਗ ਦੇ ਵਿੱਚ ਜੁੜ ਕੇ ਬੈਠੀ ਸਾਧ ਸੰਗਤ ਜੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਜੀਵਨ ਦੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਪਰਮੇਸ਼ੁਰ ਨਾਲ ਭੇਦ ਹੋਏ ਮਹਾਂਪੁਰਸ਼ਾਂ ਦੇ ਤਪ ਸਥਾਨ 'ਤੇ ਬਹੁਤ ਵੱਡਿਆਂ ਭਾਗਾਂ ਨਾਲ ਸਮਾਂ ਪ੍ਰਾਪਤ ਹੋਇਆ ਹੈ। ਪਿੰਡਾਂ ਨਗਰਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜੋ ਸੰਗਰਾਂਦ ਦੇ ਦਿਹਾੜੇ ਪਿੰਡਾਂ ਨਗਰਾਂ ਵਿੱਚ ਮਨਾਏ ਜਾਂਦੇ ਹਨ ਮਹਾਂਪੁਰਸ਼ਾਂ ਦੀ ਮਰਯਾਦਾ ਹੈ, ਪੁਰਾਤਨ ਸਿੱਖ ਧਰਮ ਦੀ ਵੀ ਮਰਯਾਦਾ ਚੱਲੀ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਮਹੀਨੇ ਦਾ ਨਾਮ ਸਰਵਣ ਕਰ ਲਈਏ ਤਾਂ ਮਹੀਨਾ ਬੜਾ ਸੋਭਨੀਕ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਵੀ ਬਹੁਤ ਸਾਰੇ ਗੁਰਮੁਖਾਂ ਨੇ ਮਹੀਨੇ ਦਾ ਨਾਮ ਸਰਵਣ ਕਰ ਲਿਆ ਹੋਵੇਗਾ, ਪਰ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਮਹਾਨ ਪੁਰਸ਼ਾਂ ਦੇ ਤਪ ਅਸਥਾਨਾਂ 'ਤੇ ਹਾਜ਼ਰੀ ਭਰਨੇ, ਤੀਰਥ ਦੀ ਯਾਤਰਾ। ਇੱਕ ਤੀਰਥ ਦੀ ਯਾਤਰਾ ਦਾ ਲਾਭ ਹੈ, ਦੂਸਰਾ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਦਾ ਲਾਭ ਹੈ। ਸੋ ਸਮਾਂ ਪ੍ਰਾਪਤ ਹੋਇਆ ਹੈ ਥੋੜ੍ਹੇ ਸਮੇਂ ਵਾਸਤੇ ਜੋ ਸਤ ਦੀ ਵਿਚਾਰ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਭ ਜੀਵਾਂ ਦੇ ਮਨੁੱਖ ਜਾਤੀ ਦੇ ਆਧਾਰ ਵਾਸਤੇ ਸਤ ਦੀ ਵਿਚਾਰ ਜੋ ਉਪਦੇਸ਼ ਸੰਸਾਰ ਨੂੰ ਬਖਸ਼ਿਆ ਹੈ ਉਹ ਉਪਦੇਸ਼ ਵੱਖ ਵੱਖ ਢੰਗ ਤਰੀਕਿਆਂ ਦੇ ਨਾਲ ਆਪਣੀ ਆਪਣੀ ਖੋਜ ਮੁਤਾਬਕ ਬਹੁਤ ਸਾਰੇ ਵਿਦਵਾਨ ਲੋਕ, ਬਹੁਤ ਸਾਰੇ ਮਹਾਤਮਾ ਅਨੁਭਵ ਦੇ ਅਨੁਸਾਰ ਸੰਸਾਰ ਦੇ ਲੋਕਾਂ ਨੂੰ ਗਿਆਨ ਦੇ ਕੇ ਔਰ ਜੀਵਾਂ ਦਾ ਭਲਾ ਕਰਨ ਵਾਸਤੇ ਉਹਨਾਂ ਨੂੰ ਸਹੀ ਮਾਰਗ ਦਰਸਾਉਂਦੇ ਹਨ। ਸਹੀ ਮਾਰਗ ਦਾ ਪਤਾ ਚੱਲ ਜਾਵੇ ਫਿਰ ਤੁਰਦੇ ਹੋਏ ਮਨੁੱਖ ਦੀ ਵਾਟ ਐਵੇਂ ਬੇਅਰਥ ਨਹੀਂ ਜਾਂਦੀ। ਜੇ ਰਸਤਾ ਕਿਤੇ ਗਲਤ ਪੈ ਜਾਵੇ ਤਾਂ ਵਾਟ ਬੇਅਰਥ ਚਲੇ ਜਾਂਦੀ ਹੈ। ਭੁੱਲੇ ਹੋਏ ਮਨੁੱਖ ਦੀ ਦੌੜ ਭੱਜ ਕਿਤੇ ਕੰਮ ਨਹੀਂ ਆਉਂਦੀ। ਜਿਹੜਾ ਮਨੁੱਖ ਸਹੀ ਰਸਤੇ 'ਤੇ ਤੁਰਿਆ ਹੈ ਉਹਦੀ ਕੀਤੀ ਹੋਈ ਵਾਟ ਅਰਥ ਦੇ ਵਿੱਚ ਆ ਜਾਂਦੀ ਹੈ। ਜਿਨ੍ਹਾਂ ਨੂੰ ਸਹੀ ਮਾਰਗ ਪ੍ਰਾਪਤ ਹੋਇਆ ਹੈ, ਜਿਹੜੇ ਸਹੀ ਮਾਰਗ 'ਤੇ ਸੰਸਾਰ ਵਿੱਚ ਤੁਰੇ ਔਰ ਗੁਰੂ ਨਾਨਕ ਦਾ ਸਰੂਪ ਬਣੇ, ਉਹਨਾਂ ਦੇ ਪਵਿੱਤਰ ਅਸਥਾਨ 'ਤੇ ਸੰਸਾਰ ਦੇ ਲੋਕ ਹੋਰ ਵੀ ਬਹੁਤ ਸਾਰੇ ਉਹਨਾਂ ਮਹਾਤਮਾ ਤੋਂ ਇਸ ਰਸਤੇ ਦੀ ਬਾਬਤ ਪੁੱਛਿਆ ਅਤੇ ਉਸ ਰਸਤੇ ਨੂੰ ਮੰਜ਼ਿਲ ਨੂੰ ਤੈਅ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਗਏ। ਬਹੁਤ ਸਾਰੇ ਮਹਾਤਮਾ ਉਹਨਾਂ ਤੋਂ ਸਿਕਸ਼ਾ ਲੈ ਕੇ
ਉਹ ਸਿੱਖਿਆ ਨੂੰ ਗ੍ਰਹਿਣ ਕਰਕੇ, ਦੱਸੇ ਹੋਏ ਮਾਰਗ ਨੂੰ ਗ੍ਰਹਿਣ ਕਰਕੇ ਸਹੀ ਤਰੀਕੇ ਦੇ ਨਾਲ ਉਸ ਨਿਰੰਕਾਰ ਦੇ ਜਿੱਥੋਂ ਮਨੁੱਖ ਆਇਆ ਸੀ, ਜਿੱਥੋਂ ਵਿਛੜਿਆ ਸੀ, ਉੱਥੇ ਪਹੁੰਚਣ ਤੱਕ ਸਮਰੱਥ ਹੋ ਗਏ। ਪਰਮੇਸ਼ੁਰ ਤੱਕ ਪਹੁੰਚਣਾ, ਪਰਮੇਸ਼ੁਰ ਤੱਕ ਜਾਣਾ ਇਹ ਬੜੀ ਔਖੀ ਘਾਟੀ ਹੈ। ਕੇਵਲ ਵਿਦਵਾਨਾਂ ਪਿੱਛੇ ਲੱਗ ਕੇ, ਵਿਦਵਾਨਾਂ ਦੇ ਮਗਰ ਦੁਨੀਆ ਤੁਰਦੀ ਹੈ। ਉਹਨਾਂ ਦਾ ਆਪਣਾ ਗਿਆਨ ਹੈ, ਇੱਕ ਮਾਰਗ 'ਤੇ ਤੁਰ ਚੁੱਕੇ ਨੇ। ਇੱਕ ਮਨੁੱਖ ਨੇ ਮੰਜ਼ਿਲ ਤੈਅ ਕਰ ਲਈ ਹੈ, ਉਹ ਤੈਅ ਕਰਨ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਦਾ ਹੈ ਇਹ ਰਸਤੇ ਵਿੱਚ ਕਿੱਥੇ ਕਿੱਥੇ ਰੁਕਾਵਟ ਆਉਣੀ ਹੈ, ਕਿਹੜੀ ਕਿਹੜੀ ਜਗ੍ਹਾ 'ਤੇ ਤੈਨੂੰ ਰੁਕਾਵਟ ਪਵੇਗੀ, ਔਰ ਉਸ ਰੁਕਾਵਟ ਨੂੰ ਦੂਰ ਕਰਨ ਦਾ ਢੰਗ ਤਰੀਕਾ ਫਿਰ ਮਹਾਤਮਾ ਲੋਕ ਦੱਸ ਦਿੰਦੇ ਆ। ਇਹ ਵੇਲੇ ਕੇਵਲ ਵਿਦਵਤਾ ਦੇ ਅਨੁਸਾਰ ਹੀ ਵਿਦਵਾਨ ਲੋਕ ਕਿਤਾਬਾਂ ਪੜ੍ਹ ਕੇ ਮੰਜ਼ਿਲ ਉਹਨਾਂ ਨੇ ਤੈਅ ਨਹੀਂ ਕੀਤੀ ਹੁੰਦੀ, ਕੇਵਲ ਗਿਆਨ ਤੱਕ ਸੀਮਿਤ ਹੁੰਦੇ ਨੇ। ਕਮਾਇਆ ਹੋਇਆ ਗਿਆਨ ਨਹੀਂ ਹੁੰਦਾ, ਉਹਦੇ ਪਿੱਛੇ ਲੱਗ ਕੇ ਬਹੁਤ ਸਾਰੇ ਮਨੁੱਖ ਜਦੋਂ ਉਹਨਾਂ ਨੂੰ ਰਸਤੇ ਵਿੱਚ ਰੁਕਾਵਟ ਪੈਂਦੀ ਹੈ ਅਤੇ ਰੁਕਾਵਟ ਨੂੰ ਦੂਰ ਕਰਨ ਵਾਲਾ ਕੋਈ ਮਨੁੱਖ ਨਹੀਂ ਮਿਲਦਾ। ਸਾਹਿਬ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ, ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਇੱਕ ਅਵ ਘੱਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਜਿਸ ਮਾਰਗ 'ਤੇ ਪੰਡਿਤ ਲੋਕ ਵਿਦਵਾਨ ਲੋਕ ਗਏ, ਉਹਨਾਂ ਦੇ ਪਿੱਛੇ ਭੀੜਾਂ ਤੁਰ ਪਈਆਂ, ਬਹੁਤ ਸਾਰੇ ਲੋਕ ਉਹਨਾਂ ਮਗਰ ਚੱਲ ਪਏ, ਕਿਉਂਕਿ ਉਹਨਾਂ ਦਾ ਕਮਾਇਆ ਹੋਇਆ ਰਸਤਾ ਨਹੀਂ ਸੀ, ਉਹਨਾਂ ਨੂੰ ਪਤਾ ਨਹੀਂ ਸੀ, ਕੇਵਲ ਅਤੇ ਕੇਵਲ ਇੱਥੇ ਤੱਕ ਸੀਮਤ ਸਨ। ਉਹਨਾਂ ਨੇ ਕਿਤਾਬਾਂ ਪੜ੍ਹ ਕੇ, ਗ੍ਰੰਥ ਪੜ੍ਹ ਕੇ ਉਹਨਾਂ ਵਿੱਚੋਂ ਗੱਲਾਂ ਲੋਕਾਂ ਨੂੰ ਦੱਸ ਦਿੱਤੀਆਂ। ਜਿਹੜੇ ਮਿਹਨਤ ਕਰਕੇ ਸਹੀ ਮੰਜ਼ਿਲ 'ਤੇ ਪਹੁੰਚ ਚੁੱਕੇ ਸਨ, ਉਹਨਾਂ ਦੇ ਕੋਲੋਂ ਸਿੱਖਿਆ ਲੈ ਕੇ ਬਹੁਤ ਸਾਰੇ ਪੁਰਖ ਉਹਨਾਂ ਦੇ ਦਰਸਾਏ ਮਾਰਗ 'ਤੇ ਤੁਰ ਕੇ ਆਪਣੀ ਮੰਜ਼ਿਲ ਤੈਅ ਕਰਕੇ, ਭਾਵੇਂ ਮਾਰਗ ਔਖਾ ਸੀ, ਜਿਹਨੂੰ ਕਬੀਰ ਸਾਹਿਬ ਨੇ ਲਿਖਿਆ ਇੱਕ ਅਵ ਘੱਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਉਸ ਘਾਟੀ 'ਤੇ ਚੜ੍ਹਨਾ ਭਾਵੇਂ ਔਖਾ ਹੈ, ਪਰ ਜਿੰਨਾ ਚਿਰ ਮਨੁੱਖ ਉੱਥੇ ਤੱਕ ਪਹੁੰਚਦਾ ਨਹੀਂ, ਇਹਦਾ ਆਉਣ ਜਾਣ ਦਾ ਚੱਕਰ ਮੁੱਕਦਾ ਨਹੀਂ ਆ। ਇਹ ਸੰਸਾਰ ਇੱਕ ਵਿਕਾਰਾਂ ਦਾ ਭਰਿਆ ਹੋਇਆ ਹੈ, ਸੰਸਿਆਂ ਦਾ ਭਰਿਆ ਹੋਇਆ ਹੈ। ਗੱਲ ਗੱਲ 'ਤੇ ਧਰਮ ਦੇ ਅੰਦਰ ਸੰਸੇ ਨੇ, ਅੱਜ ਸਿੱਖ ਧਰਮ ਦੇ ਅੰਦਰ ਵੀ, ਹਿੰਦੂ ਧਰਮ ਦੇ ਅੰਦਰ ਤਾਂ ਭਾਵੇਂ ਨਹੀਂ ਬਹੁਤੇ ਹੋਣਗੇ, ਸੰਸਾਰ ਵਿੱਚ ਸਿੱਖ ਧਰਮ ਦੇ ਅੰਦਰ ਸੰਸਿਆਂ ਨਾਲ ਭਰਿਆ ਹੋਇਆ ਸੰਸਾਰ ਹੈ। ਬਹੁਤ ਲੋਕ ਆਪਣੀ ਮਤ ਦੇ ਮੁਤਾਬਕ ਤੁਰੇ ਹੋਏ ਨੇ, ਉਹ ਸੰਸੇ ਲੈ ਕੇ ਉਹਨਾਂ ਦੇ ਸੰਸਿਆਂ ਨੂੰ ਹੱਲ ਕਰਨ ਵਾਲਾ ਅਗਰ ਕੋਈ ਨਾ ਮਿਲੇ ਤਾਂ ਉਹ ਮਨੁੱਖ ਆਪ ਵੀ ਨਹੀਂ ਕੰਢੇ ਲੱਗਦਾ ਅਤੇ ਦੂਜਿਆਂ ਨੂੰ ਕੰਢੇ ਲਾਉਣ ਦੇ ਸਮਰੱਥ ਵੀ ਨਹੀਂ ਹੁੰਦਾ। ਬੜੇ ਬੜੇ ਗਿਆਨ ਪ੍ਰਾਪਤ ਕਰਕੇ ਬੜੇ ਬੜੇ ਵਿਦਵਾਨ ਲੋਕ, ਬੜੇ ਬੜੇ ਅਵਸਥਾ ਵਾਲੇ ਲੋਕ ਵੀ, ਜਿਹੜੇ ਕਮਾਈ ਕਰਕੇ ਅਵਕਟ ਘਾਟੀ 'ਤੇ ਚੜ੍ਹਨ ਵਾਸਤੇ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਰੁਕਾਵਟ ਪਈ, ਉਹ ਰੁਕਾਵਟ ਨੂੰ ਦੂਰ ਕਰਨ ਵਾਸਤੇ ਸਮੇਂ ਸਮੇਂ ਅਵਤਾਰਾਂ ਨੇ ਜਨਮ ਲਿਆ। ਨਿਰੰਕਾਰ ਜੀ ਨੇ ਅਵਤਾਰਾਂ ਨੂੰ ਭੇਜਿਆ, ਜਗ ਤਾਰਨ ਕੋ ਅਵਤਾਰ ਬਣਾਇਓ, ਸੰਸਾਰ ਨੂੰ ਤਾਰਨ ਵਾਸਤੇ ਹੀ ਅਵਤਾਰ ਆਉਂਦੇ ਆ। ਉਹਨਾਂ ਵਿੱਚੋਂ ਕਲਯੁੱਗ ਵਿੱਚ ਵਡਿਆਈ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੀ ਹੈ, ਜਾ ਕੇ ਜਿੱਥੇ ਸਿੱਧਾਂ ਨੂੰ ਸੁਮੇਰ ਪਰਬਤ ਵਰਗੇ, ਜਿੱਥੇ ਮਨੁੱਖ ਦੀ ਜਾਣ ਦੀ ਸਮਰੱਥਾ ਨਹੀਂ ਸੀ, ਉੱਥੇ ਉੱਥੇ ਜਾ ਕੇ ਜੋ ਜੋ ਉਹਨਾਂ ਵਿੱਚ ਕਮੀ ਸੀ ਉਸ ਕਮੀ ਨੂੰ ਦੂਰ ਕਰਕੇ ਉਹਨਾਂ ਨੂੰ ਸਹੀ ਮਾਰਗ ਦਰਸਾਇਆ, ਔਰ ਸਿੱਧਾਂ ਨੂੰ ਇਹ ਨਹੀਂ ਕਿਹਾ ਕਿ ਮੇਰੇ ਪੰਥ ਵਿੱਚ ਆਓ ਔਰ ਮੇਇਰੇ ਮਗਰ ਚੱਲੋ, ਇਸ ਤਰੀਕੇ ਨਾਲ ਤੁਰੋ। ਉਹਨਾਂ ਦੇ ਪੰਥ ਵਿੱਚ ਜਿਹੜੀ ਕਮੀ ਸੀ ਉਸ ਕਮੀ ਨੂੰ ਸਹੀ ਕਰਨ ਦਾ ਯਤਨ ਕੀਤਾ, ਉਹਨਾਂ ਨੂੰ ਦੱਸਿਆ ਔਰ ਉਹਨਾਂ ਦਾ ਮਾਰਗ ਸਹੀ ਕਰ ਦਿੱਤਾ। ਜਿਹੜੇ ਮਾਰਗ ਨੂੰ ਵਿਦਵਾਨ ਲੋਕ ਨਹੀਂ ਸਹੀ ਕਰ ਸਕਦੇ, ਉੱਚੀ ਅਵਸਥਾ 'ਤੇ ਚੜ੍ਹ ਜਾਂਦੇ, ਕਈ ਵਾਰੀ ਅਵਸਥਾ 'ਤੇ ਉੱਚੀ ਮੰਜ਼ਿਲ 'ਤੇ ਜਾ ਕੇ ਮਨੁੱਖ ਰਸਤੇ ਵਿੱਚ ਅਟਕ ਜਾਂਦਾ ਹੈ। ਮੱਕੇ ਵਿੱਚ ਗਿਆਨ ਦੇਣ ਵਾਸਤੇ ਸਭ ਤੋਂ ਇੱਕ ਪਵਿੱਤਰ ਮੁਸਲਮਾਨਾਂ ਦੀ ਅਸਥਾਨ ਹੈ ਜਿਸ ਨੂੰ ਮੱਕਾ ਕਹਿੰਦੇ ਹੈ, ਉੱਥੇ ਵੀ ਉਹਨਾਂ ਦੇ ਲੋਕਾਂ ਨੂੰ ਜਿਹੜੀ ਉਹਨਾਂ ਵਿੱਚ ਰੁਕਾਵਟ ਸੀ, ਰੁਕਾਵਟ ਨੂੰ ਦੂਰ ਕੀਤਾ। ਤੁਹਾਡਾ ਸੰਸਾ ਹੈ, ਪਰਮੇਸ਼ੁਰ ਨਿਰੰਕਾਰ ਸਰਵ ਵਿਆਪਕ ਹੈ, ਇੱਕ ਪਾਸੇ ਨਹੀਂ ਮੰਨੀਦਾ। ਇੱਕ ਪਾਸੇ ਪਰਮੇਸ਼ੁਰ ਹੋਵੇ ਤਾਂ ਦੂਸਰੇ ਮੁਲਕ ਜਾਂ ਦੂਜਾ ਪਾਸਾ ਉੱਧਰ ਪਰਮੇਸ਼ੁਰ ਤੋਂ ਬਿਨਾਂ ਕਿਸ ਤਰ੍ਹਾਂ ਰਹਿ ਸਕਦਾ ਹੈ। ਪਰਮੇਸ਼ੁਰ ਸਰਵ ਵਿਆਪਕ ਹੈ, ਉਸਨੂੰ ਸਾਰੇ ਪਾਸੇ ਜਾਣਨਾ ਚਾਹੀਦਾ।
ਮੁਸਲਮਾਨ ਲੋਕਾਂ ਨੇ ਕੇਵਲ ਅਤੇ ਕੇਵਲ ਲਹਿੰਦੇ ਪਾਸੇ ਮੱਕਾ ਜਾਣ ਕੇ ਉੱਧਰ ਨੂੰ ਮੱਥਾ ਟੇਕਣਾ ਸ਼ੁਰੂ ਕੀਤਾ। ਉਹਨਾਂ ਦੇ ਦੱਸਣ ਮੁਤਾਬਕ ਮੁਸਲਮਾਨਾਂ ਦੇ ਕਿ ਜਿੱਥੇ ਮੱਕਾ ਹੈ ਇਹ ਇੱਕ ਧਰਤੀ ਦਾ ਅੱਧ ਵਿਚਕਾਰ ਹੈ, ਸੈਂਟਰ ਹੈ। ਇੱਥੇ ਅੱਲਾ ਨੇ ਇੱਕ ਪੱਥਰ ਸਿੱਟ ਦਿੱਤਾ। ਉਹ ਅੱਲਾ ਦਾ ਸਿੱਟਿਆ ਹੋਇਆ ਪੱਥਰ ਉਸਨੂੰ ਅਸੀਂ ਮੱਥਾ ਟੇਕਦੇ ਹਾਂ, ਪਰ ਜਿਹੜੇ ਲੋਕ ਦੂਜੇ ਪਾਸੇ ਨੇ ਉਹਨਾਂ ਨੂੰ ਫਿਰ ਉੱਥੇ ਸਰਬ ਵਿਆਪਕ ਪਰਮੇਸ਼ਰ ਨਹੀਂ ਹੋਇਆ। ਉਹਨਾਂ ਦੇ ਲੋਕਾਂ ਨੂੰ ਜਾ ਕੇ ਗਿਆਨ ਬਖਸ਼ਿਆ, ਭਾਈ ਪਰਮੇਸ਼ਰ ਸਰਬ ਵਿਆਪਕ ਹੈ, ਜਿੱਥੇ ਵੀ ਯਾਦ ਕਰੋਗੇ ਉੱਥੇ ਹਾਜ਼ਰ ਹੋਵੇਗਾ। ਇਸ ਤਰ੍ਹਾਂ ਅਵਤਾਰ ਲੋਕ ਭੁੱਲੇ ਹੋਏ ਮਨੁੱਖ ਨੂੰ ਰਸਤੇ ਵਿੱਚੋਂ ਮੰਜ਼ਿਲ ਵਿਦਵਾਨਾਂ ਦੇ ਕਹੇ ਤੁਰ ਤਾਂ ਪੈਂਦਾ ਹੈ, ਜਦ ਰਸਤੇ ਵਿੱਚ ਰੁਕਾਵਟ ਪੈ ਜਾਵੇ ਵਿਦਵਾਨ ਉਹਨੂੰ ਕੱਢ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਮੰਜ਼ਿਲ ਤੈਅ ਨਹੀਂ ਕੀਤੀ, ਕੇਵਲ ਅਤੇ ਕੇਵਲ ਗ੍ਰੰਥ ਪੜ੍ਹੇ ਹੈ। ਗ੍ਰੰਥ ਪੜ੍ਹ ਕੇ ਉਹਨਾਂ ਵਿੱਚੋਂ ਗੱਲਾਂ ਜੋ ਲਿਖੀਆਂ ਹੋਈਆਂ ਸਨ ਰਸਤਾ ਪੜ੍ਹ ਕੇ ਲੋਕਾਂ ਨੂੰ ਦੱਸ ਦਿੱਤਾ। ਇੱਕ ਚਿੱਠੀ ਪੜ੍ਹ ਕੇ ਕਿਸੇ ਨੂੰ ਸੁਣਾ ਦਿੱਤੀ ਜਾਵੇ, ਜ਼ਰੂਰੀ ਨਹੀਂ ਉਹ ਚਿੱਠੀ ਜਿਹੜੀ ਪੜ੍ਹ ਕੇ ਸੁਣਾਈ ਹੈ ਉਹਨੂੰ ਰਸਤੇ ਦਾ ਪੜ੍ਹਨ ਵਾਲੇ ਨੂੰ ਪਤਾ ਹੀ ਹੋਵੇ। ਸੋ ਇਸ ਕਰਕੇ ਗਿਆਨ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੇ ਲੋਕਾਂ ਨੂੰ ਗਿਆਨ ਦਿੱਤਾ, ਅਤੇ ਉਹੀ ਗਿਆਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਸਿੱਖ ਧਰਮ 'ਤੇ ਨਹੀਂ ਸਾਰਿਆਂ ਧਰਮਾਂ 'ਤੇ ਕੀਤੀ ਹੈ। ਸਾਰਿਆਂ ਧਰਮਾਂ ਦੇ ਜਿਹੜੇ ਮਹਾਂਪੁਰਸ਼ ਉਸ ਮੰਜ਼ਿਲ ਤੱਕ ਪਹੁੰਚ ਚੁੱਕੇ ਸਨ ਉਹਨਾਂ ਦੇ ਬਚਨ ਇਹਦੇ ਵਿੱਚ ਲਿਖੇ ਹੈ। ਜਿਹੜੇ ਆਪਣੀ ਮੰਜ਼ਿਲ ਨੂੰ ਤੈਅ ਕਰ ਚੁੱਕੇ ਸਨ, ਜਿਨ੍ਹਾਂ ਦੇ ਰਾਹ ਵਿੱਚ ਰੁਕਾਵਟ ਤਾਂ ਕੀ ਪੈਣੀ ਸੀ, ਰੁਕਾਵਟਾਂ ਨੂੰ ਲੰਘ ਕੇ ਸਿਰੇ 'ਤੇ ਪਹੁੰਚ ਚੁੱਕੇ ਸਨ, ਉਹ ਰਸਤਾ ਸਾਰਾ ਹੀ ਪਰਮੇਸ਼ਰ ਤੱਕ ਪਹੁੰਚਣ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਸਮੇਂ ਸਮੇਂ ਮੁਤਾਬਕ ਮਹਾਤਮਾ ਲੋਕ ਉਸ ਰਸਤੇ 'ਤੇ ਚੱਲ ਕੇ ਅਵਤਾਰਾਂ ਦੇ ਮੜਾਏ ਹੋਏ ਮਾਰਗਾਂ 'ਤੇ ਚੱਲ ਕੇ ਉੱਥੇ ਪਹੁੰਚੇ ਔਰ ਉਹਨਾਂ ਨੇ ਸੰਸਾਰ ਦੇ ਲੋਕਾਂ ਨੂੰ ਗਿਆਨ ਬਖਸ਼ਿਆ। ਮਨੁੱਖ ਹਰ ਵੇਲੇ ਸੁੱਖ ਦੀ ਭਾਲ ਵਿੱਚ ਹੈ। ਜਿੰਨੀ 84 ਲੱਖ ਸ੍ਰਿਸ਼ਟੀ ਸਾਜੀ ਹੈ, ਬਹੁਤ ਸੂਖਮ ਅਤੇ ਸੂਖਮ ਆਕਾਰ ਵਿੱਚ ਵੀ ਕੀੜੇ ਨੇ। ਸਭ ਤੋਂ ਛੋਟਾ ਕੀੜੀ ਨੂੰ ਗਿਣਿਆ ਗਿਆ, ਪਰ ਉਹਦੇ ਤੋਂ ਵੀ ਸੂਖਮ ਆਕਾਰ ਵਿੱਚ ਬੈਕਟੀਰੀਆ ਨੇ ਕਈ, ਜਿਹੜੇ ਖੁਰਦਬੀਨ ਨਾਲ ਹੀ ਦੇਖੇ ਜਾ ਸਕਦੇ ਆ। ਹਰੇਕ ਜੀਵ ਕੀੜੀ ਤੋਂ ਲੈ ਕੇ ਹਾਥੀ ਤੱਕ ਆਪਣੇ ਸੁੱਖ ਦੀ ਭਾਲ ਵਿੱਚ ਹੈ, ਆਪਣੇ ਸੁੱਖ ਦੀ ਭਾਲ ਵਿੱਚ ਹੈ। ਕੇਵਲ ਅਤੇ ਕੇਵਲ ਇੱਕ ਮਨੁੱਖ ਹੀ ਐਸਾ ਹੈ ਜਿਸ ਨੂੰ ਇਹ ਗਿਆਨ ਹੈ, ਮੈਂ ਸੁੱਖ ਪ੍ਰਾਪਤ ਕਰਕੇ ਅਗਲਾ ਜਨਮ ਵੀ ਮੇਰਾ ਕਿਹੜਾ ਹੈ, ਅਗਲਾ ਮੈਂ ਕਿੱਥੇ ਜਾਣਾ ਹੈ ਔਰ ਮੈਨੂੰ ਕੀ ਕਰਨਾ ਚਾਹੀਦਾ ਹੈ, ਮੈਂ ਕੀ ਕਰ ਰਿਹਾ ਹਾਂ, ਇੱਕੋ ਇੱਕ ਸੋਝੀ ਇਹ ਮਨੁੱਖ ਨੂੰ ਹੀ ਹੈ, ਬਾਕੀ ਜੂਨਾਂ ਨੂੰ ਨਹੀਂ ਹੈ। ਬਾਣੀ ਸਾਰੀਆਂ ਧਰਮਾਂ ਵਾਸਤੇ ਸਾਂਝੀ ਹੈ, ਇਹਦੇ ਵਿੱਚ ਕੋਈ ਕਿਸੇ ਇੱਕ ਧਰਮ ਦਾ ਹੱਕ ਨਹੀਂ ਹੈ, ਬਾਕੀ ਧਰਮ ਵੀ, ਕਿਉਂਕਿ ਗੁਰਸਿੱਖ ਦੂਜਿਆਂ ਧਰਮਾਂ ਵਿੱਚ ਵੀ ਨੇ। ਸਿੱਖ ਉਹਨੂੰ ਕਹਿੰਦੇ ਜਿਹੜਾ ਸਿੱਖਿਆ ਗ੍ਰਹਿਣ ਕਰ ਲਵੇ ਗੁਰੂ ਦੀ, ਵਿਦਿਆਰਥੀ ਕਹਿੰਦੇ ਨੇ, ਸਿੱਖ ਵਿਦਿਆਰਥੀ ਨੂੰ ਕਹਿੰਦੇ ਆ, ਹਿੰਦੀ ਵਿੱਚ ਸਿੱਖਿਆ ਕਹਿੰਦੇ ਆ, ਸਿੱਖਿਆ ਤੋਂ ਸਿੱਖ ਜਿਹਨੇ ਸਿੱਖਿਆ ਪ੍ਰਾਪਤ ਕੀਤੀ ਆ। ਇਹ ਸਰਬ ਸਾਂਝੀ ਗੁਰਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਸਾਰ ਦੇ ਜਿਹੜੇ ਜੀਵਾਂ ਨੂੰ ਸੁੱਖ ਚਾਹੀਦੇ ਸਨ, ਸੁੱਖ ਵਾਲਿਆਂ ਵਾਸਤੇ ਸੁੱਖ ਦਾ ਸਾਧਨ ਦੱਸਿਆ ਹੈ, ਮੁਕਤੀ ਵਾਲਿਆਂ ਵਾਸਤੇ ਮੁਕਤੀ ਦਾ ਮਾਰਗ ਦੱਸਿਆ ਹੈ। ਜਿਹੜੀ ਜਿਹੜੀ ਚੀਜ਼ ਕਿਸੇ ਨੂੰ ਚਾਹੀਦੀ ਹੈ, ਉਹ ਚੀਜ਼ ਕਿੱਥੋਂ ਮਿਲਣੀ ਹੈ, ਢੰਗ ਤਰੀਕਾ ਕੀ ਹੈ, ਉਹ ਸਾਰੀ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀਆਂ ਹਨ। ਜਿਹੜੀ ਵੀ ਚੀਜ਼ ਕਿਸੇ ਨੂੰ ਚਾਹੀਦੀ ਹੈ, ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਪਰਮੇਸ਼ਰ ਤੱਕ ਮਿਲਣ ਤੱਕ ਹੀ ਸਮਰੱਥਾ ਹੋਵੇ। ਗਰੀਬ ਆਦਮੀ ਦੀ ਕਈ ਵਾਰੀ ਸੰਸਾਰਕ ਸੁੱਖਾਂ ਤੋਂ ਬਹੁਤ ਦੂਰ ਹੁੰਦਾ ਹੈ, ਉਹਦੇ ਕੋਲ ਸੰਸਾਰਕ ਸੁੱਖ ਕੀ। ਕਈ ਮਨੁੱਖਾਂ ਕੋਲ ਜਿਹੜੇ ਜੀਵਨ ਦੇ ਵਿੱਚ ਮਾੜੇ ਮੋਟੇ ਸਾਧਨ ਮਨੁੱਖ ਜੀਵਨ ਜੀਉਣ ਵਾਸਤੇ ਚਾਹੀਦੇ ਆ, ਕੁੱਲੀ ਗੁੱਲੀ ਜੁੱਲੀ, ਇਹ 3 ਚੀਜ਼ਾਂ ਕਈ ਬਹੁਤਿਆਂ ਕੋਲ ਪ੍ਰਾਪਤ ਨਹੀਂ ਹਨ। ਬਹੁਤਿਆਂ ਨੂੰ ਪ੍ਰਾਪਤ ਨੇ, ਉਹਨਾਂ ਦਾ ਵੀ ਇਸ ਪਾਸੇ ਨੂੰ ਤੁਰਨਾ ਬੜੀ ਮੁਸ਼ਕਲ ਗੱਲ ਹੈ। ਜਿਹਦੇ ਕੋਈ ਜ਼ਿਆਦਾ ਸੁੱਖ ਹੈ ਉਹ ਤਾਂ ਦੂਜੇ ਪਾਸੇ ਨੂੰ ਤੁਰ ਸਕਦਾ ਸੀ, ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਮਿਹਨਤ ਕਰ ਸਕਦਾ ਸੀ, ਪਰ ਉਹਦੇ ਅੰਦਰ ਵੀ ਜਿਹੜੇ ਸੰਸਾਰ ਦੀ ਸੁੱਖਾਂ ਦੀ ਅੱਗੇ ਤੋਂ ਅੱਗੇ ਵੱਧਦੀ ਜਾਂਦੀ ਹੈ, ਭੁੱਖ ਅੱਗੇ ਤੋਂ ਅੱਗੇ ਵੱਧਦੀ ਜਾਂਦੀ ਹੈ। ਇਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ, ਜਿਹਨੇ ਸੰਸਾਰੀ ਸੁੱਖ ਲੈਣੇ ਆ ਉਹ ਕੀ ਕਰੇ, ਜਿਹਨੇ ਮੁਕਤੀ ਪ੍ਰਾਪਤ ਕਰਨੀ ਹੈ ਉਹ ਕੀ ਕਰੇ, ਜਿਹਨੇ ਪਰਮੇਸ਼ਰ ਦਾ ਸਰੂਪ ਬਣਨਾ ਹੈ ਉਹ ਕੀ ਕਰੇ, ਸਾਰਾ ਕੁਝ ਦਰਸਾਇਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ।
ਜਿਹਨੇ ਤੁਸੀਂ ਬੈਠੇ ਹੋ, ਬੀਬੀਆਂ, ਭੈਣਾਂ, ਮਾਤਾ, ਬਜ਼ੁਰਗ ਸਾਰੇ ਨੌਜਵਾਨ ਵੀ ਬੈਠੇ ਨੇ, ਉਹ ਸਾਰਿਆਂ ਦੀ ਆਪਣੀ ਆਪਣੀ ਵੱਖਰੀ ਵੱਖਰੀ ਮੰਗ ਹੈ। ਸਾਰਿਆਂ ਦੀ ਇੱਕੋ ਹੀ ਮੰਗ ਨਹੀਂ ਹੈ। ਜੇ ਇੱਕੋ ਹੀ ਮੰਗ ਹੋਵੇ ਸਾਰਿਆਂ ਦੀ, ਫਿਰ ਤਾਂ ਪਰਮੇਸ਼ੁਰ ਵੀ ਪ੍ਰਵਾਨ ਕਰ ਲਵੇ। ਅਰਦਾਸ ਵਿੱਚ ਅਨੇਕਾਂ ਮੰਗਾਂ ਨੇ ਹਰੇਕ ਮਨੁੱਖ ਦੀਆਂ, ਆਪਣੀ ਆਪਣੀ ਮੰਗ ਲੈ ਕੇ ਮਨੁੱਖ ਪਰਮੇਸ਼ੁਰ ਦੇ ਦਰਵਾਜ਼ੇ 'ਤੇ ਭਿਖਾਰੀ ਹੈ। ਮਨੁੱਖ ਆਪਣੀ ਆਪਣੀ ਮੰਗ ਲੈ ਕੇ ਪਹੁੰਚਦਾ ਹੈ, ਜਿਹੜੀ ਚੀਜ਼ ਦੀ ਇੱਛਾ ਹੈ ਮੰਗਦਾ ਹੈ, ਪਰਮੇਸ਼ੁਰ ਵੀ ਦਿੰਦਾ ਹੈ। ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ, ਜਿਹੜਾ ਉਹਦੇ ਕੋਲ ਮੰਗਦਾ ਹੈ ਉਹਨੂੰ ਦਿੰਦਾ ਵੀ ਹੈ। ਸੁੱਖਾਂ ਨੂੰ ਪ੍ਰਾਪਤ ਕਰਕੇ ਵੀ ਮਨੁੱਖ, ਸੁੱਖ ਦੇ ਸਾਧਨ ਪ੍ਰਾਪਤ ਕਰਕੇ ਵੀ ਮਨੁੱਖ ਦੁਖੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੱਡੇ ਵੱਡੇ ਰਾਜਿਆਂ ਦੇ ਨਾਮ ਲਿਖੇ ਆ, ਕਿਉਂਕਿ ਰਾਜਿਆਂ ਕੋਲ ਸੰਸਾਰ ਸੁੱਖ ਆਪਣੇ ਤੋਂ ਵੀ ਵਾਧੂ ਹੁੰਦੇ ਆ। ਤੁਹਾਡੇ ਵਿੱਚ ਵੀ ਬਹੁਤ ਸਾਰੇ ਐਸੇ ਹੋਣਗੇ ਜਿਨ੍ਹਾਂ ਦੇ ਆਪਣੇ ਬਰਤਨ ਤੋਂ ਸਮਾਨ ਵਾਧੂ ਹੈ, ਆਪਣੇ ਜੀਵਨ ਵਿੱਚ ਜਿਨ੍ਹਾਂ ਕੋਲ ਮਾਇਆ ਮੁੱਕਣੀ ਨਹੀਂ ਹੈ। ਉਹ ਵੀ ਮਨੁੱਖਾਂ ਦੀ ਸੋਚ, ਉਹਨਾਂ ਨੂੰ ਪੁੱਛੋ ਕਿ ਉਹ ਵੀ ਆਪਣੇ ਅੰਦਰੋਂ ਮਨ ਕਰਕੇ ਦੁਖੀ ਨੇ। ਸੰਸਾਰ ਦੀ ਪਦਾਵਤੀ ਧਨ ਦੀ ਹੋ ਜਾਣੀ, ਇਹ ਕੋਈ ਸੁੱਖ ਦਾ ਸਾਧਨ ਨਹੀਂ ਹੈ। ਧਨੀ ਲੋਕ ਬਹੁਤ ਜ਼ਿਆਦਾ ਦੁਖੀ ਨੇ। ਜਿਨ੍ਹਾਂ ਦੇ ਪਵਿੱਤਰ ਅਸਥਾਨ 'ਤੇ ਬੈਠੇ ਹੋ, ਉਹਨਾਂ ਦੇ ਚਰਨਾਂ ਵਿੱਚ ਬੜੇ ਬੜੇ ਦੁਖੀ ਲੋਕ ਆ ਕੇ ਪੁਕਾਰਾਂ ਕਰਦੇ ਸਨ, ਔਰਾਂ ਦੁਖੀਆਂ ਦਾ ਦੁੱਖ ਨਿਵਿਰਤ ਕਰ ਦਿੰਦੇ ਸਨ। ਇੱਕ ਵਾਰੀ ਇੱਕ ਮਾਰਵਾੜ ਦੀ ਬੀਬੀ ਸੀ, ਬਹੁਤ ਜ਼ਿਆਦਾ ਅਮੀਰ ਸੀ, ਜਿਸਦਾ, ਕਿਉਂਕਿ ਮਾਰਵਾੜੀ ਲੋਕ ਬਹੁਤ ਅਮੀਰ ਹੁੰਦੇ ਹਨ, ਉਹਦੇ ਸਰੀਰ ਦੇ ਅੰਗਾਂ ਦੇ ਉੱਤੇ ਕੋਈ ਅੰਗ ਐਸਾ ਨਹੀਂ ਸੀ ਜਿੱਥੇ ਸੋਨਾ ਨਾ ਪਹਿਨਿਆ ਹੋਵੇ, ਸਾਰਾ ਸਰੀਰ ਸੋਨੇ ਨਾਲ ਹੀ ਲੱਦਿਆ ਹੋਇਆ ਸੀ। ਔਰ ਆ ਕੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਬਹੁਤ ਪਿੱਟੀ, ਬਹੁਤ ਰੋਇਆ, ਉੱਚੀ ਉੱਚੀ ਬੁੱਬਾਂ ਮਾਰ ਮਾਰ ਕੇ ਰੋਣ ਲੱਗ ਗਈ। ਮਹਾਂਪੁਰਸ਼ ਕਹਿੰਦੇ, ਬੀਬੀ ਕੀ ਗੱਲ ਹੈ? ਕਹਿੰਦੀ, ਮਹਾਰਾਜ ਮੈਂ ਦੁਖੀ ਬਹੁਤ ਹਾਂ। ਕਹਿੰਦੇ, ਕੀ ਦੁੱਖ ਹੈ ਤੈਨੂੰ? ਸੰਗਤ ਹੋਰ ਵੀ ਬੈਠੀ ਸੀ, ਕਹਿੰਦੇ ਕੀ ਦੁੱਖ ਹੈ? ਕਹਿੰਦੀ, ਮਹਾਰਾਜ ਮੈਨੂੰ ਪਚਦਾ ਨਹੀਂ ਜੀ ਕੁਛ ਵੀ। ਕਹਿੰਦੇ, ਖਾਂਦੀ ਕੀ ਹੁੰਦੀ ਆ? ਕਹਿੰਦੀ, ਮਹਾਰਾਜ ਮੈਂ ਮੂੰਗੀ ਦੀ ਦਾਲ ਦਾ ਪਾਣੀ ਪੀਂਦੀ ਹਾਂ, ਉਹ ਵੀ ਪਚਦਾ ਨਹੀਂ ਹੈ। ਬਹੁਤ ਧਨ ਦੌਲਤ ਮਨੁੱਖ ਨੂੰ ਸੁਖੀ ਨਹੀਂ ਕਰਦੀ, ਬੜੇ ਦੁਖੀ ਰੱਖੇ ਨੇ ਵੱਡੇ ਵੱਡੇ ਜਿਹੜੇ ਧਾਰਮਿਕ ਪੱਖ ਵਿੱਚ ਵੀ ਤੁਰੇ ਹੋਏ ਸਨ ਰਾਜੇ, ਉਹਨਾਂ ਵਿੱਚ ਵੀ ਪਰਸ਼ੁਰਾਮ ਵਰਗੇ ਵੀ, ਰਾਮ ਜੀ ਮਹਾਰਾਜ ਆਏ ਆ ਸੰਸਾਰ ਦੇ ਅੰਦਰ ਅਵਤਾਰ, ਉਹਨਾਂ ਦਾ ਵੀ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਪਾਂਡਵਾਂ ਦਾ ਜ਼ਿਕਰ ਵੀ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ, ਜਿਨ੍ਹਾਂ ਦੇ ਪਰਮੇਸ਼ੁਰ ਰੱਥ ਹੱਕ ਦਾ ਸੀ, ਭਗਵਾਨ ਰੱਥ ਹੱਕ ਦੇ ਸਨ, ਰਥਵਾਹੀ ਸਨ, ਜਿਨ੍ਹਾਂ ਦੇ ਹਰ ਵੇਲੇ ਭਗਵਾਨ ਨਾਲ ਹੀ ਰਹਿੰਦੇ ਸੀ, ਉਹ ਵੀ ਸੰਸਾਰ ਵਿੱਚ ਆ ਕੇ ਰੋਣਾ ਪਿਆ। ਪਰਸ਼ੁਰਾਮ ਰੋਵੇ ਘਰ ਆਇਆ, ਸਹੰਸਰ ਦਾਨ ਦੇ ਇੰਦਰ ਰਵਾਇਆ, ਸਾਰਿਆਂ ਦਾ ਜ਼ਿਕਰ ਕੀਤਾ ਹੈ। ਰੋਵੇ ਦਹਿਸਰ ਲੱਕ ਗਵਾਈ, ਅੰਜਨ ਸੀਤਾ ਆਉਂਦੀ ਡੌਰੂ ਬਾਏ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ। ਰੋਏ ਪਾਂਡਵ ਪਏ ਮਜੂਰ, ਜਿਨ ਕੇ ਸੁਆਮੀ ਰਹਿਤ ਹਜੂਰ। ਰੋਵੇ ਜਨਮੇਜਾ ਖੋਏ ਗਿਆ, ਜਿਨ ਏਕੀ ਕਾਰਨ ਪਾਪੀ ਪਿਆ। ਸਾਰਿਆਂ ਦਾ ਜ਼ਿਕਰ ਕੀਤਾ ਹੈ। ਜੇ ਸੰਸਾਰਕ ਪਦਾਰਥਾਂ ਨਾਲ ਮਨੁੱਖ ਸੁਖੀ ਹੁੰਦਾ, ਵੱਡੇ ਵੱਡੇ ਰਾਜੇ ਰਾਜ ਛੱਡ ਕੇ, ਜਿਨ੍ਹਾਂ ਕੋਲ ਸਾਰੇ ਸਨ, ਰਾਜੇ ਪਰਥਰੀ ਵਰਗੇ, ਰਾਜੇ ਗੋਪੀ ਚੰਦ ਵਰਗੇ, ਜਿਨ੍ਹਾਂ ਦੀਆਂ 360 ਰਾਣੀਆਂ ਸਨ ਰਾਜੇ ਗੋਪੀ ਚੰਦ ਦੀਆਂ, ਰਾਜ ਛੱਡ ਕੇ ਚਲੇ ਗਏ। ਔਰ ਉਹਨਾਂ ਨੇ ਦੇਖਿਆ ਰਾਜ ਦੇ ਵਿੱਚ ਸੁੱਖ ਨਹੀਂ ਹੈ, ਸੁੱਖ ਤਾਂ ਪਰਮੇਸ਼ੁਰ ਦੇ ਸੁੱਖ ਨਾ ਹੀ ਰਹੇ। ਹਰ ਭਗਤ ਬਿਨਾਂ, ਪਰਮੇਸ਼ੁਰ ਦੀ ਭਗਤੀ ਤੋਂ ਬਿਨਾਂ ਸੁੱਖ ਕਿਸੇ ਨੂੰ ਮਿਲਿਆ ਨਹੀਂ। ਰਾਜੇ ਭਗਤੀ ਕਰਨ ਚੱਲ ਗਏ, ਰਾਜ ਨੂੰ ਛੱਡ ਗਏ, ਜੰਗਲਾਂ ਨੂੰ ਚਲੇ ਗਏ, ਸਿਰਫ ਮਨ ਦੇ ਸੁੱਖ ਕਰਨ ਵਾਸਤੇ, ਮਨ ਨੂੰ ਸੁਖੀ ਕਰਨ ਵਾਸਤੇ ਜੰਗਲਾਂ ਨੂੰ ਗਏ। ਤਨ ਦੇ ਸੁੱਖ ਤਾਂ ਰਾਜਿਆਂ ਕੋਲ ਬਹੁਤ ਸਨ, ਮਨ ਨੂੰ ਸ਼ਾਂਤ ਕਰਨਾ, ਮਨ ਸੁਖੀ ਹੋ ਜਾਣਾ ਵਿਰਲੇ ਵਿਰਲੇ ਪੁਰਖਾਂ ਦਾ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਜਿਹੜੀ ਚੀਜ਼ ਚਾਹੀਦੀ ਭਾਈ ਉਹ ਤੁਸੀਂ ਲੈ ਸਕਦੇ ਹੋ। ਚਾਰ ਪਦਾਰਥ ਕਿਸੇ ਨੂੰ ਮਿਲ ਸਕਦੇ ਆ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਸਾਧ ਇੱਕ ਅੱਖਰ ਹੈ ਐਸਾ, ਜਿਹਦੇ ਨੌਏ ਇੰਦਰੇ ਬਕਾਰਾਂ ਨੂੰ ਨਹੀਂ ਜਾਂਦੇ, ਜਿਹਦੇ ਸਤਿਗੁਰੂ ਜੀ ਨੇ ਨੌ ਦੁਆਰੇ ਸਾਧ ਸਾਧ ਸਦਾਇਆ, ਸਾਰਿਆਂ ਇੰਦਰਾਂ ਨੂੰ ਆਪਣੇ ਕਾਬੂ ਵਿੱਚ ਰੱਖਿਆ ਹੋਇਆ। ਅੱਖਾਂ ਆਪਣੇ ਕਾਬੂ ਵਿੱਚ ਨੇ, ਹੱਥ ਕਾਬੂ ਵਿੱਚ ਨੇ, ਪੈਰ ਕਾਬੂ ਵਿੱਚ ਨੇ,
ਆਪਣੇ ਮਨ ਦੇ ਮੁਤਾਬਕ ਜੇ ਜੋ ਪਰਮੇਸ਼ੁਰ ਦੇ ਕਹੇ ਮੁਤਾਬਕ ਜੋ ਕਰਨਾ ਸੀ ਉਹਦੇ ਮੁਤਾਬਕ ਨੇ ਅਤੇ ਉਹਦੇ ਮੁਤਾਬਕ ਜਦੋਂ ਮਨੁੱਖ ਦੀ ਸੋਚ ਇੱਥੇ ਤੱਕ ਪਹੁੰਚ ਜਾਂਦੀ ਹੈ ਉਹਨੂੰ ਸਾਧ ਦਾ ਸੰਤ ਦਾ ਦਰਜਾ ਦਿੱਤਾ ਜਾਂਦਾ। ਜਿਹਦੇ ਇੰਦਰੇ ਮੁੜ ਗਏ ਉਹ ਸੰਸਾਰ ਵਾਸਤੋਂ ਸਮਝ ਲਓ ਮਨ 'ਤੇ ਕਾਬੂ ਪਾ ਗਿਆ। ਬਹੁਤ ਸਾਰੇ ਮਨੁੱਖ ਕਈ ਬਲੱਡ ਪ੍ਰੈਸ਼ਰ ਕਰਕੇ ਦੁਖੀ ਨੇ। ਰਾਜੇ ਕਹਿੰਦੇ ਆ ਬਈ ਜਿਹੜੇ ਡਾਕਟਰ ਕਹਿੰਦੇ ਆ ਵੀ ਇਹ ਚੀਜ਼ ਖਾਣੀ ਨਹੀਂ ਹੈ ਕਿ ਇਹ ਖਾਣਾ ਨਹੀਂ ਹੈ ਕੋਈ ਤਰੋਟ ਵਾਲੀ ਚੀਜ਼ ਨਹੀਂ ਖਾਣੀ। ਪਰ ਮਨੁੱਖ ਦਾ ਕਈ ਵਾਰੀ ਹਟਦਾ ਨਹੀਂ ਖਾਣੋ, ਮਨੁੱਖ ਆਪਣੀ ਮੌਤ ਦੀ ਪਰਵਾਹ ਨਹੀਂ ਕਰਦਾ, ਖਾ ਲੈਂਦਾ, ਇੰਦਰਿਆਂ 'ਤੇ ਕਾਬੂ ਨਹੀਂ ਹੈ। ਹੋਰ ਵੀ ਬਹੁਤ ਆਦਿ ਡਾਕਟਰ ਮਰੀਜ਼ਾਂ ਨੂੰ ਦੱਸਦੇ ਆ ਕੰਮ ਕਰਨਾ ਨਹੀਂ, ਪਰ ਮਰੀਜ਼ ਰੁਕਦੇ ਨਹੀਂ ਹੈ। ਉਹ ਕੇਵਲ ਮਨ ਨੂੰ ਸਮਝਾਉਣਾ ਹੈ, ਮਨ ਦੇ ਸਮਝਾਵਣ ਕਰਕੇ ਹੀ ਸਾਰੇ ਇੰਦਰੇ ਰੁਕ ਜਾਂਦੇ ਆ। ਇਸ ਜਿੰਨਾ ਚਿਰ ਇਹ ਮਨ ਕਾਬੂ ਵਿੱਚ ਨਹੀਂ ਹੁੰਦਾ ਸੁਖੀ ਹੁੰਦਾ ਨਹੀਂ ਹੈ, ਮਨ ਗੁਰੂ ਦੇ ਮੁਤਾਬਕ ਤੁਰਦਾ ਨਹੀਂ ਹੈ ਸੁਖੀ ਨਹੀਂ ਹੁੰਦਾ। ਤਾਂ ਜਦੋਂ ਮਨੁੱਖ ਭੁਲੇਖਾ ਨਿਕਲ ਜਾਵੇ, ਕਈ ਮਨੁੱਖਾਂ ਦਾ ਭੁਲੇਖਾ ਨਿਕਲ ਜਾਂਦਾ ਕਿਹੜੇ ਰਸਤੇ ਨੂੰ ਸਹੀ ਜਾਣਾ ਸੀ, ਉਹ ਜਦੋਂ ਸਹੀ ਮਾਰਗ 'ਤੇ ਤੁਰਦਾ ਤਾਂ ਉਹਨੂੰ ਫਿਰ ਰਸਤੇ ਵਿੱਚ ਕਈ ਰੁਕਾਵਟਾਂ ਵੀ ਆਉਂਦੀਆਂ। ਮਨੁੱਖ ਕਹਿੰਦਾ ਖਰੇ ਮੈਂ ਤਾਂ ਹੁਣ ਪਰਮੇਸ਼ੁਰ ਦੇ ਮਾਰਗ 'ਤੇ ਵੀ ਚੱਲਿਆ, ਦੁਖੀ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਦੁਸੁਖੇ ਸੁੱਖ ਹੋਣਾ ਚਾਹੀਦਾ ਸੀ, ਮੈਂ ਉਹਦੇ ਮਾਰਗ 'ਤੇ ਚੱਲਿਆ। ਕਈ ਵਾਰੀ ਇਹ ਸੰਸਾ ਖੜ੍ਹਾ ਹੋ ਜਾਂਦਾ। ਜੋ ਪਿਛਲੇ ਬੀਜ ਬੀਜੇ ਹੋਏ ਹਨ ਭਾਵੇਂ ਧਾਰਮਿਕ ਪੱਖ ਵਿੱਚ ਵੀ ਹੈ ਚਾਹੇ ਕਿਸੇ 'ਚ ਵੀ ਹੈ, ਧਰਤੀ ਜਿਹੜਾ ਬੀਜ ਡਿੱਗਿਆ ਹੋਇਆ ਜੇ ਗੁਰਦੁਆਰਾ ਕਿਸੇ ਧਰਤੀ 'ਤੇ ਬਣਿਆ ਉਹ ਧਰਤੀ ਵੀ ਜਿਹੜੇ ਬੀਜ ਡਿੱਗੇ ਹੁੰਦੇ ਉਹ ਤਾਂ ਜੰਮਦੇ ਹੀ ਆ, ਕੰਡੇ ਵੀ ਜੰਮ ਪੈਂਦੇ ਆ, ਕਈ ਵਾਰੀ ਦੂਜੇ ਬੀਜ ਵੀ ਜੰਮ ਪੈਂਦੇ ਆ। ਧਰਤੀ ਹੈ, ਧਰਤੀ ਚਾਹੇ ਧਾਰਮਿਕ ਪੱਖ ਨੂੰ ਸਰੀਰ ਤੁਰ ਪਵੇ ਚਾਹੇ ਦੂਜੇ ਪੱਖ ਨੂੰ ਤੁਰ ਪਵੇ, ਸਰੀਰ ਦੇ ਵਿੱਚ ਜੋ ਬੀਜਿਆ ਉਹ ਜੰਮਦਾ ਹੈ। ਮਨੁੱਖ ਨੂੰ ਭੁਲੇਖਾ ਰਹਿ ਜਾਂਦਾ ਕਿ ਮੈਂ ਹੁਣ ਧਾਰਮਿਕ ਪੱਖ 'ਤੇ ਤੁਰਿਆ ਅਤੇ ਹੁਣੇ ਮੈਨੂੰ ਸੁੱਖ ਪ੍ਰਾਪਤ ਹੋ ਜਾਵੇ, ਨੇ ਸੁੱਖ ਹੁਣ ਅਗਲੇ ਜਨਮਾਂ ਦਾ ਸੁੱਖ ਹੁਣ ਬਣਾਉਣਾ ਹੈ। ਜਦੋਂ ਮਨੁੱਖ ਨੂੰ ਸੋਝੀ ਆ ਗਈ ਦੇਖ ਕੇ ਬੀਜ ਧਰਤੀ ਵਿੱਚ ਬੀਜਦਾ, ਤਾਂ ਫਿਰ ਮਨੁੱਖਾਂ ਦਾ ਸੰਸਾ ਹੱਲ ਕਰਨ ਵਾਸਤੇ ਜਿਹੜੇ ਧਾਰਮਿਕ ਪੱਖ ਵਿੱਚ ਨਵੇਂ ਤੁਰਦੇ ਆ ਉਹ ਇਹ ਸਮਝਦੇ ਕਿ ਅੱਜੇ ਤੁਰੇ ਹਾਂ ਅਤੇ ਅੱਜੇ ਮਨ ਸੁਖੀ ਹੋ ਜਾਵੇ ਅਤੇ ਅੱਜੇ ਸਾਨੂੰ ਦੁੱਖ ਨਾ ਕੋਈ ਵੀ ਆਵੇ। ਉਹ ਉਹਨਾਂ ਨੂੰ ਸਮਝਾਉਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਪਵਿੱਤਰ ਬਚਨ 12 ਮਾਹਾਂ ਜੀ ਦੇ ਵਿੱਚ ਜਿਹੜੇ ਧਰਮ ਦੇ ਮਾਰਗ 'ਤੇ ਤੁਰੇ ਆ, ਬਹੁਤ ਪਹਿਲਾਂ ਤਾਂ ਤੁਰੇ ਨਹੀਂ ਬਾਅਦ ਵਿੱਚ ਤੁਰ ਪਏ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਸੀ। ਬਾਣੀ ਪੜ੍ਹ ਲੈਣੀ, ਗੁਰੂ ਘਰ ਜਾ ਕੇ ਸੇਵਾ ਕਰਨੀ, ਗੁਰੂ ਘਰ ਜਾ ਕੇ ਗੁਰੂ ਨਾਲ ਪ੍ਰੇਮ ਕਰਨਾ, ਇਹ ਗੱਲਾਂ ਸਾਰੀਆਂ ਮਨੁੱਖ ਕਰ ਲੈਂਦਾ। ਫਿਰ ਜਦੋਂ ਕੋਈ ਦੁੱਖ ਖੜ੍ਹਾ ਹੁੰਦਾ ਤਾਂ ਉਹ ਕਹਿੰਦਾ ਦੁੱਖ ਮੈਨੂੰ ਸ਼ਾਇਦ ਕਿਸੇ ਨੇ ਦਿੱਤਾ, ਜਿਹੜੇ ਮੇਰੇ ਦੁਸ਼ਮਣ ਹੈ ਸ਼ਾਇਦ ਮੈਨੂੰ ਦੁਖੀ ਕਰਦੇ ਆ, ਜਾਂ ਮੈਨੂੰ ਕਿਸੇ ਨੇ ਕੁਛ ਕਰ ਦਿੱਤਾ, ਕਿਸੇ ਨੇ ਕੁਛ ਖੜਾ ਦਿੱਤਾ। ਉਹਨਾਂ ਦਾ ਸੰਸਾ ਹੱਲ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਇਹ 12 ਮਾਹਾਂ ਜੀ ਦੇ ਵਿੱਚ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਯੋਗ, ਪਰਮੇਸ਼ਰ 'ਤੇ ਭੁੱਲਿਆ ਵਿਆਪਣ ਸਭੇ ਰੋਗ। ਜੋ ਕਰਮ ਕਮਾਇਆ ਸੀ ਕਤਕ ਮਹੀਨੇ ਵਿੱਚ ਉਪਦੇਸ਼ ਬਖਸ਼ਿਆ ਹੈ, ਕਿਸੇ ਦੂਜੇ ਬੰਦੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕਿਸੇ ਦਾ ਧੀ ਪੁੱਤਰ ਕਿਹਾ ਨਹੀਂ ਮੰਨਦਾ, ਉਹ ਕਿਸੇ ਦਾ ਦੋਸ਼ ਨਹੀਂ ਕਹਿੰਦੇ, ਤੇਰਾ ਬੀਜਿਆ ਹੋਇਆ ਸੀ ਇਹ, ਜਿਹਾ ਬੀਜੇ ਸੋਲਣੇ ਕਰਮਾਂ ਸੰਧਰਾ ਖੇਤ, ਜਿਹੜਾ ਤੂੰ ਬੀਜਿਆ ਸੀ ਧਰਤੀ ਵਿੱਚ ਉਹੀ ਜੰਮਣਾ ਹੈ। ਕਿਸੇ ਦਾ ਕਿਸੇ ਤਰ੍ਹਾਂ ਦੇ ਝਗੜਾ ਹੈ, ਕਿਸੇ ਦਾ ਕਿਸੇ ਤਰੀਕੇ ਹੈ, ਕਿਸੇ ਨੂੰ ਸੰਸਾਰ ਵਿੱਚ ਧਨ ਦੌਲਤ ਨਹੀਂ, ਕਿਸੇ ਕੋਲ ਧਨ ਦੌਲਤ ਹੈ ਹੋਰ ਗੱਲੋਂ ਦੁਖੀ ਹੈ, ਕਿਸੇ ਦੇ ਸਰੀਰ ਵਿੱਚ ਦੁੱਖ ਹੈ, ਕੋਈ ਬਿਮਾਰ ਹੈ, ਬਿਮਾਰੀ ਦਾ ਇਲਾਜ ਨਹੀਂ ਹੁੰਦਾ ਉਸ ਗੱਲੋਂ ਦੁਖੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਾਤਕ ਕਰਮ ਕਮਾਵਣੇ, ਕਾਤਕ ਮਹੀਨੇ ਵਿੱਚ ਜਿਹੜੇ ਤੂੰ ਕਰਮ ਕੀਤੇ ਸਨ ਉਹ ਕਰਮ ਮਨੁੱਖ ਦੇ ਜੰਮਦੇ ਆ, ਉਹ ਮੁੜ ਮੁੜ ਕੇ ਜਨਮਾਂ ਦੇ ਵਿੱਚ ਚੱਕਰ ਲਾਉਂਦੇ ਆ। ਇੱਕ ਮਹਾਤਮਾ ਸਨ ਬਾਰ ਦੇ ਵਿੱਚ, ਉਹ ਮਹਾਤਮਾ ਬੜੇ ਬੰਦਗੀ ਵਾਲੇ ਸਨ, ਉਹਨਾਂ ਦਾ ਨਾਮ ਵੀ ਲਿਖਿਆ ਹੋਇਆ ਗ੍ਰੰਥ ਵਿੱਚ ਪਰ ਮੈਨੂੰ ਵਿਸਰ ਗਿਆ ਉਹਨਾਂ ਦਾ ਨਾਮ। ਉਹ ਬਹੁਤ ਭਜਨ ਬੰਦਗੀ ਕਰਦਿਆਂ ਆਖਰ ਦੇ ਵਿੱਚ ਉਹਨਾਂ ਨੂੰ ਬੰਨ ਪੈ ਗਿਆ ਔਰ ਸਰੀਰ ਦੀ ਕਿਰਿਆ ਰੁਕ ਜਾਵੇ, ਬੰਨ ਪੈ ਜਾਵੇ, ਜਾਂ ਮਨੁੱਖ ਦਾ ਖਾਣ ਪਾਣ ਬੰਦ ਹੋ ਜਾਵੇ, ਮੂੰਹ ਬੰਦ ਹੋ ਜਾਵੇ,
ਇਹ ਦੋਹੇ ਕਿਰਿਆ ਜੇ ਬੰਦ ਹੋ ਜਾਣ ਤਾਂ ਮਨੁੱਖੇ ਤੋਂ ਵੱਧ ਦੁਖੀ ਕੋਈ ਹੋ ਨਹੀਂ ਸਕਦਾ। ਉਹਨਾਂ ਦਾ ਬਹੁਤ ਬੰਦਗੀ ਵਾਲੇ ਪੁਰਖ ਸਨ ਔਰ ਬੰਨ ਪੈ ਗਿਆ। ਬੰਨ ਬੜੇ ਯਤਨ ਕੀਤੇ ਡਾਕਟਰਾਂ ਨੇ, ਬੰਨ ਨਾ ਖੁੱਲ੍ਹਿਆ। ਜਦੋਂ ਫਿਰ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਜਾਂ ਕੋਈ ਤਰੀਕਾ ਨਾ ਹੋਇਆ ਤਾਂ ਬਹੁਤ ਮੰਜੇ ਤੋਂ ਉੱਚੇ ਉੱਚੇ ਉੱਠ ਉੱਠ ਕੇ ਰੌੜੀ ਪਾਉਣ ਬਹੁਤ ਉੱਚੀ ਉੱਚੀ। ਉਹ ਫਿਰ ਸੇਵਾਦਾਰਾਂ ਨੇ ਬੇਨਤੀ, 28 ਦਿਨ ਬਾਅਦ ਫਿਰ ਉਹ ਬੰਨ ਖੁੱਲ੍ਹ ਗਿਆ, ਸਰੀਰ ਨੂੰ ਮਾੜੀ ਜਿਹੀ ਸ਼ਾਂਤੀ ਆਈ। ਸੇਵਾਦਾਰਾਂ ਨੇ ਪੁੱਛਿਆ, ਮਹਾਰਾਜ ਤੁਸੀਂ ਤਾਂ ਆਪ ਹੀ ਬੜੇ ਔਖੇ ਹਾਂ, ਅਸੀਂ ਜਿਹੜੇ ਤੁਹਾਡੇ ਮਗਰ ਲੱਗੇ ਹੋਏ ਹਾਂ, ਸਾਡਾ ਕੀ ਹਾਲ ਹੋਊਗਾ? ਉਹਨੇ ਸੰਤਾਂ ਨੇ ਫਿਰ ਇੱਕ ਵਚਨ ਕੀਤਾ, ਕਹਿੰਦੇ ਜਦੋਂ ਕੋਈ ਮਨੁੱਖ ਬਿਨਾਂ ਦੋਸ਼ ਤੋਂ ਆਪਣੇ ਘਰਵਾਲੀ ਨੂੰ ਛੱਡ ਜਾਵੇ, ਉਹਦਾ ਦੋਸ਼ ਕੋਈ ਨਾ ਹੋਵੇ, ਉਹ ਜਿੰਨੇ ਸਾਲ ਜੀਂਦੀ ਰਹੂਗੀ ਉਨੇ ਜਨਮ ਭੋਗਣੇ ਪੈਣਗੇ, ਮੁੜ ਕੇ ਫਿਰ ਦੁੱਖ ਦੇ ਵਿੱਚ ਹੀ ਰਹਿਣਾ ਪਊਗਾ। ਕਹਿੰਦੇ ਜਦੋਂ ਅਸੀਂ ਘਰੋਂ ਨਿਕਲੇ ਸੀ ਉਹ 28 ਸਾਲ ਜੀਉਂਦੀ ਰਹੀ, ਅਤੇ ਉਹ 28 ਦਿਨਾਂ ਵਿੱਚ ਅਸੀਂ 28 ਸਾਲਾਂ ਦਾ ਜਿਹੜਾ ਦੁੱਖ ਸੀ 28 ਦਿਨਾਂ 'ਚ ਕੱਟ ਦਿੱਤਾ। ਉਹ ਹੁਣ ਮੁੜ ਕੇ ਅਸੀਂ ਜਨਮ ਵਿੱਚ ਨਹੀਂ ਆਉਣਾ, ਕਰਮ ਜਿਹੜਾ ਬੀਜਿਆ ਸੀ ਉਹ ਭੋਗਣਾ ਪਿਆ। ਭਾਈ ਭਗਤੂ ਜੀ ਇੱਕ ਬੜੇ ਬਹੁਤ ਬੰਦਗੀ ਵਾਲੇ ਪੁਰਖ ਹੋਏ ਆ, ਬਾਬਾ ਆਦਮ ਜੀ ਦੇ ਲੜਕੇ ਮਾਲਵੇ ਦੀ ਧਰਤੀ 'ਤੇ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਦੇ ਚਰਨਾਂ ਵਿੱਚ ਬਾਬਾ ਆਦਮ ਜੀ ਨੂੰ ਇਹ ਬਖਸ਼ਿਸ਼ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਸੀ, ਭਾਈ ਤੁਹਾਡੇ ਤਾਂ ਪੁੱਤਰ ਹੈ ਨਹੀਂ, ਸਾਡੇ 4 ਪੁੱਤਰ ਹੋਣੇ, ਇੱਕ ਤੁਹਾਨੂੰ ਦੇ ਦਿੰਦੇ ਹਾਂ, ਉਹਦਾ ਨਾਮ ਤੁਸੀਂ ਭਾਈ ਭਗਤੂ ਰੱਖਿਓ। ਉਹ ਭਾਈ ਭਗਤੂ ਜੀ ਬੜੇ ਕਮਾਈ ਵਾਲੇ ਪੁਰਸ਼ ਹੋਏ ਆ, 4th ਪਾਤਸ਼ਾਹ ਤੋਂ ਲੈ ਕੇ 7th ਪਾਤਸ਼ਾਹ ਜੀ ਤੱਕ ਸਰੀਰ ਉਹਨਾਂ ਦਾ ਰਿਹਾ। ਬਹੁਤ ਉਹਨਾਂ ਦੀ ਉੱਧਰ ਮਾਨਤਾ ਬੜੀ ਆ ਮਾਲਵੇ ਦੇ ਵਿੱਚ। ਉਹਨਾਂ ਦੇ 2 ਪੁੱਤਰ ਹੋਏ ਆ, ਗੌਰਾ ਅਤੇ ਜੀਵਨ। ਜੀਵਨ ਵੀ ਗੁਰੂ 7th ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਰੀਰ 18 ਸਾਲ ਦੀ ਉਮਰ ਵਿੱਚ ਛੱਡ ਗਿਆ ਸੀ। ਭਾਈ ਗੌਰਾ ਵੀ 7th ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਆਪਣਾ ਜੀਵਨ ਗੁਜ਼ਾਰਿਆ ਸੀ। ਅੰਤ ਸਮਾਂ ਜਦੋਂ ਭਾਈ ਭਗਤੂ ਜੀ ਦਾ ਆਇਆ ਤਾਂ ਬੜਾ ਔਖਾ ਸਰੀਰ ਸੀ, ਬਹੁਤ ਉੱਚੀ ਉੱਚੀ ਰੌਲੀ ਪਾਉਣ ਮੰਜੇ ਦੇ ਉੱਤੇ ਪਏ, ਬਹੁਤ ਉੱਚੀ ਉੱਚੀ, ਆਮ ਪੰਜਾਬੀ ਵਿੱਚ ਕਹਿ ਦਿੰਦੇ ਡਿੰਗਦਾ ਬੱਚ, ਕਈ ਕੱਟੇ ਵਾਂਗ ਡਿੰਗਦਾ, ਕੋਈ ਕਿਸੇ ਤਰ੍ਹਾਂ ਕਹਿ ਦਿੰਦੇ। ਇਸ ਤਰ੍ਹਾਂ ਭਾਈ ਸਾਹਿਬ ਜੀ ਬੜੇ ਔਖੇ ਉੱਚੀ ਉੱਚੀ ਰੌਲੀ ਪਾਉਂਦੇ ਸੀ। ਸੇਵਕਾਂ ਨੇ ਪੁੱਛਿਆ, ਮਹਾਰਾਜ ਤੁਸੀਂ ਤਾਂ ਬੜੇ ਬੰਦਗੀਵਾਨ ਹੋ, ਗੁਰੂਆਂ ਦੀ ਬੜੀ ਬਖਸ਼ਿਸ਼ ਹੈ ਤੁਹਾਡੇ 'ਤੇ, ਅਤੇ ਮਹਾਰਾਜ ਤੁਸੀਂ ਵੀ ਇੰਨੇ ਔਖੇ ਹੋਏ ਹਾਂ, ਅਤੇ ਬਾਕੀ ਅਸੀਂ ਤਾਂ ਐਡੀ ਕਮਾਈ ਵੀ ਹੈ ਨਹੀਂ, ਅਸੀਂ ਤਾਂ ਤੁਹਾਡੇ 'ਤੇ ਆਸ ਰੱਖ ਕੇ ਬੈਠੇ ਹਾਂ। ਭਾਈ ਭਗਤੂ ਜੀ ਨੇ ਇੱਕ ਜਵਾਬ ਦਿੱਤਾ, ਕਹਿਣ ਲੱਗੇ, ਭਾਈ ਇਹ ਮਾਲਵੇ ਦੇ ਵਿੱਚ ਜਿਹੜੇ ਸਾਡੇ ਸੇਵਾਦਾਰ ਆ, ਸਿੱਖ ਆ, ਸਾਡੇ ਕੋਲ ਆਉਂਦੇ ਆ ਨਾ, ਉਹ ਕਹਿੰਦੇ ਚੋਰ ਆ, ਉਹ ਚੋਰੀ ਕਰਦੇ ਆ, ਉਹ ਚੋਰੀ ਕਰਕੇ ਲੋਕਾਂ ਦੀਆਂ ਮੱਝਾਂ ਗਾਈਆਂ ਖੋਲ੍ਹ ਲਿਆਉਂਦੇ ਆ, ਉਹ ਮੱਝਾਂ ਗਾਈਆਂ ਦਾ ਦੁੱਧ ਲਿਆ ਕੇ ਸਾਨੂੰ ਵੀ ਪਿਲਾ ਦਿੰਦੇ ਆ, ਥੋੜ੍ਹਾ ਬਹੁਤਾ ਸੰਗਤ ਵਿੱਚ ਬਾਕੀ ਵਰਤਾ ਦਿੰਦੇ, ਅਸੀਂ ਵੀ ਥੋੜ੍ਹਾ ਜਿਹਾ ਵਿੱਚੋਂ ਛਕ ਲੈਂਦੇ ਹਾਂ। ਕਹਿੰਦੇ ਜਦ ਉਹ ਮੱਝਾਂ ਗਾਈਆਂ ਖੋਲ੍ਹ ਕੇ ਲਿਆਉਂਦੇ ਆ, ਪਿੱਛੇ ਕੱਟੇ ਵੱਛੇ ਜਿਹੜੇ ਬਹੁਤ ਅੜਿੰਗਦੇ ਆ, ਭੁੱਖੇ ਛੋਟੇ ਛੋਟੇ, ਜਾਂ ਉਹਨੂੰ ਦੁੱਧ ਨਹੀਂ ਮਿਲਦਾ ਅਤੇ ਉਹ ਅੜਿੰਗਦੇ ਆ। ਕਹਿੰਦੇ ਜਿੱਦਾਂ ਉਹ ਬੱਚੇ ਡਿੰਗਦੇ ਸੀ, ਉਹ ਸਾਨੂੰ ਫਿਰ ਦੁੱਖ ਭੋਗਣਾ ਪਿਆ, ਤਾਂ ਆਪਣੇ ਸਰੀਰ 'ਤੇ ਭੋਗਦੇ ਹਾਂ, ਸਾਡਾ ਨਹੀਂ ਆ, ਇਹ ਸਾਡਾ ਕਰਮ ਹੈ ਜਿਹੜਾ ਗਲਤ ਬੀਜਿਆ ਗਿਆ, ਚੋਰਾਂ ਨੇ ਚੋਰੀ ਕਰਕੇ ਡੰਗਰ ਲਿਆ ਕੇ ਦੁੱਧ ਸੰਗਤ ਨੂੰ ਵੀ ਪਿਲਾਤਾ, ਸਾਨੂੰ ਵੀ ਪਿਲਾਤਾ, ਇਹਨੂੰ ਕਹਿੰਦੇ ਕਰਮ। ਕਰਮ ਚਾਹੇ ਧਾਰਮਿਕ ਪੱਖ ਵਿੱਚ ਹੋਵੇ, ਮਨੁੱਖ ਚਾਹੇ ਧਾਰਮਿਕ ਪੱਖ ਤੋਂ ਦੂਰ ਵੀ ਹੋਵੇ, ਜੇ ਧਰਤੀ ਗੁਰਦੁਆਰੇ ਹੈ ਉਹਦੇ ਵਿੱਚ ਵੀ ਕੁਛ ਨਾ ਕੁਛ ਜੰਮਣਾ, ਜੇ ਧਰਤੀ 'ਤੇ ਹੱਡਾ ਰੋੜੀ ਹੈ ਉੱਥੇ ਵੀ ਜੋ ਬੀਜਿਆ ਧਰਤੀ ਜੰਮ ਜਾਣਾ। ਧਰਤੀ ਤਾਂ ਚਾਹੇ ਕਿਸੇ ਜਗ੍ਹਾ 'ਤੇ ਹੋਵੇ, ਕਿਸੇ ਮੁਲਕ ਵਿੱਚ ਹੋਵੇ, ਉਹਦੇ ਵਿੱਚ ਬੀਜਿਆ ਹੋਇਆ ਸਰੀਰ ਦੇ ਵਿੱਚ ਬੀਜ ਜੰਮੇ ਜਾਣਾ। ਚਾਰੇ ਚੀਜ਼ਾਂ ਧਰਤੀ ਵਿੱਚ ਹੈ, ਜੇ ਚਾਰੇ ਚੀਜ਼ਾਂ ਧਰਤੀ ਨੂੰ ਨਾ ਮਿਲਣ ਤਾਂ ਬੀਜ ਜੰਮਦਾ ਨਹੀਂ ਆ। ਧਰਤੀ ਨੂੰ ਧੁੱਪ ਨਾ ਮਿਲੇ, ਛਾਂ ਵਿੱਚ ਬੀਜ ਬੀਜਦੇ ਉਹ ਜੰਮਦਾ ਨਹੀਂ ਆ, ਨਾ ਪਰਫੁੱਲਤ ਹੁੰਦਾ। ਧਰਤੀ ਸੁੱਕੀ ਹੋਵੇ, ਪਾਣੀ ਨਾ ਮਿਲੇ, ਬੀਜ ਭਾਵੇਂ 10 ਸਾਲ ਪਿਆ ਰਹੇ ਕਦੀ ਜੰਮਦਾ ਨਹੀਂ ਆ। ਧਰਤੀ ਨੂੰ ਹਵਾ ਨਾ ਲੱਗੇ, ਹਵਾ ਬੰਦ ਕਰ ਦਿਓ 4 ਚੁਫੇਰੇ ਤੋਂ ਧਰਤੀ 'ਤੇ ਬੀਜ, ਉਹ ਵੀ ਜੰਮ ਕੇ ਪਰਫੁੱਲਤ ਨਹੀਂ ਹੁੰਦਾ, ਜੇ ਜੰਮ ਵੀ ਜਾਵੇ ਤਾਂ ਪਰਫੁੱਲਤ ਨਹੀਂ ਹੁੰਦਾ।
ਇਸੇ ਤਰ੍ਹਾਂ ਅੱਗ, ਪਾਣੀ, ਮਿੱਟੀ, ਹਵਾ, ਇਹ ਚਾਰ ਚੀਜ਼ਾਂ ਸਰੀਰ ਵਿੱਚ ਹੈ, ਚਾਰ ਹੀ ਧਰਤੀ ਵਿੱਚ ਹੈ। ਸੂਰਜ ਦੀ ਧੁੱਪ ਨਾ ਮਿਲੇ ਧਰਤੀ ਨੂੰ ਤਾਂ ਫਸਲ ਨਹੀਂ ਹੁੰਦੀ, ਸਰੀਰ ਅੰਦਰ ਗਰਮੀ ਖਤਮ ਹੋ ਜਾਵੇ ਤਾਂ ਉਹਦਾ ਵੀ ਮਨੁੱਖ ਦਾ ਸਰੀਰ ਵੀ ਢਿੱਲਾ ਹੋ ਜਾਂਦਾ ਹੈ। ਇੱਕੋ ਜਗ੍ਹਾ ਬੰਨ੍ਹ ਕੇ ਸਰੀਰ ਦਾ ਜਿਹੜਾ ਵਾਤਾਵਰਨ ਹੈ, ਸਰੀਰ ਨੂੰ ਨਿਯਮ ਵਿੱਚ ਬੰਨਿਆ ਹੋਇਆ, ਤਿੰਨ ਚੀਜ਼ਾਂ ਸਰੀਰ ਦੇ ਵਿੱਚ ਤਿੰਨੇ ਇੱਕ ਦੂਜੇ ਦੀਆਂ ਵਿਰੋਧੀ ਹੈ, ਅੱਗ, ਪਾਣੀ ਅਤੇ ਹਵਾ, ਤਿੰਨੇ ਇਕੱਠੀਆਂ ਕਰਕੇ ਰੱਖੀਆਂ। ਅੱਗ, ਪਾਣੀ, ਹਵਾ ਤਿੰਨੇ ਇੱਕ ਦੂਜੇ ਦੇ, ਪਵਨ, ਪਾਣੀ, ਅਗਨੀ ਕਾ ਮੇਲ, ਤਿੰਨੇ ਇਕੱਠੇ ਕਰਕੇ ਸਰੀਰ ਦੇ ਵਿੱਚ ਇਹਨਾਂ ਤਿੰਨਾਂ ਨੂੰ ਇੱਕ ਜਗ੍ਹਾ ਪੂਰੀ ਮਰਯਾਦਾ ਅੰਦਰ ਰੱਖ ਦਿੱਤੇ। ਜੇ 98.0 ਤੋਂ ਵੱਧ ਜਾਂਦੀ ਗਰਮੀ ਤਾਂ ਕਹਿੰਦੇ ਸਰੀਰ 'ਚ ਬੁਖਾਰ ਹੋ ਗਿਆ, ਜੇ ਘੱਟ ਜਾਂਦੀ ਆ ਤਾਂ ਵੀ ਸਰੀਰ ਢਿੱਲਾ ਹੋ ਜਾਂਦਾ, ਜੇ ਵੱਧ ਜਾਂਦੀ ਤਾਂ ਵੀ ਢਿੱਲਾ ਹੋ ਜਾਂਦਾ। ਉੱਧਰ ਜੇ ਧੁੱਪ ਤੇਜ਼ ਜ਼ਿਆਦਾ ਪੈ ਜਾਵੇ ਤਾਂ ਵੀ ਫਸਲ ਨੂੰ ਮਾੜੀ ਆ, ਜੇ ਨਾ ਪਵੇ ਤਾਂ ਵੀ ਮਾੜੀ ਆ। ਅਤੇ ਇਸੇ ਤਰ੍ਹਾਂ ਜਦੋਂ ਸਰੀਰ ਦੇ ਵਿੱਚ ਹਵਾ ਦਾ ਪੱਖ ਵੱਧ ਜਾਵੇ ਕਹਿੰਦੇ ਗੈਸ, ਪੇਟ ਗੈਸ ਹੋ ਗਈ ਆ, ਅਤੇ ਸਰੀਰ 'ਚ ਪਾਣੀ ਦਾ ਤੱਤ ਵੱਧ ਜਾਵੇ, ਜੇ ਪਾਣੀ ਨਾ ਹੋਵੇ ਤਾਂ ਵੀ ਕਹਿੰਦੇ ਸਰੀਰ ਵਿੱਚ ਨੁਕਸ ਪੈ ਗਿਆ। ਇਹ ਸਰੀਰ ਦੀ ਜਿਹੜੀ ਮਰਯਾਦਾ ਬੰਨ੍ਹੀ ਹੋਈ ਹੈ, ਇਹਦੇ ਵਿੱਚ ਜਿਹੜਾ ਬੀਜ ਡਿੱਗਦਾ ਉਹ ਜੰਮ ਜਾਂਦਾ, ਚਾਹੇ ਧਾਰਮਿਕ ਪੱਖ 'ਤੇ ਹੈ, ਚਾਹੇ ਹੋਰ ਕਿਸੇ ਪੱਖ 'ਤੇ ਹੈ। ਦੂਰੇ ਜਾਨਵਰਾਂ ਨੂੰ, ਪਸ਼ੂਆਂ, ਪੰਛੀਆਂ ਨੂੰ ਉਹਨਾਂ ਦਾ ਕਰਮ ਨਹੀਂ ਹੈ, ਉਹਨਾਂ ਦਾ ਬੀਜ ਜੰਮਦਾ ਨਹੀਂ ਹੈ, ਉਹਨਾਂ ਦਾ ਸਿਰਫ ਕਰਮ ਹੈ, ਮਰਯਾਦਾ ਵਿੱਚ ਖੜ੍ਹੇ ਨੇ। ਜੇ ਕੋਈ ਸ਼ੇਰ ਨੂੰ ਕਹੇ ਜਾਨਵਰ ਮਾਰ ਕੇ ਖਾਂਦਾ, ਉਹਦੀ ਮਰਯਾਦਾ ਬਣਾਈ ਹੈ ਪਰਮੇਸ਼ਰ ਨੇ, ਉਹਨੇ ਮਾਸ ਹੀ ਖਾਣਾ, ਉਹਦਾ ਭੋਜਨ ਹੀ ਉਹੀ ਹੈ। ਸ਼ੇਰ ਭੁੱਖਾ ਮਰ ਜਾਵੇ, ਸਾਹਮਣੇ ਘਾਹ ਦੀਆਂ ਪੰਡਾਂ ਜਾਂ ਪੱਠੇ ਰੱਖ ਦਿਓ, ਸ਼ੇਰ ਖਾਂਦਾ ਨਹੀਂ, ਉਹਦੀ ਮਰਯਾਦਾ ਨਹੀਂ ਹੈ। ਭਗਵਾਨ ਨੇ ਮਰਯਾਦਾ ਬੰਨ੍ਹੀ ਹੈ, ਉਹ ਸਾਰੇ ਜੀਵ ਜੰਤੂ ਮਰਯਾਦਾ ਵਿੱਚ ਵੱਜੇ ਆ, ਮਨੁੱਖ ਮਰਯਾਦਾ ਤੋਂ ਬਾਹਰ ਹੈ। ਮਨੁੱਖ ਦੀ ਮਰਯਾਦਾ ਇਹ ਮਾਸਾਹਾਰੀ ਨਹੀਂ ਹੈ, ਸ਼ਾਕਾਹਾਰੀ ਹੈ। ਜਦੋਂ ਮਨੁੱਖ ਮਾਸ ਖਾਂਦਾ ਤਾਂ ਇਹਦੇ 'ਤੇ ਪਾਪ ਕਰਮ ਚੜ੍ਹਦਾ, ਜਿਹੜਾ ਜੀਵ ਦਾ ਮਾਸ ਰਿੰਨ ਕੇ ਖਾਧਾ ਇਹਦੇ 'ਤੇ ਪਾਪ ਪੁੰਨ ਲਾਗੂ ਹੈ, ਜੋ ਪਾਪ ਕਰਦਾ ਪੁੰਨ ਕਰਦਾ ਇਹਦੇ 'ਤੇ ਲਾਗੂ ਨੇ ਮਨੁੱਖ 'ਤੇ, ਕਿਉਂਕਿ ਮਰਯਾਦਾ ਵਿੱਚ ਰਹੇ ਤਾਂ ਫਿਰ ਤਾਂ ਨਹੀਂ, ਜੇ ਮਰਯਾਦਾ ਤੋਂ ਬਾਹਰ ਹੁੰਦਾ ਤਾਂ ਉਸ ਵੇਲੇ ਇਹਦੇ 'ਤੇ ਜੰਮਦੇ ਆ। ਕਿਹਦੇ ਅੰਦਰ ਬੀਜ ਨਹੀਂ ਜੰਮਦੇ, ਉਹ ਵੀ ਇੱਕ ਧਰਤੀ ਹੈ, ਜਿਹਦੇ 'ਤੇ ਪਾਪ ਪੁੰਨ ਲਾਗੂ ਨਹੀਂ ਹੁੰਦਾ, ਉਹਦੀ ਇੱਕ ਨਿਸ਼ਾਨੀ ਆ। ਇੱਕ ਸਾਰਿਆਂ ਮਨੁੱਖਾਂ ਦੇ ਅੰਦਰ ਇੱਕ ਐਸੀ ਚੀਜ਼ ਹੈ ਕਿ ਅੰਦਰ ਮਨ ਦੇ ਅੰਦਰੋਂ ਬੁਰਾ ਭਾਵ ਖਤਮ ਹੋ ਜਾਣਾ, ਇਹ ਸਾਰਿਆਂ ਦੇ ਅੰਦਰੋਂ ਨਹੀਂ ਖਤਮ ਹੁੰਦਾ। ਜਿਨ੍ਹਾਂ ਦੇ ਅੰਦਰੋਂ ਮਨ ਦੇ ਅੰਦਰੋਂ ਬੁਰਾ ਭਾਵ ਖਤਮ ਹੋ ਜਾਵੇ, ਸਾਰੀ ਸ੍ਰਿਸ਼ਟੀ ਵਿੱਚ ਸਾਜਣਹਾਰ ਪਰਮੇਸ਼ੁਰ ਨੂੰ ਦੇਖੇ, ਦੁਸ਼ਮਣ ਮਿੱਤਰ ਨਾ ਦੇਖੇ, ਸੁੱਖ ਦੁੱਖ ਨੂੰ ਬਰਾਬਰ ਕਰਕੇ ਸਮਝਦਾ ਹੋਵੇ, ਉਹਨੂੰ ਪਾਪ ਪੁੰਨ ਦੇ ਭਰੀ ਹੈ। ਜਿਨ੍ਹਾਂ ਦੇ ਪਵਿੱਤਰ ਅਸਥਾਨ 'ਤੇ ਬੈਠੇ ਹੋ, ਉਹ ਭਾਵੇਂ ਜਿੰਨੇ ਮਰਜ਼ੀ ਧਰਮ ਦੇ ਕਰਮ ਕਰ ਲੈਣ, ਉਹਨਾਂ ਨੂੰ ਨਾ ਪੁੰਨ ਹੈ ਨਾ ਉਹਨਾਂ ਨੂੰ ਪਾਪ ਹੈ। ਜੇ ਉਹ ਸ਼ਰਾਬ ਦੇ ਕੇ ਕਿਸੇ ਨੂੰ ਮਾਰ ਦੇਣ, ਤਾਂ ਉਹਨਾਂ ਨੂੰ ਪਾਪ ਵੀ ਕੋਈ ਨਹੀਂ ਹੈ, ਇਹ ਉੱਚੀ ਅਵਸਥਾ ਦੇ ਮਾਲਕ ਹੁੰਦੇ ਆ, ਸਾਰੀ ਦੁਨੀਆ ਬਾਕੀ ਸਾਰੇ ਪਾਪ ਪੁੰਨ ਦੇ ਵਿੱਚ ਆਉਂਦੇ ਆ। ਜਦੋਂ ਮਨੁੱਖ ਨੇ ਮਰਯਾਦਾ ਭੰਗ ਕੀਤੀ, ਉਹ ਕਰਮ ਬਣ ਗਿਆ। ਮਨੁੱਖ ਸ਼ਾਕਾਹਾਰੀ ਹੈ, ਮਨੁੱਖ ਮਾਸਾਹਾਰੀ ਨਹੀਂ ਹੈ, ਇਹਦੀ ਮਰਯਾਦਾ ਸ਼ਾਕਾਹਾਰੀ ਵਾਲੀ ਬੰਨ੍ਹੀ ਹੈ। ਮਾਸਾਹਾਰੀ ਜਾਨਵਰ ਜਿਹੜਾ ਮਾਸ ਖਾਂਦਾ, ਬਿੱਲੀ ਹੈ, ਸ਼ੇਰ ਹੈ, ਕੁੱਤਾ ਹੈ, ਇਹਨਾਂ ਦੇ ਦੰਦਾਂ ਦੀ ਬਣਤਰ ਵੱਖਰੀ ਹੈ, ਦੰਦ ਇਹਨਾਂ ਦੇ ਮੂਹਰਿਓਂ ਮੁੜਵੇਂ ਹੈ। ਮਨੁੱਖ ਦੇ ਦੰਦ ਸਿੱਧੇ ਹੈ, ਸ਼ਾਕਾਹਾਰੀ ਮੱਝ ਹੈ, ਗਾਂ ਹੈ, ਉਹਨਾਂ ਦੇ ਦੰਦ ਸਿੱਧੇ ਹੈ। ਜਿਹੜਾ ਮਾਸਾਹਾਰੀ ਹੈ ਉਹਨੂੰ ਪਸੀਨਾ ਨਹੀਂ ਆਉਂਦਾ, ਜਿਹੜਾ ਸ਼ਾਕਾਹਾਰੀ ਉਹਨੂੰ ਪਸੀਨਾ ਆਉਂਦਾ, ਮੱਝ ਨੂੰ, ਗਾਂ ਨੂੰ, ਘੋੜੇ ਨੂੰ, ਇਹਨਾਂ ਨੂੰ ਸਾਰਿਆਂ ਨੂੰ ਪਸੀਨਾ ਆਉਂਦਾ, ਮਾਸਾਹਾਰੀ ਨੂੰ ਪਸੀਨਾ ਨਹੀਂ ਆਉਂਦਾ। ਜਿਹੜਾ ਮਾਸਾਹਾਰੀ ਆ ਉਹ ਜੀਭ ਨਾਲ ਪਾਣੀ ਚੱਕ ਕੇ ਪੀਂਦਾ, ਉਹ ਚੀਂਡ ਲਾ ਕੇ ਨਹੀਂ ਪੀਂਦਾ। ਜਿਹੜਾ ਸ਼ਾਕਾਹਾਰੀ ਆ ਮੂੰਹ ਲਾ ਕੇ, ਚੀਂਡ ਲਾ ਕੇ ਪਾਣੀ ਪੀਂਦਾ। ਜਦੋਂ ਮਨੁੱਖ ਆਪਣੀ ਮਰਯਾਦਾ ਤੋਂ ਗਲਤ ਹੁੰਦਾ, ਇਹ ਮਾਸਾਹਾਰੀਆਂ ਦਾ ਭੋਜਨ ਖਾਣ ਲੱਗ ਜਾਂਦਾ, ਇਹਦਾ ਪਾਪ ਕਰਮ ਵੱਧ ਜਾਂਦਾ, ਪਾਪ ਪੁੰਨ ਫਿਰ ਇਹਦੇ ਵਿੱਚ ਜੰਮਦੇ ਆ, ਉਹ ਪਾਪ ਪੁੰਨ ਫਿਰ ਇਹਨੂੰ ਦੁੱਖਾਂ ਦਾ ਕਾਰਨ ਹੋ ਕੇ ਸਾਹਮਣੇ ਆਉਂਦੇ ਆ। ਉਹ ਫਿਰ ਜਦੋਂ ਦੁੱਖ ਇਹ ਭੋਗਦਾ, ਫਿਰ ਇਹ ਤੰਗੀ ਮੰਨਦਾ, ਫਿਰ ਕਹਿੰਦਾ ਮੇਰੇ ਸਾਹਮਣੇ ਦੁੱਖ ਕਿਉਂ ਆਇਆ, ਦੁੱਖ ਤਾਂ ਤੇਰਾ ਬੀਜਿਆ ਹੋਇਆ ਸੀ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਯੋਗ, ਤੈਂ ਜੋ ਬੀਜਿਆ ਸੀ ਉਹੀ ਵੱਢਦਾ ਭਾਈ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਿਸੇ ਨੂੰ ਦੋਸ਼ ਨਹੀਂ ਮੈਂ ਦੇ ਸਕਦਾ, ਫਲਾਨਾ ਬੰਦਾ ਮੇਰੇ ਨਾਲ ਇਹ ਕਰਦਾ, ਇਹ ਫਲਾਨਾ ਮੇਰੇ ਨਾਲ ਇਹ ਕੰਮ ਕਰਦਾ, ਮੇਰਾ ਦੁਸ਼ਮਣ ਹੈ,
ਨਹੀਂ ਤੇਰਾ ਕੋਈ ਨਹੀਂ, ਆਪਣਾ ਹੀ ਬੀਜਿਆ ਹੋਇਆ ਸੀ। ਗੁਰੂ ਅਰਜਨ ਦੇਵ ਮਹਾਰਾਜ ਬਾਣੀ ਵਿੱਚ ਲਿਖਦੇ ਆ, ਇਸ ਮਹੀਨੇ ਵਿੱਚ ਬਖਸ਼ਿਸ਼ ਕਰਦੇ ਆ। ਭਗਤ ਲੋਚਨ ਜੀ ਦੀ ਪਵਿੱਤਰ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਉਹਨਾਂ ਨੇ ਇੱਕ ਨੌਕਰ ਰੱਖ ਲਿਆ ਸੀ, ਦੋਵੇਂ ਭਗਤ ਸਨ ਰੱਬ ਦੀ ਬੰਦਗੀ ਵਾਲੇ। ਭਗਤ ਜੀ ਥੋੜ੍ਹੇ ਬਿਰਧ ਹੋ ਗਏ, ਮਨ ਦੀ ਫੁਰਨਾ ਬਣ ਗਿਆ। ਜੋ ਪਰਮੇਸ਼ੁਰ ਬੰਦਗੀ ਵਾਲੇ ਪੁਰਖਾਂ ਦਾ ਫੁਰਨਾ ਬਣਦਾ ਉਹ ਅੰਦਰੇ ਹੀ ਬੈਠਾ। ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਣ, ਅੰਦਰੋਂ ਫੁਰਨਾ ਬਣਦਾ ਉਸ ਵੇਲੇ ਸਾਹਮਣੇ ਚੀਜ਼ ਪਈ ਹੈ। ਫੁਰਨਾ ਬਣ ਗਿਆ, ਹੁਣ ਸੇਵਾ ਹੁੰਦੀ ਨਹੀਂ ਆ। ਕੋਈ ਸੇਵਾਦਾਰ ਮਿਲ ਜਾਵੇ, ਨਾਲੇ ਸੰਗਤ ਦੀ ਸੇਵਾ ਕਰੇ, ਨਾਲੇ ਸਾਡੀ ਵੀ ਕਰੇ। ਭਗਵਾਨ ਫਿਰ ਸੇਵਕ ਬਣ ਕੇ ਸਾਹਮਣੇ ਘੁੰਮਣ ਲੱਗ ਗਿਆ, ਛੋਟਾ ਜਿਹਾ ਮੁੰਡੇ ਦੀ ਬਾਲਕਾ ਬਣ ਕੇ ਸਾਹਮਣੇ ਘੁੰਮਣ ਲੱਗ ਗਿਆ। ਉਹਨੇ ਕਿਹਾ, ਕਾਕਾ ਤੂੰ ਸਵੇਰ ਦਾ ਘੁੰਮਦਾ। ਭਗਤ ਜੀ ਕਹਿੰਦੇ, ਕਦੀ ਇੱਧਰ ਕਦੀ ਇੱਧਰ, ਕੀ ਗੱਲ ਹੈ, ਕਿਹਨੂੰ ਮਿਲਣਾ? ਉਹ ਕਹਿੰਦੇ, ਜੀ ਮੈਂ ਤਾਂ ਨੌਕਰੀ ਕਰਨੀ ਆ। ਕਹਿੰਦੇ, ਨੌਕਰ ਤਾਂ ਸਾਨੂੰ ਹੀ ਚਾਹੀਦਾ, ਤੂੰ ਸਾਡੇ ਰਹਿ ਲਾ। ਕਹਿੰਦਾ, ਮਹਾਰਾਜ ਤੁਸੀਂ ਰੱਖ ਲਓ ਜੀ। ਕਹਿੰਦੇ, ਤਨਖਾਹ ਦੱਸ ਕੀ ਲੈਣੀ ਆ? ਕਹਿੰਦਾ, ਤਨਖਾਹ ਤਾਂ ਮੈਂ ਮਹਾਰਾਜ ਲੈਣੀ ਨਹੀਂ ਜੀ, ਮੈਂ ਤਨਖਾਹ ਲੈਣੀ ਨਹੀਂ ਹੈ, ਪ੍ਰਸ਼ਾਦਾ ਛਕਣਾ ਅਤੇ ਸੇਵਾ ਕਰਨੀ ਆ। ਜਦੋਂ ਮੇਰੀ ਕੋਈ ਨਿੰਦਿਆ ਉਦੋਂ ਕਰਦਾ ਮਨੁੱਖ ਜਦੋਂ ਕਿਸੇ ਨੂੰ ਮਾੜਾ ਗਿਣਦਾ, ਜਦੋਂ ਕਿਸੇ ਨੂੰ ਆਪਾਂ ਮੰਦਾ ਕਹੀਏ। ਸੋਨੇ ਨੂੰ ਸੋਨਾ ਹਜ਼ਾਰ ਵਾਰ ਕਹਿ ਦਿਓ, ਨਿੰਦਿਆ ਨਹੀਂ ਹੈ। ਜੇ ਸੋਨੇ ਨੂੰ ਪਿੱਤਲ ਕਹਿੰਦੇ ਫਿਰ ਨਿੰਦਿਆ ਹੈ। ਕਹਿੰਦੇ, ਜਿੱਦਣ ਮੇਰੀ ਨਿੰਦਿਆ ਹੋ ਗਈ ਮੈਂ ਫਿਰ ਚਲੇ ਜਾਣਾ। ਮੇਰਾ ਥੋੜ੍ਹਾ ਸੁਭਾਅ ਹੈ, ਮੈਂ ਭੋਜਨ ਥੋੜ੍ਹਾ ਵੱਧ ਛਕਦਾ, ਘਰਦਿਆਂ ਨੇ ਮੈਨੂੰ ਕੱਢਿਆ ਹੋਇਆ, ਬਸ ਇਹੀ ਮੇਰੀ ਤਨਖਾਹ ਹੈ। ਕਹਿੰਦੇ, ਕੋਈ ਗੱਲ ਨਹੀਂ, ਅਸੀਂ ਨਿੰਦਿਆ ਕਾਹਨੂੰ ਕਰਨੀ ਹੈ, ਤੂੰ ਸੇਵਾ ਕਰਿਆ ਕਰ। ਭਗਤ ਜੀ ਨੇ ਸੇਵਾ ਕਰਨ ਲੱਗ ਗਏ। ਉਹ ਕਹਿੰਦੇ, ਕਾਕਾ ਨਾਂ ਕੀ ਆ ਤੇਰਾ? ਕਹਿੰਦਾ, ਨਾਂ ਮੇਰਾ ਅੰਤਰਜਾਮੀ ਆ। ਕਹਿੰਦੇ, ਠੀਕ ਹੈ, ਮੱਝਾਂ ਲੈ ਜਾਣੀਆਂ, ਗਾਈਆਂ ਚਾਰ ਕੇ ਲੈ ਆਉਣੀਆਂ, ਦੁੱਧ ਚੋ ਕੇ ਰੱਖ ਦੇਣਾ, ਭੋਜਨ ਛੱਕ ਲੈਣਾ, ਚਲੇ ਜਾਣਾ। ਇੱਕ ਦਿਨ ਭਗਤ ਜੀ ਪੁੱਛਣ ਲੱਗੇ ਆਪਣੀ ਘਰਵਾਲੀ ਨੂੰ, ਕਹਿੰਦੇ, ਜਿਹੜਾ ਮੁੰਡਾ ਆਪਣਾ ਸੇਵਾਦਾਰ ਆ ਉਹ ਕਹਿੰਦਾ ਸੀ ਮੈਂ ਰੋਟੀ ਜ਼ਿਆਦਾ ਖਾਂਦਾ, ਕਿਤੇ ਭੁੱਖਾ ਤਾਂ ਨਹੀਂ ਰਹਿੰਦਾ, ਦੇਖ ਲਿਆ ਕਰ, ਪ੍ਰਸ਼ਾਦਾ ਜ਼ਿਆਦਾ ਛੱਕਦਾ ਸੀ। ਉਹ ਕਹਿੰਦੀ, ਜੀ ਮੈਂ ਜਿੰਨੇ ਰੱਖ ਦਿੰਦੀ ਹਾਂ। ਉਹ ਕਹਿੰਦਾ ਨਹੀਂ ਵੱਧਿਆ, ਮੈਂ ਜੇ ਨਹੀਂ ਰੱਖਦੀ ਤਾਂ ਉਨੇ ਛੱਕ ਕੇ ਚਲੇ ਜਾਂਦਾ, ਕਦੀ ਕਿਹਾ ਨਹੀਂ ਹੋਰ ਦਿਓ, ਜਿੰਨੇ ਰੱਖਦੇ ਤਾਂ ਉਨੇ, ਜਿੰਨੇ ਰੱਖੀ ਜਾਈਏ ਉਨੇ ਖਾਂਦਾ ਰਹਿੰਦਾ। ਉਹ ਕਹਿੰਦੇ, ਫਿਰ ਤੂੰ ਇੱਕ ਵਾਰ ਦੇਖ ਤਾਂ ਲੈਣਾ ਸੀ ਰਜਾ ਕੇ। ਕਹਿੰਦੇ, ਜੀ ਆਹ ਮੋਹਰੇ ਹੁਣ ਸਰਾਧ ਆ ਗਏ, ਆਪਾਂ ਸਰਾਧ ਕਰਨਾ ਉਹਦੇ ਵਿੱਚ, ਪਹਿਲਾਂ ਅੰਤਰਜਾਮੀ ਜੀ ਨੂੰ ਰਜਾ ਲੈਂਦੇ ਹਾਂ, ਫਿਰ ਬਾਅਦ 'ਚ ਦੇਖ ਲਵਾਂਗੇ। ਦਸਾਂ ਪੰਦਰਾਂ ਬੰਦਿਆਂ ਦਾ ਪ੍ਰਸ਼ਾਦਾ ਤਿਆਰ ਕਰ ਲਿਆ, ਅੰਤਰਜਾਮੀ ਜੀ ਨੂੰ ਸੱਦਿਆ। ਕਹਿੰਦੇ, ਮਹਾਰਾਜ ਅੰਤਰਜਾਮੀ ਜੀ ਪ੍ਰਸ਼ਾਦਾ ਛਕ ਲਓ। ਉਹ ਛਕਣ ਬੈਠ ਗਏ ਅਤੇ ਉਹ ਰੱਖਦੀ ਰਹੀ ਮਾਤਾ, ਅਤੇ ਉਹ ਖਾਈ ਗਿਆ ਸਾਰਾ ਹੀ ਭੋਜਨ। ਉਹਨੇ ਨੇ ਕਿਹਾ ਹੋਰ ਨਹੀਂ ਚਾਹੀਦਾ, ਉਹ ਰੱਖੀ ਗਈ ਪਾਈ ਗਈ, ਉਹਨੇ ਨੇ ਕਿਹਾ ਨਹੀਂ, ਉਹ ਸਾਰਾ ਹੀ ਛਕ ਲਿਆ। ਉਹਨਾਂ ਦੇ ਖਾਣ ਜੋਗਾ ਬਿਨਾਂ ਰਿਹਾ ਅਤੇ ਉਹਨੇ ਬੰਦ ਕਰ ਦਿੱਤਾ ਅਤੇ ਉੱਠ ਕੇ ਚਲੇ ਗਏ। ਫਿਰ ਉਹ ਫਿਰ ਜਦੋਂ ਸਾਰ ਆਪਣੇ ਵਾਸਤੇ ਵੱਖਰੇ ਹੋਰ ਪ੍ਰਸ਼ਾਦੇ ਪਕਾ ਕੇ ਛੱਕ ਛਕਾ ਕੇ, ਬੀਬੀਆਂ ਦਾ ਸੁਭਾਅ ਹੈ, ਜਦੋਂ ਵਿਹਲੇ ਹੋਣਾ ਫਿਰ ਦੂਜੇ ਘਰ ਚਲੇ ਜਾਣਾ, ਅਤੇ ਦੂਜੇ ਘਰ ਗਈ। ਉਹ ਕਹਿੰਦੀ, ਭੈਣ ਤੇਰਾ ਮੂੰਹ ਉਤਰਿਆ ਹੋਇਆ। ਕਹਿੰਦੀ, ਉਤਰਿਆ ਤਾਂ ਕੀ ਦੱਸੀਏ, ਦੱਸੀ ਨਾ, ਕਿਸੇ ਕੋਲ ਗੱਲ ਨਾ ਕਰੀ, ਨੌਕਰ ਰੱਖ ਬੈਠੇ ਹਾਂ, ਪਤਾ ਨਹੀਂ ਕਿਹੜੇ ਜਨਮਾਂ ਦਾ ਭੁੱਖਾ, ਉਹ ਰੱਜਦਾ ਹੀ ਨਹੀਂ ਹੈ। ਅੱਜ ਮੈਂ ਦਸਾਂ ਵੀਹਾਂ ਬੰਦਿਆਂ ਦੇ ਪ੍ਰਸ਼ਾਦੇ ਪਕਾਏ, ਉਹ ਸਾਰੇ ਹੀ ਖਾ ਗਿਆ, ਫਿਰ ਵੀ ਰੱਜਾ ਨਹੀਂ। ਉਹਨੇ ਕਿਹਾ ਨਹੀਂ ਹੋਰ ਨਹੀਂ ਚਾਹੀਦਾ, ਮੈਂ ਰੱਖੀ ਗਏ ਆਪਣੇ ਵਾਸਤੇ, ਹੋਰ ਦੁਬਾਰਾ ਪਕਾਉਣੇ ਪਏ। ਅੰਤਰਜਾਮੀ ਜੀ ਗਾਈਆਂ ਛੱਡ ਗਏ, ਮੁੜ ਕੇ ਆਏ ਹੀ ਨਾ, ਜਾਂ ਨਾ ਆਏ। ਭਗਤ ਜੀ ਪੁੱਛਣ ਲੱਗੇ, ਤੂੰ ਕਿਤੇ ਨਿੰਦਿਆ ਤਾਂ ਨਹੀਂ ਕਰ ਬੈਠੀ? ਉਹ ਕਹਿੰਦੀ, ਨਿੰਦਿਆ ਤਾਂ ਮੈਂ ਕੀਤੀ ਨਹੀਂ। ਕਹਿੰਦੇ, ਕੁਛ ਕਿਹਾ ਹੋਣਾ, ਉਹਨੇ ਕਿਹਾ ਸੀ ਜਦੋਂ ਮੇਰੀ ਨਿੰਦਿਆ ਹੋ ਗਈ ਮੈਂ ਚਲੇ ਜਾਣਾ। ਕਹਿੰਦੇ, ਮੈਂ ਤਾਂ ਐਡੀ ਕੋਈ ਗੱਲ ਨਹੀਂ ਕਹੀ, ਮੈਂ ਤਾਂ ਗੁਆਂਢ ਇਹੀ ਗੱਲ ਕਹੀ ਹੈ। ਕਹਿੰਦੇ, ਬਸ ਉਹ ਪਰਮੇਸ਼ੁਰ ਸੀਗਾ, ਉਹ ਸਰਬ ਵਿਆਪਕ ਹੈ, ਉਹਨੇ ਸੁਣ ਲਿਆ। ਫਿਰ ਉਹ ਕਹਿਣ ਲੱਗੀ, ਭਜਨ ਬੰਦਗੀ ਕਰਨ ਦਾ ਕੀ ਫਾਇਦਾ, ਜੇ ਆਪਣੇ ਦੁੱਖ ਸੁੱਖਾਂ ਦਾ ਕਰਮਾਂ ਦਾ ਫਲ ਹੀ ਭੋਗਣਾ ਹੋਇਆ ਫਿਰ ਰੱਬ ਦੀ ਬੰਦਗੀ ਕਰਨ ਦਾ ਕੀ ਫਾਇਦਾ। ਫਿਰ ਭਗਤ ਜੀ ਨੇ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਉਚਾਰੀ ਹੈ, ਬਾਣੀ ਤਰਲੋਚਨ ਜੀ ਦੀ ਹੈ। ਉਹਦੇ ਵਿੱਚ ਉਹ ਆਪਣੀ ਘਰਵਾਲੀ ਨੂੰ ਸਮਝਾਉਂਦੇ ਆ, ਕਹਿੰਦੇ, ਨਾਰਾਇਣ ਨਿੰਦ ਸਕਾਏ ਭੋਲੀ ਗਵਾਰੀ, ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੀ ਗਿਆਨ ਤੋਂ ਭੋਲੀਏ ਮੂਰਖੇ। ਨਾਰਾਇਣ ਨਿੰਦ ਸਕਾਏ ਭੋਲੀ ਗਵਾਰੀ, ਦੁੱਖ ਕਿਰਤੋ ਸੁਕਿਰਤੋ ਥਾਰੋ ਕਰਮਰੀ, ਦੁੱਖ ਸੁੱਖ ਤੇਰੇ ਕਰਮਾਂ ਦਾ ਆ,
ਭਗਵਾਨ ਨੂੰ ਦੋਸ਼ ਨਾ ਦੇ। ਉਹ ਕਹਿੰਦੀ ਭਜਨ ਬੰਦਗੀ ਕਰਨ ਦਾ ਕੀ ਫਾਇਦਾ। ਫਿਰ ਉਹਨੇ ਸਾਰਿਆਂ ਦਾ ਜ਼ਿਕਰ ਕਰਕੇ ਦੱਸਿਆ, ਕਹਿੰਦੇ ਸੰਕਰਾ ਮਸਤਕ ਵਸਤਾ ਸੁਰਸਰੀ ਇਸਨਾਨ ਰੇ, ਕੁਲ ਮਧੇ ਜਨ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਿਭੀਠ ਸਰੀ। ਚੰਦਰਮਾ ਕਹਿੰਦੇ ਸ਼ਿਵ ਜੀ ਦੇ ਮੱਥੇ 'ਤੇ ਹਰ ਵੇਲੇ ਵੱਸਦਾ, ਸੰਕਰਾ ਮਸਤਕ ਵਸਤਾ ਸੁਰਸਰੀ ਰੋਜ਼ ਗੰਗਾ ਵਿੱਚ ਇਸ਼ਨਾਨ ਕਰਦਾ, ਕੁਲ ਮਧੇ ਜਨ ਮਿਲਿਓ ਸਾਰੰਗ ਪਾਨ ਰੇ। ਕ੍ਰਿਸ਼ਨ ਭਗਵਾਨ ਵੀ ਉਹਦੀ ਵੰਸ਼ ਵਿੱਚ ਪੈਦਾ ਹੋਏ, ਪਰ ਉਹ ਚੰਦਰਮਾ ਦਾ ਕਲੰਕ ਨਹੀਂ ਮੇਟ ਸਕੇ। ਫਿਰ ਇੱਕ ਹੋਰ ਪ੍ਰਮਾਣ ਦਿੱਤਾ ਉਹਨਾਂ ਨੇ ਹਨੂੰਮਾਨ ਜੀ ਦਾ, ਦਾਦੀ ਲੇ ਲੰਕਾ ਗਾੜੋ ਪਾੜੀ ਲੇ ਰਾਵਣ ਬਾਣ, ਸਲਬ ਸਲ ਆਣ ਤੁਖੀਲੇ ਹਰੀ। ਹਨੂੰਮਾਨ ਨੇ ਲੰਕਾ ਦਾ ਗੜ੍ਹ ਤੋੜਿਆ, ਬਾਗ ਵੀ ਪੱਟਿਆ ਰਾਵਣ ਦਾ, ਪਰ ਹਨੂੰਮਾਨ ਜੀ ਨੇ ਪਿਛਲੇ ਜਨਮ ਦਾ ਸਰਾਪ ਸੀ ਕਪਿਲ ਮੁਨੀ ਜੀ ਦਾ, ਅਗਰ ਤੂੰ ਵਸਤਰ ਸਰੀਰ 'ਤੇ ਪਾਵੇਂਗਾ ਤੇਰੇ ਸਰੀਰ ਨੂੰ ਅਗਨ ਲੱਗ ਜਾਵੇਗੀ। ਕਹਿੰਦੇ ਉਹ ਸਰਾਪ ਮੁੜਿਆ ਨਹੀਂ, ਰਾਮ ਜੀ ਮਹਾਰਾਜ ਦਾ ਅਨਣ ਸੇਵਕ ਹੋਇਆ, ਸਾਰੀਆਂ ਫੌਜਾਂ ਦਾ ਜਰਨੈਲ ਹੋਇਆ, ਉਹਨੂੰ ਸਰਾਪ ਸੀ ਮਹਾਤਮਾ ਦਾ ਕੇਵਲ ਕੱਛਾ ਹੀ ਰਹੇਗਾ, ਅਗਰ ਸਰੀਰ 'ਤੇ ਹੋਰ ਕੱਪੜਾ ਪਹਿਨੇਗਾ ਸਰੀਰ ਨੂੰ ਅੱਗ ਲੱਗ ਜਾਵੇਗੀ। ਉਹ ਹਨੂੰਮਾਨ ਜੀ ਜਦੋਂ ਸਰੀਰ 'ਤੇ ਕੱਪੜਾ ਪਹਿਨਦੇ ਸੀ ਸਰੀਰ ਨੂੰ ਅੱਗ ਲੱਗ ਜਾਂਦੀ ਸੀ। ਭਗਤ ਜੀ ਕਹਿੰਦੇ ਦੇਖ ਲਾ ਰਾਮ ਜੀ ਦਾ ਬਹੁਤ ਨੇੜੇ ਦਾ ਸੇਵਾਦਾਰ ਹੋਇਆ, ਉਹਨੂੰ ਰਾਮ ਜੀ ਕੱਪੜੇ ਨਹੀਂ ਪਵਾ ਸਕੇ, ਉਹ ਪਿਛਲੇ ਕਰਮਾਂ ਦਾ ਉਹਦਾ ਫਲ ਸੀ ਬੀਜਿਆ ਹੋਇਆ। ਕਹਿੰਦੇ ਕਰਮ ਕਰ ਕੱਛ ਮਫੀਠ ਸਰੀ। ਫਿਰ ਹੁੱਕ ਪ੍ਰਮਾਣ ਹੋਰ ਦਿੱਤਾ ਭਗਤ ਜੀ ਨੇ, ਕਹਿੰਦੇ ਅੰਮ੍ਰਿਤ ਸਸੀਏ ਧਿਨ ਲਛਮੀ ਕਲਪੱਤਰ ਸਿਖਰ ਸੁਨਾਗਰ। ਅੰਮ੍ਰਿਤ ਨਿਕਲਿਆ, ਕਲਛਮੀ ਨਿਕਲੀ, ਕਲਪ ਬ੍ਰਿਸ਼ ਨਿਕਲਿਆ, ਕਾਮ ਧਿਨ ਗਊ ਨਿਕਲੀ, ਤਨਾਂਤਰ ਵੈਦ ਨਿਕਲਿਆ, ਸਾਰੇ ਉਹਦੇ ਵਿੱਚੋਂ ਅੰਮ੍ਰਿਤ ਸਸੀਆ ਤੇਨ ਲਛਮੀ ਕਲਪੱਤਰ ਸਿੱਖ ਸੁਨਾਦਕ ਸੁਨਾਗਰ ਕਲਪ ਬ੍ਰਿਸ਼ ਨਿਕਲਿਆ। ਨਦੀ 'ਚ ਨਾਥੰ, ਨਦੀਆਂ ਦਾ ਰਾਜਾ ਸਮੁੰਦਰ ਕਹਾਉਂਦਾ। ਕਰਮ ਕਰ ਖਾਰ ਮਫੀਠ ਸਰੀ, ਇੰਨਾ ਸਮਾਨ ਉਹਦੇ ਵਿੱਚੋਂ ਨਿਕਲਿਆ, ਕਲਪ ਬ੍ਰਿਸ਼ ਹੈ, ਥੱਲੇ ਬਹਿ ਕੇ ਫੁਰਨਾ ਕਰੋ, ਫੁਰਨਾ ਪੂਰਾ ਹੋ ਜਾਂਦਾ। ਕਾਮ ਧਿਨ ਗਊ ਤੋਂ ਜਿਹੜੀ ਮਰਜ਼ੀ ਚੀਜ਼ ਮੰਗ ਲਓ ਦੇ ਦਿੰਦੀ ਆ, ਪਰ ਸਮੁੰਦਰ ਐਸਾ ਉਹਨੂੰ ਸਰਾਪ ਹੋਇਆ, ਸਮੁੰਦਰ ਨੂੰ ਅੱਜ ਤੱਕ ਕੋਈ ਮਿੱਠਾ ਨਹੀਂ ਕਰ ਸਕਿਆ। ਉਹਦੇ ਵਿੱਚ ਲੂਣ ਇੰਨਾ, ਤੁਸੀਂ ਕਿਤੇ ਸਮਾਂ ਬਣਿਆ ਦੇਖ ਲਿਓ, ਜਿੰਨਾ ਆਪਾਂ ਗਰਾਰਿਆਂ ਕਰਨ ਵਾਸਤੇ ਗਰਮ ਪਾਣੀ 'ਚ ਲੂਣ ਪਾ ਕੇ ਆਪਾਂ ਗਰਾਰੇ ਕਰਦੇ ਹਾਂ ਰੇਸ਼ਾ ਤੋਂ, ਇੰਨਾ ਲੂਣ ਹੈ ਸਮੁੰਦਰ ਦੇ ਪਾਣੀ ਦੇ ਵਿੱਚ। ਇਹ ਅਗਸਤ ਮੁਨੀ ਦੇ ਸਰਾਪ ਦੇ ਨਾਲ ਸਮੁੰਦਰ ਲੂਣਾ ਕਰ ਦਿੱਤਾ ਸੀ। ਇਹ ਸਾਰੇ ਉਹਨਾਂ ਨੇ ਪ੍ਰਮਾਣ ਦੇ ਕੇ ਕਹਿਣ ਲੱਗੇ, ਪਿਛਲਿਆਂ ਕਰਮਾਂ ਦਾ ਪੂਰਬ ਲੋ ਕਿਰਤ ਕਰਮ ਨਾ ਮਿਟੋ ਰੀ ਘਰ ਕੀ ਗਹਿਣ। ਕਹਿੰਦੇ ਪਿਛਲੇ ਕਰਮ ਜਨਮਾਂ ਦੇ ਕੀਤੇ ਹੋਏ ਕਰਮ ਮਿਟਦੇ ਨਹੀਂ, ਤਾਂ 'ਚ ਮੋਹੇ ਜਾਪੀ ਅਲੇ ਰਾਮ 'ਚ ਨਾਮੰਗ। ਤਾਂ ਪਿਛਲੇ ਜਨਮਾਂ ਦਾ ਮੈਂ ਇਹ ਹੀ ਜਾਣ ਕੇ ਫਿਰ ਪਰਮੇਸ਼ੁਰ ਦੇ ਨਾਮ ਨੂੰ ਜਪਣਾ ਚੰਗਾ ਜਾਣਿਆ ਹੈ। ਕੋਈ ਸਮਰੱਥ ਪੁਰਖ, ਕੋਈ ਮਹਾਤਮਾ ਪੁਰਖ ਇਸ ਕਰਮ ਨੂੰ ਕੱਟ ਦੇਵੇ ਉਹ ਵੱਖਰੀ ਗੱਲ ਹੈ, ਇਹਦੇ ਉਹਨਾਂ 'ਤੇ ਲਾਗੂ ਨਹੀਂ ਹੈ। ਜਿਨ੍ਹਾਂ ਦੇ ਅਸਥਾਨ 'ਤੇ ਤੁਸੀਂ ਬੈਠੇ ਹੋ ਕੱਟ ਦਿੰਦੇ ਹੁੰਦੇ ਸੀ ਬਹੁਤਿਆਂ ਦੇ ਕਰਮ, ਪਿਛਲੇ ਜਨਮਾਂ ਦੇ ਕਰਮਾਂ ਦੇ ਕਰਮ ਕੱਟ ਦਿੰਦੇ ਸੀ, ਕਿਉਂਕਿ ਪੂਰਵ ਜਨਮ ਦੇ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ ਮਹਾਤਮਾ ਦੇ ਦਰਸ਼ਨਾਂ ਨਾਲ ਖਤਮ ਹੋ ਜਾਂਦੇ ਆ। ਇਸ ਕੇ ਦਰਸ ਸਭ ਪਾਪ ਮਿਟਾਵੇ, ਅਬਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਉਹਨਾਂ ਦੀ ਸੰਗਤ ਵਿੱਚ ਜਾ ਕੇ ਤਾਂ ਪਾਪ ਕਰਮ ਕੱਟੇ ਜਾਂਦੇ, ਜੇ ਕੋਈ ਮਨੁੱਖ ਕਹੇ ਆਪਣੇ ਆਪ ਹੀ ਫੇਰ ਨਹੀਂ ਕੱਟੇ ਜਾਂਦੇ। ਸਾਧ ਕੇ ਸੰਗ ਈਹਾਂ ਉਹਾਂ ਸਹੇਲਾ, ਸਾਧ ਸੰਗ ਵਿਛਰਤ ਹਰ ਮੇਲਾ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਸਾਧੂ ਦੀ ਸੰਗਤ ਕਰਨ ਦੇ ਨਾਲ ਪਾਪ ਕਰਮ ਤਾਂ ਖਤਮ ਹੋ ਜਾਂਦੇ, ਉੱਦਾਂ ਖਤਮ ਨਹੀਂ ਹੁੰਦੇ। ਤਾਂ ਸਤਿਗੁਰੂ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂੰ ਜੋਗ, ਪਰਮੇਸ਼ੁਰ 'ਤੇ ਭੁੱਲਿਆ ਵਿਆਪਣ ਸਭੇ ਰੋਗ। ਸਾਰੇ ਰੋਗ ਸਰੀਰ ਦੇ ਵੀ ਮਨ ਦੇ ਵੀ, ਕਈ ਮਨ ਦੇ ਰੋਗ ਹੈ, ਕਈ ਤਨ ਦੇ ਰੋਗ ਹੈ। ਤਨ ਦੇ ਰੋਗਾਂ ਦੀ ਤਾਂ ਗਿਣਤੀ ਕੋਈ ਨਹੀਂ ਹੈ, ਮਨ ਦੇ ਰੋਗਾਂ ਦੀ ਵੀ ਗਿਣਤੀ ਕੋਈ ਨਹੀਂ ਹੈ। ਮਨ ਦੇ ਵਿੱਚ ਵੀ ਕਈ ਰੋਗ ਹੈ, ਲੋਭ ਵਾਸ਼ਨਾ ਹੈ, ਕਾਮ ਵਾਸ਼ਨਾ ਹੈ, ਕ੍ਰੋਧ ਦੀ ਵਾਸ਼ਨਾ ਹੈ, ਮੋਹ ਦੀ ਵਾਸ਼ਨਾ ਹੈ, ਮਨ ਦੇ ਰੋਗ ਹੀ ਨੇ ਸਾਰੇ, ਇਹ ਮਨ ਦੇ ਅੰਦਰ ਸਾਰੇ ਰੋਗ ਨੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕੋੜੀ ਦੇ ਗਏ, ਉਹਨਾਂ ਨੇ ਇੱਕੋ ਹੀ ਸਵਾਲ ਕੀਤਾ ਸੀ, ਉਹਨੂੰ ਕੋੜੀ ਨੂੰ ਦੱਸਿਆ ਸੀ, ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ, ਦਾਗ ਦੋ ਸਮੂਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ।
ਕਹਿੰਦੇ ਜਿੰਨੇ ਸੰਸਾਰ ਦਾ ਮੋਹ ਹੈ, ਸੰਸਾਰ ਦੇ ਜਿੰਨੇ ਸਵਾਦ ਹੈ ਇੰਦਰੀਆਂ ਦੇ, ਇਹ ਸਾਰੇ ਤੇਰੇ ਮੂੰਹ 'ਤੇ ਦਾਗ ਲੱਗ ਕੇ ਜਾਣੇ ਹੈ। ਦਰਗਾਹ ਵਿੱਚ ਜਿੱਦਾਂ ਹੁਣ ਤੈਨੂੰ ਕੋਹੜੀ ਨੂੰ ਬਹਿਣ ਨਹੀਂ ਦਿੰਦੇ, ਆਪਣੇ ਕੋਹੜੀ ਦਾ ਦਰਗਾਹ ਵਿੱਚ ਵੀ ਤੈਨੂੰ ਕਿਸੇ ਨੇ ਬਹਿਣ ਨਹੀਂ ਦੇਣਾ। ਇਹ ਦਾਗ ਨੇ ਸਾਰੇ, ਜਿਹੜੇ ਮਨ ਦੇ ਰੋਗ ਹੈ, ਇੱਕ ਤਨ ਦੇ ਰੋਗ ਹੈ। ਤਨ ਦੇ ਰੋਗਾਂ ਦੀ ਅਰਦਾਸ ਮਨੁੱਖ ਕਈ ਵਾਰੀ ਕਰਦਾ ਰਹਿੰਦਾ, ਮਨ ਦੇ ਰੋਗਾਂ ਨੂੰ ਲੁਕਾਉਂਦਾ ਰਹਿੰਦਾ। ਜਿਹੜਾ ਰੋਗ ਅਫਸਰ ਦੇ ਸਾਹਮਣੇ, ਡਾਕਟਰ ਦੇ ਸਾਹਮਣੇ ਦੱਸ ਦਈਏ ਉਹਦੀ ਨਿਵਿਰਤੀ ਹੋ ਜਾਂਦੀ ਹੈ, ਜਿਹਦਾ ਰੋਗ ਨਾ ਦੱਸੀਏ ਉਹਦੀ ਨਿਵਿਰਤੀ ਨਹੀਂ ਹੁੰਦੀ। ਸੰਤ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲੇ ਦਵਾਈ ਕਰਦੇ ਹੁੰਦੇ ਸਨ, ਗੰਭੀਰ ਦਾ ਇਲਾਜ ਕਰਦੇ ਹੁੰਦੇ ਸਨ। ਇੱਕ ਮਨੁੱਖ ਨੂੰ ਆਰਾਮ ਨਾ ਆਇਆ, ਬੜੀ ਕੋਸ਼ਿਸ਼ ਕਰਦੇ ਹੁੰਦੇ ਸਨ ਆਰਾਮ ਆ ਜਾਵੇ। ਜੇ ਨਾ ਆਰਾਮ ਆਵੇ ਤਾਂ ਜਦੋਂ ਸੰਤ ਮਹਾਰਾਜ ਜੀ ਹਰਖੋਵਾਲੀਏ ਜਾਂਦੇ ਹੁੰਦੇ ਸਨ ਤਾਂ ਪੁੜੀ ਇਹਨਾਂ ਦੇ ਹੱਥ 'ਚ ਫੜਾ ਦਿੰਦੇ ਸੀ, ਕਹਿੰਦੇ ਮਹਾਰਾਜ ਮਰੀਜ਼ ਨੂੰ ਦੇ ਦਿਓ ਜੀ। ਜਿਹਨੂੰ ਨਹੀਂ ਆਰਾਮ ਆਉਂਦਾ ਸੀ ਵੀ ਇੱਦਾਂ ਆਰਾਮ ਕਰ ਦਿੰਦੇ ਸੀ। ਇੱਕ ਮਨੁੱਖ ਨੂੰ ਆਰਾਮ ਨਾ ਆਇਆ, ਬੜਾ ਯਤਨ ਕੀਤਾ ਬਾਬਾ ਜੀ ਨੇ, ਆਰਾਮ ਨਾ ਆਵੇ। ਜਾਂ ਆਰਾਮ ਨਾ ਆਇਆ ਤਾਂ ਪੁੱਛਣ ਲੱਗੇ ਕੰਮ ਕੀ ਕਰਦਾ, ਕਹਿੰਦਾ ਜੀ ਮੈਂ ਪਾਠੀ ਹਾਂ, ਪਾਠ ਕਰਦਾ। ਕਹਿੰਦੇ ਸੱਚੋ ਸੱਚ ਦੱਸੀ ਆਰਾਮ ਤਾਂ ਆਉਣਾ, ਪਾਠ ਸਹੀ ਤਰੀਕੇ ਨਾਲ ਕਰਦਾ ਸੀ? ਨਹੀਂ ਜੀ, ਕਹਿੰਦਾ ਮੈਂ ਪਾਠ ਛੱਡ ਜਾਂਦਾ ਸੀ। ਕਹਿੰਦੇ ਹੁਣ ਸੱਚ ਬੋਲਿਆ, ਹੁਣ ਆਰਾਮ ਆ ਜੂਗਾ। ਇਹ ਮਨੁੱਖ ਆਪਣੇ ਔਗਣਾਂ ਨੂੰ ਲੁਕਾਉਂਦਾ, ਮਨ ਦੇ ਰੋਗਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ, ਤਨ ਦੇ ਰੋਗ ਦੱਸਦਾ ਮੈਨੂੰ ਇਹ ਰੋਗ ਹੈ, ਇਹ ਰੋਗ ਹੈ। ਮਨ ਦੇ ਰੋਗਾਂ ਦੇ ਅਨੁਸਾਰ ਹੀ ਤਨ ਦੇ ਉੱਤੇ ਰੋਗ ਆ ਜਾਂਦੇ ਆ। ਮਨ ਦੇ ਅੰਦਰ ਬੁਰੀ ਭਾਵਨਾ ਹੈ, ਤਨ ਨੂੰ ਭੋਗਣੀ ਪੈਂਦੀ, ਸੋਚਦਾ ਮਨ ਹੈ ਅਤੇ ਤਨ ਭੋਗਦਾ। ਹੁਣ ਤਾਂ ਯੋਗਾਂ ਦੇ ਅੰਦਰ, ਇਹਨਾਂ ਯੋਗਾਂ ਵਿੱਚ ਤਾਂ ਇਹ ਕਰ ਕਰੇ ਸੋ ਇਹ ਕਰ ਪਾਏ, ਫਿਰ ਵੀ ਚਲੋ ਬਚ ਜਾਂਦਾ ਬੰਦਾ। ਦੁਆਪਰ ਯੁੱਗ ਦੇ ਅੰਦਰ ਰਾਜੇ ਸਾਤ ਨੂੰ ਦੇ ਜਿਹੜੇ ਲੜਕੇ ਸਨ, ਉਹਨਾਂ ਨੇ ਸੋਚ ਹੀ ਲਿਆ ਸੀ ਮਨ ਦੇ ਅੰਦਰ ਆਪਣੀ ਮਾਤਾ ਦੇ ਪ੍ਰਤੀ ਮਾੜਾ ਪੁਰਨਾ, ਉਹਨਾਂ ਨੇ ਸੋਚ ਕੇ ਕਿਹਾ ਮਾਤਾ ਵੀ ਮਾਰ ਦੇਣੀ ਅਤੇ ਭੀਸ਼ਮ ਪਿਤਾਮਾ ਵੀ ਮਾਰ ਦੇਣਾ। ਜਦੋਂ ਉਹਨਾਂ ਦਾ ਗਲਤ ਕਰਮ ਕੋਈ ਨਾ ਦੇਖਿਆ ਤਾਂ ਉਹਨਾਂ ਨੇ ਫਿਰ ਇਸ ਮਹਾਤਮਾ ਨੂੰ ਪੁੱਛਿਆ, ਜੇ ਕੋਈ ਆਪਣੀ ਮਾਤਾ 'ਤੇ ਕੋਈ ਗਲਤ ਇਲਜ਼ਾਮ ਲਾ ਕੇ ਸੋਚ ਲਿਆ ਹੋਵੇ ਤਾਂ ਫਿਰ ਉਹਦੀ ਕੀ ਸਜ਼ਾ? ਉਹ ਮਹਾਤਮਾ ਕਹਿੰਦੇ ਜਿਨ੍ਹਾਂ ਨੇ ਆਪਣੀ ਮਾਤਾ 'ਤੇ ਗਲਤ ਇਲਜ਼ਾਮ ਲਾ ਕੇ ਸੋਚ ਲਿਆ, ਗਲਤ ਮਾਤਾ ਨਹੀਂ ਸੀ ਨਾ ਭੀਸ਼ਮ ਪਿਤਾਮਾ ਗਲਤ ਸੀ, ਉਹ ਪੁੱਤਰ ਪੁੱਤਰ ਸਾਧੀ ਸੀ, ਉਹ ਮਾਤਾ ਮਾਤਾ ਕਹਿੰਦਾ ਸੀ। ਕਹਿੰਦੇ ਜੇ ਤਾਂ ਉੱਦਾਂ ਤੁਸੀਂ ਭੋਗਣਾ ਜਨਮਾਂ 'ਚ ਆ ਕੇ, ਫਿਰ ਤਾਂ ਸੱਤ ਜਨਮ ਕੋਹੜੀ ਹੋਣਾ ਪਊਗਾ। ਜੇ ਹੁਣੇ ਹੀ ਇਸ ਜਨਮ ਵਿੱਚ ਹੁਣੇ ਹੀ ਇਹਨੂੰ ਭੋਗਣਾ ਤਾਂ ਪਿੱਪਲ ਦੇਖ ਲਓ, 500 ਸਾਲ ਪਿੱਪਲ ਦੀ ਉਮਰ ਗਿਣੀ ਆ। 500 ਸਾਲ ਬਾਅਦ ਪਿੱਪਲ ਆਪਣੇ ਆਪ ਹੀ ਸੁੱਕ ਜਾਂਦੇ, ਜੰਗਲਾਂ ਵਿੱਚ ਬਹੁਤ ਖੜ੍ਹੇ ਪਿੱਪਲ ਸੁੱਕ ਜਾਂਦੇ ਆ। ਉਸ ਪਿੱਪਲ ਨੂੰ ਉੱਪਰੋਂ ਵੱਢ ਕੇ ਵਿੱਚੋਂ ਕੋਰ ਲਓ, ਵਿੱਚੋਂ ਕੋਰ ਕੇ ਦੋਏ ਜਾਣੇ ਵਿੱਚ ਵੜ ਕੇ ਜੀਂਦੇ ਸੜ ਕੇ ਮਰ ਜਾਓ ਤਾਂ ਤੁਹਾਡਾ ਪਾਪ ਕਰਮ ਖਤਮ ਹੋਣਾ। ਕੀਤਾ ਤਾਂ ਕਰਮ ਮਨ ਨੇ ਸੀ ਔਰ ਸਰੀਰ ਨੂੰ ਭੋਗਣਾ ਪਿਆ। ਹੁਣ ਪਾਪ ਕਰਮ ਮਨ ਦੇ ਅੰਦਰ ਹੈ ਅਤੇ ਭੋਗਦਾ ਸਰੀਰ ਹੈ, ਦੁਖੀ ਸਰੀਰ ਹੈ। ਮਨ ਦੀ ਸੋਚ ਹੈ ਅਤੇ ਸਰੀਰ ਭੋਗਦਾ ਫਿਰਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਭਾਈ ਜਿਹੜਾ ਕਰਮਾਂ ਦਾ ਫਲ ਹੈ, ਤਿੰਨ ਤਰ੍ਹਾਂ ਮਨੁੱਖ ਕਰਮ ਕਰਦਾ ਹੈ। ਇੱਕ ਤਾਂ ਹੈ ਮਨ ਕਰਕੇ, ਮਨ ਕਰਕੇ ਕਲਯੁੱਗ ਦੇ ਅੰਦਰ ਤਾਂ ਹੁਣ ਤਾਂ ਪਾਪ ਕਰਮ ਨਹੀਂ, ਮਨ ਕਰਕੇ ਸੋਚਣ ਦਾ ਨਹੀਂ, ਹੱਥ ਕਰਕੇ ਜਾਂ ਜੀਭ ਦੇ ਨਾਲ ਬੋਲਣ ਕਰਕੇ, ਇਹ ਤਾਂ ਪਾਪ ਕਰਮ ਹੋ ਜਾਂਦਾ। ਜੇ ਮਨ ਕਰਕੇ ਨਹੀਂ, ਕਲਯੁੱਗ ਦੇ ਵਿੱਚ ਜੇ ਕੋਈ ਕਰੇਗਾ, ਹੱਥ ਨਾ ਕਰੇਗਾ ਹੱਥ ਨੂੰ ਸਜ਼ਾ ਮਿਲੇਗੀ, ਪੈਰ ਨਾ ਕਰੇਗਾ ਪੈਰ ਨੂੰ ਸਜ਼ਾ ਮਿਲੇਗੀ। ਤਿੰਨ ਤਰ੍ਹਾਂ ਦੇ ਕਰਮ ਗੁਰਬਾਣੀ ਨੇ ਲਿਖੇ ਆ। ਮਨ ਵਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾ ਸੋਈ ਜਨ ਪਾਏ। ਮਨ ਕਰਕੇ ਕਿਸੇ ਦਾ ਬੁਰਾ ਸੋਚਣਾ, ਮਨ ਕਰਕੇ ਅੰਦਰੋਂ ਕਿਸੇ ਦੀ ਨਿੰਦਿਆ ਕਰਨੀ, ਇਹ ਮਨ ਦਾ ਕਰਮ ਹੈ, ਇਹ ਵੀ ਭੋਗਣਾ ਪਵੇਗਾ। ਇੱਕ ਬਚਨ ਕਰਕੇ, ਬਚਨ ਕਰਕੇ ਜੀਵ ਨੂੰ ਕੌੜਾ ਬੋਲ ਕਰਕੇ ਕਿਸੇ ਦਾ ਦਿਲ ਦਿਖਾ ਦੇਣਾ। ਇੱਕੋ ਹੀ ਬੋਲ ਬੋਲਿਆ ਦ੍ਰੋਪਦੀ ਨੇ, 25 ਅਰਬ ਬੰਦਾ ਹਿੰਦੁਸਤਾਨ ਦੀ ਕੁਰੂਕਸ਼ੇਤਰ ਦੀ ਧਰਤੀ 'ਤੇ ਬੰਦਾ ਮਰ ਗਿਆ। ਜੀਭ ਦਾ ਬੋਲ ਹੈ, ਜੀਭ ਸਾਰੇ ਸਰੀਰ ਨਾਲੋਂ ਇੱਕ ਨਰਮ ਅੰਗ ਹੈ। ਜ਼ਖਮ ਸਰੀਰ 'ਤੇ ਹੋ ਜਾਵੇ ਤਾਂ ਸਾਰੇ ਸਰੀਰ ਨੂੰ ਛੇਤੀ ਪਹਿਲਾਂ ਜੀਭ ਨੂੰ ਆਰਾਮ ਆਉਂਦਾ। ਸਾਰੇ ਸਰੀਰ 'ਚੋਂ ਨਰਮ ਅੰਗ ਇੱਕ ਜੀਭ ਹੈ, ਅਗਰ ਇਹ ਜੀਭ ਕਿਸੇ ਦੇ ਜ਼ਖਮ ਕਰ ਦੇ ਤਾਂ ਰਾਜੀ ਨਹੀਂ ਹੁੰਦਾ ਉਹ, ਇਹ ਕਿਸੇ ਦੇ ਜ਼ਖਮ ਕਰ ਦੇਵੇ ਰਾਜੀ ਨਹੀਂ ਹੁੰਦਾ। ਕਈ ਤਿੰਨ ਤਿੰਨ ਪੁਸ਼ਤਾਂ ਚਲੇ ਜਾਂਦੇ, ਸਾਡੇ ਬਜ਼ੁਰਗਾਂ ਨੇ ਇਹਨਾਂ ਨੇ ਬੋਲੀ ਮਾਰੀ ਸੀ, ਉਹ ਅੰਦਰ ਦਿਲ 'ਤੇ ਸੁਰਾਖ ਕਰ ਜਾਂਦੀ, ਦਿਲ 'ਤੇ ਜ਼ਖਮ ਕਰ ਦਿੰਦੀ। ਬਾਬਾ ਫਰੀਦ ਸਾਹਿਬ ਕਹਿੰਦੇ ਇੱਕ ਫਿੱਕਾ ਨਾ ਗਲਾਏ, ਮਾੜਾ ਨਾ ਕਿਸੇ ਨੂੰ ਫਿੱਕਾ ਬੋਲ ਨਾ ਬੋਲੀ।
ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ ਮਾਣਕ ਸਭ ਅਮੋਲਵੇ ਹਿਆਉ ਨਾ ਠਾਹੇ ਕਹੀ ਦਾ ਕਿਸੇ ਦਾ ਦਿਲ ਨਹੀਂ ਦੁਖੀ ਕਰਨਾ ਫਿਰ ਰੱਬ ਨਹੀਂ ਤੈਨੂੰ ਮਿਲਣਾ ਸਾਰਿਆਂ 'ਚ ਪਰਮੇਸ਼ੁਰ ਬੈਠਾ ਜੇ ਤਾਂ ਕੋਈ ਦੁਖੀ ਹੋ ਗਿਆ ਤੈਨੂੰ ਰੱਬ ਮਿਲਣਾ ਨਹੀਂ ਹੈ ਇੱਕ ਜੀਵ ਕਰਕੇ ਬਚਨ ਇੱਕ ਮਨ ਕਰਕੇ ਇੱਕ ਜੀਭ ਕਰਕੇ ਇੱਕ ਹੱਥਾਂ ਪੈਰਾਂ ਕਰਕੇ ਹੱਥ ਨਾਲ ਡੰਡਾ ਮਾਰ ਦੇਣਾ ਕਿਸੇ ਦੀ ਲੱਤ ਤੋੜ ਦੇਣੀ ਹੱਥ ਨਾਲ ਕਿਸੇ ਦਾ ਸਮਾਨ ਚੱਕ ਲਿਆਉਣਾ ਹੱਥ ਨਾਲ ਕਿਸੇ ਦੇ ਕੱਪੜੇ ਪਾੜ ਦੇਣੇ ਹੱਥ ਨਾਲ ਥੱਪੜ ਮਾਰ ਦੇਣਾ ਇੱਕ ਕਰਮ ਹੈ ਹੱਥਾਂ ਪੈਰਾਂ ਦਾ ਇਹ ਸਾਰੇ ਤਿੰਨ ਤਰ੍ਹਾਂ ਦੇ ਕਰਮ ਮਨੁੱਖ ਕਰਦਾ ਜਿੱਦਾਂ ਕਰਦਾ ਉਹਦੇ ਅਨੁਸਾਰ ਹੀ ਇਹਨੂੰ ਭੋਗਣਾ ਪੈਂਦਾ ਭੀਸ਼ਮ ਪਿਤਾਮਾ ਜੀ 18 ਦਿਨ ਤੀਰਾਂ ਦੀ ਸੇਜਾ 'ਤੇ ਲੰਮੇ ਪਏ ਰਹੇ ਭਗਵਾਨ ਨੂੰ ਪੁੱਛਣ ਲੱਗੇ ਕਿਉਂਕਿ ਦੋ ਪੱਖ ਨੇ ਹੁਣ ਦਖਣਾਇਣ ਪੱਖ ਚੱਲਦਾ ਹੈ ਇਹ ਸਤੰਬਰ ਤੋਂ ਦਖਣਾਇਣ ਪੱਖ ਲੱਗਾ ਹੋਇਆ 6 ਮਹੀਨੇ ਉਤਰਾਇਣ ਹੈ 6 ਮਹੀਨੇ ਦਖਣਾਇਣ ਹੈ ਦਖਣਾਇਣ ਪੱਖ ਵਿੱਚ ਬਹੁਤੇ ਮਹਾਤਮਾ ਲੋਕ ਸਰੀਰ ਦਇਆਵਾਨ ਜਿਹੜੇ ਪੁਰਖ ਹੈ ਸਰੀਰ ਛੱਡਦੇ ਨਹੀਂ ਪਰ ਬ੍ਰਹਮ ਨੂੰ ਕੋਈ ਫਰਕ ਨਹੀਂ ਹੈ ਉਹ ਛੱਡ ਵੀ ਦਿੰਦੇ ਉਹਨਾਂ ਦੀ ਆਪਣੀ ਮੌਜ ਹੈ ਕਿਉਂਕਿ ਦੱਖਣ ਦੇ ਪਾਸੇ ਦਖਣਾਇਣ ਪੱਖ ਹੈ ਇਹਦੇ ਵਿੱਚ ਜਿਹੜੇ 18 ਨਰਕ ਨੇ ਸਾਰੇ ਇਹਦੇ ਵਿੱਚ ਹੀ ਆਉਂਦੇ ਜਦੋਂ ਇਹ ਰਸਤਾ ਇੱਧਰਲੇ ਪਾਸੇ ਦੀ ਖੁੱਲ੍ਹਦਾ ਉਤਰਾਇਣ ਪੱਖ ਹੈ ਦੂਜੇ ਪਾਸੇ ਦੀ ਜਾਂਦਾ ਹੈ ਭੀਸ਼ਮ ਪਿਤਾਮਾ ਜੀ ਜਦੋਂ ਸਿਆਲ ਦੇ ਵਿੱਚ ਜੰਗ ਹੋਇਆ ਸੀ ਔਰ ਉਤਰਾਇਣ ਪੱਖ ਜਿਹੜਾ ਆਉਣ ਵਾਸਤੇ ਮਾਰਚ ਦੇ 21 ਤਰੀਕ ਨੂੰ ਉਤਰਾਇਣ ਪੱਖ ਲੱਗਦਾ ਫਿਰ 21 ਤਰੀਕ ਤੋਂ ਬਾਅਦ ਲੱਗ ਜਾਂਦਾ ਉਹਦੇ ਆਉਣ ਵਿੱਚ ਉਹ 21 ਦਿਨ 18 ਦਿਨ ਰਹਿੰਦੇ ਸੀ ਉਹਨਾਂ ਨੇ ਕਿਹਾ ਮੈਂ ਇਹ ਸਰੀਰ ਛੱਡਣਾ ਨਹੀਂ ਹੈ ਮੈਂ ਉਤਰਾਇਣ ਪੱਖ ਵਿੱਚ ਜਾਣਾ ਵੀ ਅੱਗੇ ਹੀ ਇੱਥੇ ਦੁਨੀਆ ਕੱਟ ਵੱਢ ਬਹੁਤ ਹੋ ਗਈ ਗਾਹਾਂ ਫਿਰ ਹਾਏ ਹਾਏ ਹੁੰਦੀ ਵਿੱਚ ਦੀ ਮੈਨੂੰ ਫਿਰ ਲੰਘਣਾ ਪੈਣਾ ਰਾਜਾ ਜਨਕ ਜੀ ਨੇ ਦਖਣਾਇਣ ਪੱਖ ਸਰੀਰ ਛੱਡਿਆ ਸੀ ਤਾਂ ਹਾਹਾ ਕਰਲਾਟ ਸੁਣ ਕੇ ਰਾਜਾ ਜਨਕ ਜੀ ਨੇ ਉੱਥੇ ਆਪਣਾ ਵਿਮਾਨ ਰੋਕ ਲਿਆ ਸੀ ਉਹ ਦੂਜੇ ਪਾਸੇ ਦੀ ਮਹਾਤਮਾ ਕਹਿੰਦੇ ਸੀ ਹਾਏ ਕਰਲਾਟ ਸੁਣਨੀ ਨਹੀਂ ਉਹ 18 ਦਿਨ ਰਹਿੰਦੇ ਸੀ ਭੀਸ਼ਮ ਪਿਤਾਮਾ ਜੀ 18 ਦਿਨ ਉਹਨਾਂ ਨੂੰ ਵਰ ਸੀ ਵੀ ਤੇਰੀ ਮਰਜ਼ੀ ਤੋਂ ਬਿਨਾਂ ਤੂੰ ਸਰੀਰ ਨਹੀਂ ਛੱਡ ਸਕੇਗਾ ਤੇਰੀ ਮਰਜ਼ੀ ਆ ਜਦੋਂ ਮਰਜ਼ੀ ਚਲੇ ਜਾਈ ਮਰਜ਼ੀ ਨਾਲ ਜਾਣਾ ਸੀ ਉਹਨੇ 18 ਦਿਨ ਸਰੀਰ ਛੱਡਣ ਦੇ ਸਮੇਂ 'ਤੇ ਬੜੇ ਬੜੇ ਅਰਜਨ ਵਰਗੇ ਵੀ ਜਿਧਿਸ਼ਠਰ ਵਰਗੇ ਵੀ ਮੱਥਾ ਟੇਕਣ ਗਏ ਉਹਨਾਂ ਦਾ ਬਜ਼ੁਰਗ ਸੀ ਭਗਵਾਨ ਕ੍ਰਿਸ਼ਨ ਨੂੰ ਫਿਰ ਭੀਸ਼ਮ ਪਿਤਾਮਾ ਜੀ ਨੇ ਪੁੱਛਿਆ ਮਹਾਰਾਜ ਮੇਰਾ ਕੀ ਕਰਮ ਸੀ ਇਹ ਉਹ ਕਹਿਣ ਲੱਗੇ ਪਿਛਲੇ 100 ਜਨਮ ਤੋਂ ਪਹਿਲਾਂ 105 ਜਨਮ ਦੱਸੇ ਉਦੋਂ ਪਹਿਲਾਂ ਨਿਗਾਹ ਮਾਰ ਤੂੰ ਉਹਦੇ ਵਿੱਚ ਤੂੰ ਰਾਜਾ ਸੀ ਤੇਰੇ ਕੱਪੜਿਆਂ ਦੇ ਉੱਤੇ ਇੱਕ ਟਿੱਡਾ ਬੈਠ ਗਿਆ ਉਹ ਜਾਂ ਤੇਰੀ ਵਰਦੀ 'ਤੇ ਬੈਠਿਆ ਤੂੰ ਤੀਰ ਨਾਲ ਚੱਕ ਕੇ ਜ਼ੋਰ ਨਾਲ ਮਾਲਿਆ ਉਹ ਜਿਹੜੀ ਥੋਰ ਹੈ ਥੋਰ ਦੇ ਕੰਡੇ ਬਹੁਤ ਹੁੰਦੇ ਆ ਉਹ ਕੀੜਾ ਥੋਰ ਦੇ ਕੰਡਿਆਂ 'ਤੇ ਡਿੱਗ ਗਿਆ ਉਹਦੇ ਵਿੱਚ ਸਾਰੇ ਹੀ ਕੰਡੇ ਚੁੱਭ ਗਏ ਉਹ ਜਿੱਦਾਂ ਕੀੜੇ ਦੀ ਹਾਲਤ ਹੋਈ ਤੇਰੀ ਹੁਣ ਹਾਲਤ ਉਹ ਹੋਈ ਆ ਤੇਰੇ ਸਾਰੇ ਸਰੀਰ 'ਚ ਸੁੱਭੇ ਹੋਏ ਆ ਜਿੱਦਾਂ ਉਹ ਥੋਰ ਦੇ ਉਹਦੇ ਚੁੱਭੇ ਸੀ ਤਿੰਨ ਤਰ੍ਹਾਂ ਦੇ ਕਰਮ ਹੈ ਹੱਥ ਕਰਕੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਮਨ ਬਚ ਕਰਮ ਪ੍ਰਭ ਏਕ ਧਿਆਏ ਇਹ ਜਦੋਂ ਤਿੰਨੇ ਕਰਮ ਮਨੁੱਖ ਕਰਦਾ ਇਹਨੂੰ ਭੋਗਣੇ ਪੈਂਦੇ ਮਨ ਦੇ ਰੋਗ ਜਿਹੜੇ ਹੈ ਕੁਛ ਤਨ ਦੇ ਰੋਗ ਹੈ ਤਨ ਦੇ ਰੋਗਾਂ ਦੀ ਬੇਨਤੀ ਘੱਟ ਕਰਿਆ ਕਰੋ ਇਹ ਤਾਂ ਕਰਮ ਭੋਗ ਕੇ ਡਾਕਟਰ ਰਾਜੀ ਕਰ ਦਿੰਦੇ ਆ ਮਨ ਦੇ ਰੋਗਾਂ ਦੀ ਅਰਦਾਸ ਬੇਨਤੀ ਕਰੀਏ ਮਹਾਰਾਜ ਦੋ ਵੱਡੇ ਰੋਗ ਹੈ ਬਾਕੀ ਛੋਟੇ ਛੋਟੇ ਹੈ ਵੱਡੇ ਰੋਗ ਹੈ ਉਹ ਤਾਂ ਇੱਕ ਤਾਂ ਉਹਨਾਂ ਦਾ ਇਲਾਜ ਹੈ ਹੀ ਬਹੁਤ ਔਖਾ ਹੋਮੇ ਦੀਰਘ ਰੋਗ ਹੈ ਪੁਰਾਣਾ ਹੀ ਚੱਲਿਆ ਆਉਂਦਾ ਮਨੁੱਖ ਨੂੰ ਇਹ ਨਹੀਂ ਹਟਿਆ ਪਿੱਛੇ ਤੋਂ ਲੈ ਕੇ ਦੀਰਘ ਹੁੰਦਾ ਪੁਰਾਣਾ ਬਹੁਤ ਲੰਬਾ ਰੋਗ ਹੈ ਹੋਮੇ ਦੀਰਘ ਰੋਗ ਹੈ ਦਾਰੂ ਪੀ ਸਮਾਹੇ ਇਹ ਮਨ ਦਾ ਰੋਗ ਹੈ ਇੱਕ ਮਨ ਦਾ ਰੋਗ ਹੋਰ ਹੈ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਪੈਸੇ ਦੀ ਦੌੜ ਅੰਦਰ ਮਨ ਦੀ ਹੈ ਤਨ ਦੇ ਤਾਂ ਸੁੱਖ ਵਾਧੂ ਪਏ ਆ ਘਰ ਦੇ ਵਿੱਚ ਏ ਸੀ ਲੱਗੇ ਆ ਘਰ ਦੇ ਵਿੱਚ ਪਦਾਰਥ ਵਾਧੂ ਹੈ ਇਹ ਮਨ ਦਾ ਰੋਗ ਹੈ ਮਨ ਨੇ ਇੱਛਾ ਕੀਤੀ ਪੈਸੇ ਇਕੱਠੇ ਕਰ ਲਈਏ ਸਾਰੇ ਕਾਰੂ ਬਾਦਸ਼ਾਹ ਨੇ ਬਹੁਤ ਮਾਇਆ ਇਕੱਠੀ ਕਰ ਲਈ ਸਾਰੇ ਗੰਜ ਜੋੜ ਲਏ ਸਨ 40 ਗੰਜ ਦਾ ਕੋਈ ਗਿਣਤੀ ਨਹੀਂ ਹੁੰਦੀ ਗੰਜ ਹੁੰਦਾ ਬਹੁਤ ਵੱਡਾ ਵੈਸੇ ਤਾਂ ਮਹਾਤਮਾ ਨੇ ਦੱਸਿਆ ਇੱਕ ਤੀਰ ਉੱਪਰ ਨੂੰ ਮਾਰ ਦਈਏ ਅਤੇ ਸਾਈਡ ਨੂੰ ਮਾਰ ਦਈਏ ਇੰਨੇ ਦਾਇਰੇ 'ਚ ਉਹਨੂੰ ਕਹਿੰਦੇ ਗੰਜ ਪਰ ਉਹਨਾਂ ਨੇ ਕਿਹਾ ਗਿਣਤੀ ਕੋਈ ਨਹੀਂ ਜਿੱਦਾਂ ਆਮ ਆਪਣੇ ਪਿੰਡਾਂ 'ਚ ਕਹਾਵਤ ਹੈ ਵੀ ਛਲੀਆਂ ਦਾ ਗੰਜ ਲੱਗਾ ਹੋਇਆ ਸੀ ਗੰਜ ਦਾ ਮਤਲਬ ਹੈ ਗਿਣਤੀ ਮਿਣਤੀ ਨਹੀਂ ਹੈ ਉਹਨੇ 40 ਐਸੇ ਗੰਜ ਜੋੜੇ 40 ਜਗ੍ਹਾ ਐਸੀਆਂ ਸੀ ਜਿੱਥੇ ਗਿਣਤੀ ਕੋਈ ਹੈ ਹੀ ਨਹੀਂ ਉਹਨੇ ਫਿਰ ਕਿਹਾ ਕਿਸੇ ਕੋਲ ਪੈਸਾ ਨਹੀਂ ਹੈ ਆਪਣੀ ਇੱਕ ਨੌਜਵਾਨ ਲੜਕੀ ਕਹਿੰਦਾ ਵੀ ਇਹ ਲੜਕੀ ਵਿਆਹ ਕੇ ਲੈ ਜਾਓ ਜੇ ਇਹਦੇ ਕੋਈ 1 ਰੁਪਈਆ ਹੋਵੇ ਰੁਪਈਆ ਕਿਸੇ ਕੋਲ ਹੈ ਹੀ ਨਹੀਂ ਸੀ ਇੱਕ ਮੁੰਡੇ ਨੇ ਆਪਣੀ ਮਾਂ ਨੂੰ ਆ ਕੇ ਕਿਹਾ ਮਾਤਾ
ਮੈਂ ਰਾਜੇ ਦੀ ਕੁੜੀ ਵਿਆਹੁਣੀ, ਰੁਪਈਆ ਲਓ। ਕਹਿੰਦੀ ਕਾਕਾ ਰੁਪਈਆ ਤਾਂ ਛੱਡਿਆ ਨਹੀਂ ਰਾਜੇ ਨੇ ਕਿਸੇ ਦੇ ਘਰ 'ਚ। ਉਹ ਜਦ ਮੁੰਡੇ ਨੇ ਜਿੱਦ ਕੀਤੀ ਕਹਿੰਦੀ ਕਾਕਾ ਤੇਰੇ ਪੇ ਦੇ ਮੂੰਹ 'ਚ ਪਾ ਕੇ ਜਦੋਂ ਅਸੀਂ ਕਬਰ 'ਚ ਦੱਬ ਕੇ ਆਏ ਸੀ ਤੇਰੇ ਮੂੰਹ ਦੇ ਬਾਪ ਦੇ ਮੂੰਹ 'ਚ ਅਸੀਂ ਰੁਪਈਆ ਪਾਇਆ ਸੀ ਇੱਕ, ਉਹ ਕੱਢ ਲਾ। ਉਹਨੇ ਜਾ ਕੇ ਆਪਣੇ ਬਾਪ ਦੀ ਕਬਰ ਪੱਟੀ, ਉਹਦੇ ਮੂੰਹ 'ਚੋਂ ਰੁਪਈਆ ਕੱਢ ਕੇ ਲਿਆ ਕੇ ਰਾਜੇ ਨੂੰ ਦਿੱਤਾ। ਕਹਿੰਦੇ ਲਓ ਜੀ ਰੁਪਈਆ। ਹੁਣ ਲੜਕੀ ਤਾਂ ਵਿਆਹ ਤੀ, ਉਹਨੇ ਪੁੱਛਿਆ ਰੁਪਈਆ ਲਿਆ ਕਿੱਥੋਂ? ਕਹਿੰਦਾ ਮੁਰਦੇ ਦੇ ਮੂੰਹ 'ਚੋਂ ਕੱਢ ਕੇ। ਉਹਨੇ ਕਬਰਾਂ ਪਟਾਉਣੀਆਂ ਸ਼ੁਰੂ ਕਰ ਦਿੱਤੀਆਂ, ਸਾਰੀਆਂ ਕਬਰਾਂ ਪੱਟ ਕੇ। ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਗਏ ਉਸ ਰਾਜੇ ਨੂੰ ਸਮੱਤ ਦੇਣ ਵਾਸਤੇ, ਉਹਦਾ ਰੋਗ ਦੂਰ ਕਰਨ ਵਾਸਤੇ। ਇਹ ਰੋਗ ਕੋਈ ਆਮ ਬੰਦਾ ਦੂਰ ਨਹੀਂ ਕਰ ਸਕਦਾ ਸੀ। ਰਾਜਿਆਂ ਦੇ ਰੋਗ ਅਵਤਾਰ ਹੀ ਦੂਰ ਕਰਦੇ ਆ, ਕਿਉਂਕਿ ਰਾਜੇ ਸਾਰਿਆਂ 'ਤੇ ਹੁਕਮ ਚਲਾਉਂਦੇ ਆ, ਇਹਨਾਂ 'ਤੇ ਕੋਈ ਚਲਾ ਨਹੀਂ ਸਕਦਾ। ਰਾਜੇ ਦਾ ਰੋਗ ਅਵਤਾਰ ਹੀ ਦੂਰ ਕਰਦੇ ਆ। ਉੱਥੇ ਰੋਗ ਦੂਰ ਕਰਨ ਗੁਰੂ ਨਾਨਕ ਸਾਹਿਬ ਗਏ। ਇਹਨਾਂ ਨੇ ਬਾਲੇ ਮਰਦਾਨੇ ਨੂੰ ਕਿਹਾ, ਕਹਿਣ ਲੱਗੇ ਬਾਲਿਆ ਤੁਸੀਂ ਤਾਂ ਕਰੋ ਰੋੜੇ ਇਕੱਠੇ ਕਰੀ ਜਾਓ, ਇੱਥੋਂ ਜਿੱਥੋਂ ਰੋੜੇ ਲੱਭਣ ਵੱਡਾ ਸਾਰਾ ਢੇਰ। ਜਾ ਕੇ ਕਿਸੇ ਨੇ ਰਾਜੇ ਨੂੰ ਦੱਸਿਆ ਮਹਾਤਮਾ ਆਏ, ਤੇਰੇ ਪਿੰਡ 'ਚ ਰੋੜੇ ਇਕੱਠੇ ਕਰੀ ਜਾਂਦੇ ਹੋ। ਉਹਨਾਂ ਨੇ ਪੁੱਛਿਆ ਇਕੱਠੇ ਕਿਉਂ ਕਰਦੇ ਰੋੜੇ, ਉਹਨੇ ਕਰਨੇ ਕੀ ਆ? ਜਦੋਂ ਜਾ ਕੇ ਕਿਸੇ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਮਹਾਰਾਜ ਰੋੜੇ ਕਿਉਂ ਇਕੱਠੇ ਕਰਦੇ ਆ ਜੀ? ਕਹਿੰਦੇ ਅਸੀਂ ਦਰਗਾਹ ਨੂੰ ਲੈ ਕੇ ਜਾਣੇ ਆ। ਉਹਨੇ ਜਾ ਕੇ ਰਾਜੇ ਨੂੰ ਦੱਸਿਆ, ਉਹਨੇ ਕਿਹਾ ਦੇਖੋ ਮਤ। ਰਾਜਾ ਕਹਿੰਦਾ ਮਹਾਰਾਜ ਰੋੜੇ ਰਾੜੇ ਤਾਂ ਨਹੀਂ ਜਾਣੇ। ਕਹਿੰਦੇ ਪਿਆ ਤੇਰੇ ਪੈਸੇ ਕਿਹੜਾ ਨਾਲ ਚਲੇ ਜਾਣੇ, ਇਹ ਵੀ ਤਾਂ ਇੱਥੇ ਰਹਿ ਜਾਣੇ ਜਿਹੜੇ ਤੂੰ ਲੋਕਾਂ ਨੂੰ ਦੁਖੀ ਕਰਕੇ ਪੈਸੇ ਇਕੱਠੇ ਕੀਤੇ, ਜਾਣੇ ਤਾਂ ਇਹ ਵੀ ਤੇਰੇ ਨਾਲ ਨਹੀਂ। ਦਰਗਾਹ ਵਿੱਚ ਅਸੀਂ ਤੇਰੇ ਜਾਮਨ ਹੋਵਾਂਗੇ, ਲੁਟਾ ਦੇ ਲੋਕਾਂ ਨੂੰ ਪੈਸੇ। ਕਰਮ ਚੰਗੇ ਸੀ ਕਾਰੂ ਬਾਦਸ਼ਾਹ ਨੇ, ਸਾਰਾ ਹੀ ਧਨ ਲੁਟਾ ਦਿੱਤਾ। ਗੁਰੂ ਨਾਨਕ ਇਲਾਜ ਹੋ ਗਿਆ, ਤ੍ਰਿਸ਼ਨਾ ਅੰਦਰੋਂ ਕੱਢ ਦਿੱਤੀ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰ ਇਹ ਜਿਉਂ ਬਿਤਾ ਲਿਆ। ਜਦੋਂ ਬੰਦਾ ਮਰਨ ਨੂੰ ਛੱਡ ਦੇਵੇ, ਮੈਂ ਮਰਨਾ ਹੀ ਨਹੀਂ ਹੈ, ਉਹ ਧਨ ਦੌਲਤ ਇਕੱਠੀ ਕਰਦਾ, ਉਹਨੂੰ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋੜੇ ਲਾਖ ਕਰੋਰੇ, ਮਨਾ ਹੋਰੇ 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 ਕੋ ਹੀ ਲੁਝੀ ਹੈ। ਤਾਂ ਸਤਿਗੁਰੂ ਜੀ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ, ਪਰਮੇਸ਼ੁਰ 'ਤੇ ਭੁੱਲਿਆ ਵਿਆਪਣ ਸਭੇ ਰੋਗ, ਰੱਬ ਤੋਂ ਪਰੇ ਹੋ ਕੇ ਸਾਰੇ ਰੋਗ ਚਿੰਬੜ ਜਾਂਦੇ, ਤਨ ਦੇ ਰੋਗ ਵੀ ਚਿੰਬੜ ਜਾਂਦੇ, ਮਨ ਦੇ ਰੋਗ ਵੀ ਚਿੰਬੜ ਜਾਂਦੇ, ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ। ਇੱਕ ਵਾਰ ਰੱਬ ਨਾਲੋਂ ਪਾਸਾ ਵੱਟ ਲਵੇ ਜਨਮਾਂ ਦੇ ਵਿਯੋਗ। ਕਈ ਵਾਰੀ ਸਮੁੰਦਰ ਦੇ ਵਿੱਚੋਂ ਰੋਕ ਕੇ ਨਹਿਰਾਂ ਕੱਢ ਦਿੰਦੇ ਆ, ਜਿਹੜੇ ਬਹੁਤ ਸਾਇੰਸਦਾਨ ਹੈ, ਸਮੁੰਦਰ ਜਿਹੜਾ ਦਰਿਆਵਾਂ ਦਾ ਪਾਣੀ ਉਹਨੂੰ ਰੋਕ ਕੇ ਨਹਿਰਾਂ ਕੱਢ ਦਿੰਦੇ। ਦਰਿਆ ਨੇ ਜਾਣਾ ਸੀ ਸਮੁੰਦਰ ਵਿੱਚ, ਰਸਤੇ ਵਿੱਚ ਇੱਕ ਰੁਕਾਵਟ ਖੜ੍ਹੀ ਹੋ ਗਈ, ਉਹ ਦਰਿਆ ਸਮੁੰਦਰ ਵਿੱਚ ਨਹੀਂ ਪੈ ਸਕਿਆ, ਉਹਨੂੰ ਰਸਤੇ ਵਿੱਚ ਕੁਝ ਲੋਕਾਂ ਨੇ ਰੋਕ ਲਿਆ, ਰੋਕ ਕੇ ਉਹਦੀਆਂ ਨਹਿਰਾਂ ਕੱਢ ਦਿੱਤੀਆਂ। ਨਹਿਰਾਂ ਦਾ ਪਾਣੀ ਫਿਰ ਖੇਤਾਂ ਚਲੇ ਗਿਆ, ਸਮੁੰਦਰ ਤੱਕ ਨਹੀਂ ਪਹੁੰਚਿਆ। ਉਹਨੂੰ ਸਮੁੰਦਰ ਤੱਕ ਪਹੁੰਚਣ ਤੱਕ ਜਦੋਂ ਨਹਿਰ ਰੋਕ ਲਈ ਤਾਂ ਲੰਘਾ ਲੰਮਾ ਸਮਾਂ ਲੱਗ ਜੂਗਾ, ਪਤਾ ਨਹੀਂ ਫਿਰ ਖੇਤਾਂ 'ਚੋਂ ਪਾਣੀ ਕਿੱਧਰੋਂ ਨਿਕਲ ਕੇ ਜਾਊਗਾ, ਪਤਾ ਨਹੀਂ ਕਦੋਂ ਵੀ ਇਹਦਾ ਪਤਾ ਨਹੀਂ ਹੈ। ਇੱਕ ਵਾਰ ਪਰਮੇਸ਼ੁਰ ਨਾਲ ਟੁੱਟਿਆ ਜੀਵ ਕਿੱਥੇ ਜਾ ਕੇ ਮਿਲੇ? ਮੂਲਾ ਖੱਤਰੀ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣੇ ਵਾਲਾ ਸੀ, ਇੱਕੋ ਵਾਰ ਝੂਠ ਬੋਲਿਆ, ਬਹੁਤੀ ਵਾਰੀ ਤਾਂ ਇੰਨਾ ਕੁ ਕਸੂਰ ਸੀ ਮਾਰਾ ਘਰ ਹੈ ਨਹੀਂ ਜੀ, ਇੱਕੋ ਵਾਰੀ ਝੂਠ ਬੋਲਿਆ। ਲੱਗਣ ਜਨਮ ਵਿਯੋਗ, 200 ਸਾਲ ਲੱਗਿਆ ਮੂਲੇ ਨੂੰ। ਜੇ ਕੋਈ ਇੱਥੇ ਕਹੇ ਵੀ ਮੈਂ ਗੁਰਦੁਆਰੇ ਜਾਂਦਾ ਮੈਨੂੰ ਵਿਯੋਗ ਨਹੀਂ, ਮੂਲਾ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣੇ ਵਾਲਾ ਸੀ, 200 ਸਾਲ ਦਾ ਸਮਾਂ ਲੱਗਿਆ। ਕਈ ਐਸੇ ਸਨ ਕੌਡੇ ਰਾਕਸ ਵਰਗੇ, ਕਹਿੰਦੇ ਰਾਜੇ ਜਨਕ ਦੇ ਸਮੇਂ ਦੇ ਖੁੰਝੇ ਆ ਇਹ। ਇੱਕ ਮੱਛ ਦਾ ਆਧਾਰ ਕੀਤਾ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਰਾਜੇ ਜਨਕ ਦੇ ਟਾਈਮ ਦਾ ਖੁੰਝਿਆ ਹੋਇਆ ਹੈ। ਜਗ੍ਹਾ ਜਗ੍ਹਾ 'ਤੇ ਜਾ ਕੇ ਜੀਵਾਂ ਨੂੰ ਲੱਭ ਲੱਭ ਕੇ ਕਿੱਥੇ ਕਿੱਥੇ ਸਨ, ਉਹਨਾਂ ਸਾਰਿਆਂ ਦਾ ਉਧਾਰ ਕੀਤਾ ਜਿਹੜੇ ਖੁੰਝੇ ਹੋਏ ਸਨ। ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ, ਸਤਿਗੁਰੂ ਜੀ ਨੇ ਪਵਿੱਤਰ ਬਾਣੀ ਵਿੱਚ, ਜੇ ਕੋ ਗੁਰ 'ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਇਹ ਜਿਸ ਪਵਿੱਤਰ ਸਥਾਨ 'ਤੇ ਬੈਠੇ ਹੋਏ ਸਨ ਬਵੇਕੀ, ਬਵੇਕੀ ਪੁਰਸ਼ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਦਾ ਮਨ ਕਰਕੇ ਤਨ ਕਰਕੇ ਰੰਗਿਆ ਹੋਵੇ ਪਰਮੇਸ਼ੁਰ ਦੇ ਨਾਮ ਵਿੱਚ। ਮਨ ਤਨ ਰੰਗ ਰੱਤੇ ਰੰਗ ਏਕੇ, ਨਾਨਕ ਜਨ ਕੇ ਬਿਰਤ ਬਵੇਕੇ, ਇਹਨਾਂ ਦੀ ਬਿਰਤੀ ਬਵੇਕੀ ਸੀ। ਬਾਬਾ ਪ੍ਰੇਮ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ ਕਈ ਵਾਰੀ ਵਚਨ ਕਰਿਆ ਕਰਦੇ ਸਨ, ਬੈਠੇ ਬੈਠੇ ਸੇਵਾਦਾਰਾਂ ਨੂੰ ਕਹਿੰਦੇ ਵੀ ਜੇਲ੍ਹ ਦੇਖੀ ਆ ਤੁਸੀਂ? ਜੇਲ੍ਹ? ਕਹਿੰਦੇ ਦੇਖੀ ਆ ਜੀ। ਕਹਿੰਦੇ ਜੇਲ੍ਹ 'ਚੋਂ ਬੰਦਾ ਫਸਿਆ ਨਿਕਲ ਨਹੀਂ ਸਕਦਾ, ਆਪਣੇ ਆਪ ਨਹੀਂ ਨਿਕਲ ਸਕਦਾ ਜਿਹੜਾ ਜੇਲ੍ਹ 'ਚ ਫਸ ਜਾਵੇ। ਕਹਿੰਦੇ ਜੇਲ੍ਹ 'ਚੋਂ ਬੰਦਾ ਨਿਕਲ ਨਹੀਂ ਸਕਦਾ, ਇੱਦਾਂ ਹੀ ਬਾਬਾ ਜਵਾਲਾ ਸਿੰਘ ਜੀ ਦਾ ਨਾਮ ਲੈ ਕੇ ਕਹਿੰਦੇ ਭਾਵੇਂ ਕਰੋੜਾਂ ਹੀ ਦੁਨੀਆ ਉਹਨਾਂ ਨੂੰ ਕੋਈ
ਮਨ ਨੂੰ ਅਖੇੜਨ ਦਾ ਕੋਸ਼ਿਸ਼ ਕਰੇ, ਰੱਬ ਦੇ ਨਾਮ ਤੋਂ ਉਖੜਦੇ ਨਾ ਸੀ। ਇੱਦਾਂ ਖੁੱਭੇ ਹੋਏ ਸੀ ਪਰਮੇਸ਼ੁਰ ਦੀ ਭਗਤੀ ਦੇ ਵਿੱਚ। ਜਿੰਨਾ ਮਰਜ਼ੀ ਰੌਲਾ ਪੈਂਦਾ ਰਹੇ, ਨੇੜੇ ਮਸਤਾਨੇ ਦਵਾਨੇ ਰਹਿੰਦੇ ਸੀ, ਰੌਲਾ ਪੈ ਹੀ ਜਾਂਦਾ ਸੀ, ਪਰ ਪਰਮੇਸ਼ੁਰ ਦੇ ਨਾਮ ਵਿੱਚ ਖੁੱਭੇ ਹੋਏ, ਕਹਿੰਦੇ ਉਹਨਾਂ ਨੂੰ ਕੋਈ ਅਖੇੜ ਨਹੀਂ ਸਕਦਾ ਸੀ। ਉਹਨਾਂ ਪੁਰਸ਼ਾਂ ਦੀ ਸੰਗਤ ਕਰਕੇ ਫਿਰ ਜੇ ਕੋਈ ਗੁਰ 'ਤੇ ਬੇਮੁੱਖ ਹੋਵੇ, ਬੇਮੁੱਖ ਹੋਏ ਰਾਮ 'ਤੇ, ਲੱਗਣ ਜਨਮ ਵਿਯੋਗ, ਜਨਮਾਂ ਦੇ ਵਿਯੋਗ ਲੱਗ ਜਾਂਦੇ, ਪਤਾ ਨਹੀਂ ਕਿੰਨੇ ਜਨਮ ਲੱਗ ਜਾਣ, ਕਿੱਥੇ ਜਾ ਕੇ ਪਾਰ ਉਤਾਰਾ ਹੋਵੇ, ਕਦੋਂ ਜਾ ਕੇ ਮਿਲੇ ਪਰਮੇਸ਼ੁਰ ਨੂੰ, ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਬਿਚਾਈ, ਕੋਈ ਮਿਲਾ ਦੇ ਵੇ ਆ ਕੇ, ਫਿਰ ਉਹਨੂੰ ਜਾ ਕੇ ਬੇਮੁੱਖ ਹੋਇਆ ਪੁਰਖ, ਫਿਰ ਮਿਲਣਾ ਰੱਬ ਹੀ ਕਿਰਪਾ ਕਰੇ ਤਾਂ ਮੁੜ ਕੇ ਮਿਲ ਲਵੇ। ਮੂਲੇ ਨੂੰ ਗੁਰੂ ਨਾਨਕ ਸਾਹਿਬ ਹੀ ਉਹਨੇ ਮਿਲਿਆ ਮੁੜ ਕੇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹ ਵੀ ਬਚਨ ਹੋ ਗਿਆ, ਕਹਿਣ ਲੱਗੇ ਇਹਨੂੰ ਦਸਵੇਂ ਜਾਮੇ 'ਚ ਬਖਸ਼ ਦੇਵਾਂਗੇ, ਅੰਤ ਸਮੇਂ ਨੂੰ ਸਾਡਾ ਦਰਸ਼ਨ ਹੋ ਗਿਆ। ਮੂਲਾ ਬੋਲ ਤਾਂ ਸਕਦਾ ਨਹੀਂ ਸੀ, ਮੂੰਹ 'ਚੋਂ ਚੱਗ ਜਾਂਦੀ ਸੀ, ਹਲੇ ਜੀਂਦਾ ਸੀ, ਦਰਸ਼ਨ ਕਰ ਲਏ ਗੁਰੂ ਨਾਨਕ ਸਾਹਿਬ ਦੇ। ਇੰਨਾ ਫਾਇਦਾ ਹੋ ਗਿਆ ਕਿ ਬੇਮੁੱਖ ਹੋਏ ਰਾਮ 'ਤੇ, ਲੱਗਣ ਜਨਮ ਵਿਯੋਗ, ਬਹੁਤੇ ਜਨਮ ਨਹੀਂ ਲੱਗੇ। 200 ਸਾਲ ਦੇ ਵਿੱਚ ਕਿੰਨੇ ਕੁ ਜਨਮ ਲੱਗ ਜਾਂਦੇ, 5-4 ਜਨਮ ਲੱਗ ਜਾਂਦੇ, 200 ਸਾਲ 'ਚ 6 ਲੱਗ ਜਾਂਦੇ, ਪਰ ਉਹ ਤਾਂ ਦੂਜੀਆਂ ਜੂਨਾਂ ਵਿੱਚ ਚਲੇ ਗਿਆ, ਫਿਰ ਉਹਨੂੰ ਜਾ ਕੇ ਸਮਾਂ ਲੱਗ ਗਿਆ। ਲੱਗਣ ਜਨਮ ਵਿਯੋਗ, ਖਿਨਮੈ ਹੋੜ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਕ ਪਦਾਰਥਾਂ ਦੇ ਸੁੱਖ ਨੇ, ਬੰਦਾ ਮੰਜੇ 'ਤੇ ਬਿਮਾਰ ਲੰਮਾ ਪੈ ਜਾਵੇ, ਉਹਨੂੰ ਲਿਆ ਕੇ ਸੋਨਾ ਉਹਦੇ ਮੂਹਰੇ ਰੱਖ ਦਿਓ, ਕਹਿੰਦਾ ਮੈਨੂੰ ਨਹੀਂ ਚੰਗਾ ਲੱਗਦਾ। ਪਦਾਰਥ ਚੰਗੇ ਤੋਂ ਚੰਗੇ ਕੀਮਤੀ ਲਿਆ ਕੇ ਬੰਦੇ ਦੇ ਮੂਹਰੇ ਰੱਖ ਦਿਓ, ਕਹਿੰਦਾ ਮੈਨੂੰ ਚੰਗੇ ਨਹੀਂ ਲੱਗਦੇ। ਕੱਪੜੇ ਸੁੰਦਰ ਅਤੇ ਸੁੰਦਰ ਪੁਸ਼ਾਕਾਂ ਲਿਆ ਕੇ ਬੰਦੇ ਦੇ ਮੂਹਰੇ ਰੱਖ ਦਿਓ, ਉਹਦੇ ਕੰਨ ਵਿੱਚ ਕਹੋ ਤੇਰਾ 2-4 ਕਰੋੜ ਰੁਪਈਆ ਜਮ੍ਹਾਂ ਪਿਆ, ਉਹ ਕਹਿੰਦਾ ਮੈਨੂੰ ਨਹੀਂ ਚੰਗਾ ਲੱਗਦਾ। ਮੰਜੇ 'ਤੇ ਸਰੀਰ ਪਿਆ ਹੋਵੇ, ਕੁਛ ਨਹੀਂ ਚੰਗਾ ਲੱਗਦਾ। ਇੱਕ ਛਿੰਨ ਦੇ ਵਿੱਚ ਸਾਰੇ ਕੌੜੇ ਲੱਗਣ ਲੱਗ ਜਾਂਦੇ। ਖਿਨਮੈ ਕੌੜੇ ਹੋਏਗਾ ਜਿਤੜੇ ਮਾਇਆ ਭੋਗ। ਬਹੁਤਾ ਲੰਮਾ ਟਾਈਮ ਨਹੀਂ, ਇਹ ਤਾਂ ਸਰੀਰ ਦੀ ਤੰਦਰੁਸਤੀ ਨਾਲ ਹੀ ਸਾਰੇ ਸੁੱਖ ਹੈ। ਜੇ ਬਿਮਾਰ ਹੋ ਜਾਵੇ, ਡਾਕਟਰ ਕਹਿੰਦੇ ਘੇ ਨਹੀਂ ਖਾਣਾ, ਇਹ ਚੀਜ਼ ਨਹੀਂ ਖਾਣੀ, 20 ਚੀਜ਼ਾਂ ਖਾਣ ਤੋਂ ਰੋਕੀਆਂ ਅਮੀਰ ਆਦਮੀ ਨੂੰ। ਗਰੀਬ ਆਦਮੀ ਸਾਰਾ ਕੁਛ ਖਾਈ ਜਾਂਦਾ, ਅਮੀਰ ਨੂੰ ਫਿਰ ਕਾਹਦੀ ਅਮੀਰੀ ਹੈ? ਮਨ ਮਰਜ਼ੀ ਨਾਲ ਖਾ ਨਹੀਂ ਸਕਦਾ, ਮਨ ਮਰਜ਼ੀ ਨਾਲ ਬਹਿ ਨਹੀਂ ਸਕਦਾ, ਮਨ ਮਰਜ਼ੀ ਨਾਲ ਆਪਣੀ ਮਨ ਮਰਜ਼ੀ ਨਹੀਂ ਕਰ ਸਕਦਾ, ਉਹਨੂੰ ਸੁੱਖ ਨਹੀਂ ਹੈ। ਤਾਂ ਸਤਿਗੁਰੂ ਜੀ ਨੇ ਬੜਾ ਸੁੰਦਰ ਬਚਨ, ਪਵਿੱਤਰ ਬਚਨ ਲਿਖਿਆ, ਖਿਨਮੈ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ। ਸਿਆਣੇ ਪੁਰਸ਼ ਕਹਿੰਦੇ ਵੀ ਅਖੀਰ ਵੇਲੇ ਰਹਿਣੇ ਨਹੀਂ ਹੈ, ਗਾਹਾਂ ਕੋ ਅੱਗਾ ਸਵਾਰ ਲਈਏ, ਵਿੱਚ ਨਾ ਕੋਈ ਕਰ ਸਕੇ ਕਿਸ਼ਤੇ ਰੋਵੇ ਰੋਜ਼। ਜੇ ਕੋਈ ਕਹੇ ਵਿੱਚ ਵਿਚੋਲਾ ਬਣ ਕੇ ਮੈਂ ਕੁਛ ਕਰ ਲਵਾਂ, ਵਿੱਚ ਨਾ ਕੋਈ ਕਰ ਸਕੇ, ਇਹਦੇ ਵਿੱਚ ਕੋਈ ਦਖਲ ਦੇਵੇ। ਮਹਾਤਮਾ ਲੋਕ ਵੀ ਜਦ ਦਖਲ ਦਿੰਦੇ, ਉਹਦਾ ਕਰਮ ਆਪਣੇ ਸਰੀਰ 'ਤੇ ਚੱਕਦੇ ਆ, ਉਹਦਾ ਕਰਮ ਆਪਣੇ ਸਰੀਰ 'ਤੇ ਚੱਕਦੇ ਆ। ਇਹ ਜਿਹੜਾ ਰੂਸ ਅਮਰੀਕਾ ਨੇ ਬੰਬ ਇਕੱਠੇ ਕੀਤੇ ਹੋਏ ਸੀ, ਮਹਾਂਪੁਰਖਾਂ ਨੇ ਆਪਣੇ ਸਰੀਰ 'ਤੇ ਚੱਕੇ। 1 ਮਹੀਨੇ ਤੋਂ ਜ਼ਿਆਦਾ ਲੰਮਾ ਸਮਾਂ ਸਰੀਰ ਢਿੱਲਾ ਰਿਹਾ, ਔਰ ਬਾਬਾ ਗੁਰਬਚਨ ਸਿੰਘ ਜੀ ਨੇ ਬਾ ਕੇ ਵਚਨ ਕੀਤਾ ਸੀ, ਮਹਾਰਾਜ ਕਿੰਨੀ ਕੁ ਤਕਲੀਫ ਹੈ ਜੀ, ਕਹਿੰਦੇ ਗੁਰਬਚਨ ਸਿਆਂ, ਸਾਰੇ ਹਿੰਦੁਸਤਾਨ ਨੂੰ ਇੰਨੀ ਵੰਡ ਕੇ ਦੇ ਦਈਏ, ਤੜਪ ਤੜਪ ਕੇ ਮਰ ਜਾਣਗੇ ਸਾਰੇ। ਉਹ ਆਪਣਿਆਂ ਸਰੀਰਾਂ 'ਤੇ ਚੱਕਦੇ ਆ, ਵਿੱਚ ਵਿਚਾਲੇ ਹੋਰ ਕੋਈ ਨਹੀਂ, ਉਹ ਕਰਮ ਨੂੰ ਆਪਣਿਆਂ ਸਰੀਰਾਂ 'ਤੇ। ਇਹਨਾਂ ਤਾਂ ਹੀ ਕਿਹਾ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ 'ਤੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਦਿਨ ਰਾਤ ਬੈਠਣਾ ਹੀ ਨਹੀਂ, ਦਿਨ ਰਾਤ ਲੱਗੇ ਰਹਿਣਾ ਪ੍ਰਭੂ ਭਗਤੀ ਵਿੱਚ, ਸੌਣਾ ਨਹੀਂ ਹੈ, ਕੇਸਾਂ ਨੂੰ ਬੰਨ੍ਹ ਬੰਨ੍ਹ ਕੇ, ਕਦੀ ਧੁੱਪੇ ਘੁੰਮ ਘੁੰਮ ਕੇ, ਠੰਡੇ ਪਾਣੀ 'ਚ ਬਹਿ ਬਹਿ ਕੇ, ਇੰਨੀ ਕਠਿਨ ਤਪੱਸਿਆ ਕਰਕੇ ਦੁਨੀਆਂ ਦੇ ਭਲੇ ਵਾਸਤੇ ਕੀਤੀ ਹੈ। ਇਹ ਵਿੱਚ ਵਿਚਾਲੇ ਵੜ ਕੇ ਉਹਨੂੰ ਕਰਮ ਨੂੰ ਆਪਣੇ 'ਤੇ ਲੈ ਲੈਣ ਤਾਂ ਵੱਖਰੀ ਗੱਲ ਹੈ, ਕਿ ਦੁਨੀਆਂ ਦਾ ਹੋਰ ਬੰਦਾ ਨਹੀਂ ਇਹਦੇ ਵਿੱਚ ਵੜ ਸਕਦਾ, ਕਿ ਜਿਹਨੂੰ ਮਰਜ਼ੀ ਰੋਣਾ ਸੁਣਾਈ ਜਾਵੇ ਮੁੱਕ ਨਹੀਂ ਸਕਦਾ। ਵਿੱਚ ਨਾ ਕੋਈ ਕਰ ਸਕੇ ਕਿਸ਼ਤੇ ਰੋਵੇ ਰੋਜ਼, ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਯੋਗ, ਕੀਤਾ ਕੁਛ ਹੋ ਨਹੀਂ ਸਕਦਾ, ਜੋ ਪਿੱਛੇ ਲਿਖਿਆ ਸੀ ਉਹੀ ਕੁਛ ਵਰਤਦਾ। ਲਿਖਿਆ ਵੱਡ ਭਾਗੀ ਮੇਰਾ ਬ੍ਰਾਹਮਣੇ ਤਾਂ ਉਤਰੇ ਸਭ ਵਿਯੋਗ, ਵੱਡਿਆਂ ਭਾਗਾਂ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਜਾਂ ਪਰਮੇਸ਼ੁਰ ਦੇ ਪਿਆਰਿਆਂ ਦੀ ਸੰਗਤ ਹੁੰਦੀ ਹੈ, ਪਰਮੇਸ਼ੁਰ ਦੇ ਪਿਆਰਿਆਂ ਨੂੰ ਬੰਦਾ ਮਿਲਦਾ, ਉਹਦੇ ਪਿਆਰਿਆਂ ਨੂੰ ਮਿਲ ਕੇ ਆਪੇ ਪਰਮੇਸ਼ੁਰ ਉੱਥੇ ਤੱਕ ਮਨੁੱਖ ਪਹੁੰਚ ਜਾਂਦਾ ਹੈ ਉਹਨਾਂ ਦੀ ਸੰਗਤ ਕਰਕੇ। ਵੱਡ ਭਾਗੀ ਮੇਰਾ ਪ੍ਰਭ ਮਿਲੇ, ਬਹੁਤ ਵੱਡੇ ਭਾਗ ਹੋਣ ਤਾਂ ਉਤਰੇ ਸਾਹਿਬ ਉਤਰੇ ਸਭ ਵਿਯੋਗ, ਬਡਭਾਗੀ ਮੇਰਾ ਪ੍ਰਭ ਉਤਰੇ ਸਭ ਵਿਯੋਗ, ਨਾਨਕ ਉਹ ਪ੍ਰਭ ਰੱਖ ਲਏ ਮੇਰੇ ਸਾਹਿਬ ਬੰਦੀ ਮੋਚ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ, ਬੰਧਨਾਂ ਨੂੰ ਮੁਕਤ ਕਰਨ ਵਾਲੇ
ਤੁਸੀਂ ਬੰਧਨਾਂ ਤੋਂ ਛੁਡਾ ਸਕਦੇ ਹੋ। ਸਾਹਿਬ ਬੰਦੀ ਮੋਚ ਮਹਾਰਾਜ, ਤੁਸੀਂ ਅਨੇਕਾਂ ਬੰਧਨ ਦੁਨੀਆ ਦੇ ਕੱਟ ਦਿੱਤੇ, ਜਿਹੜਾ ਜਿਹੜਾ ਭਗਤ ਨੂੰ ਜ਼ਰੂਰਤ ਪਈ ਉਹਨਾਂ ਦੇ ਬੰਧਨ ਕੱਟ ਦਿੱਤੇ ਤੁਸੀਂ। ਸਾਹਿਬ ਬੰਦੀ ਮੋਚ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ, ਸਾਡੇ ਵੀ ਬੰਧਨ ਕੱਟਦੇ ਹੋ। ਕੱਤਕ ਹੋਵੇ ਸਾਧ ਸੰਗ, ਉਪਦੇਸ਼ ਬਖਸ਼ਿਆ ਕੱਤਕ ਮਹੀਨੇ ਵਿੱਚ ਕਿਸੇ ਨੂੰ ਸਾਧੂ ਦੀ ਸੰਗਤ ਮਿਲ ਜਾਵੇ, ਮਤ ਭੁਲੇਖਾ ਰਹਿ ਜਾਵੇ। ਅੱਜ ਬਹੁਤ ਦੁਨੀਆ ਇਸ ਗੱਲ ਤੋਂ ਦੂਰ ਹੋਈ ਪਈ ਹੈ ਵੀ ਸਾਧੂ ਤੋਂ ਕੁਛ ਨਹੀਂ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਇਹ ਸ਼ਬਦ ਦਾ ਕੀ ਅਰਥ ਕਰਨਗੇ, ਕੱਤਕ ਹੋਵੇ ਸਾਧ ਸੰਗ, ਕੱਤਕ ਮਹੀਨੇ ਵਿੱਚ ਸਾਧੂ ਦੀ ਸੰਗਤ ਮਿਲ ਜਾਵੇ। ਤਾਂ ਕੱਤਕ ਹੋਵੇ ਬਿਨਸੈ ਸਭੇ ਸੋਚ, ਜਿਹੜੀ ਮਨੁੱਖ ਦੀ ਅੰਦਰ ਸੋਚ ਹੈ ਖਤਮ ਹੋ ਜੂ, ਕਿਉਂਕਿ ਸਾਰਾ ਜੁੰਮਾ ਹੀ ਪਰਮੇਸ਼ੁਰ ਨੇ ਚੱਕ ਲਿਆ, ਸਾਰਾ ਜੁੰਮਾ ਹੀ ਸਾਧੂ ਨੇ ਚੱਕ ਲਿਆ। ਉਹ ਕਹਿੰਦਾ ਤੂੰ ਮੇਰੇ 'ਤੇ ਛੱਡ ਦੇ, ਮੈਂ ਆਪੇ ਹੀ ਦੇਖ ਲੂੰ। ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਜਿਦੇਸ਼ਟਰ ਨੂੰ, ਕਹਿੰਦੇ ਜਿਦੇਸ਼ਟਰ ਮੂੰਹ ਤੋਂ ਇੱਕ ਵਾਰ ਬੋਲ ਕੇ ਕਹਿ ਦੇ ਅਸ਼ਵਥਾਮਾ ਮਰ ਗਿਆ। ਜਿਦੇਸ਼ਟਰ ਕਹਿੰਦਾ ਮਹਾਰਾਜ ਝੂਠ ਆ ਜੀ, ਇਹ ਝੂਠ ਆ। ਕਹਿੰਦੇ ਤੂੰ ਬੋਲਦੇ, ਕਹਿੰਦਾ ਮਹਾਰਾਜ ਝੂਠ ਮੈਂ ਤਾਂ ਬੋਲਣਾ ਨਹੀਂ, ਪਾਪ ਹੈ। ਭਗਵਾਨ ਕਹਿੰਦੇ ਪਾਪ ਮੇਰੇ 'ਤੇ ਛੱਡ ਦੇ, ਤੂੰ ਬੋਲਦੇ ਤੂੰ ਕੱਚ ਅਸ਼ਵਥਾਮਾ ਮਰ ਗਿਆ। ਭਗਵਾਨ ਨੇ ਉਹ ਪਾਪ ਆਪਣੇ ਸਿਰ 'ਤੇ ਲੈ ਲਿਆ, ਕਹਿੰਦੇ ਤੂੰ ਮੇਰੇ 'ਤੇ ਛੱਡ ਦੇ ਪਾਪ, ਤੂੰ ਬੋਲ ਦੇ ਇੱਕ ਵਾਰੀ। ਯੁਧਿਸ਼ਠਿਰ ਨੇ ਬੋਲਣਾ ਸੀ, ਦਰੋਣਾਚਾਰਿਆਂ ਨੇ ਸ਼ਸਤਰ ਸੁੱਟ ਦਿੱਤੇ। ਭਗਵਾਨ ਨੇ ਉਹਨਾਂ ਦੀ ਜਿੱਤ ਕਰਾਉਣ ਵਾਸਤੇ, ਸੱਚ ਨੂੰ ਬਚਾਉਣ ਵਾਸਤੇ ਮਰਜ਼ਾਦਾ ਸਾਰੀਆਂ ਭੰਗ ਕਰ ਦਿੱਤੀਆਂ। ਯੁਧਿਸ਼ਠਿਰ ਤੋਂ ਝੂਠ ਬੁਲਾ ਦਿੱਤਾ। ਯੁਧਿਸ਼ਠਿਰ ਨੇ ਕਹਿ ਤਾ ਅਸ਼ਵਥਾਮਾ ਹੁਤੋ ਨਰੋ ਕੁੰਚਰੋ, ਪਤਾ ਨਹੀਂ ਨਰ ਹੈ ਕੁੰਚਰ ਹੈ, ਪਤਾ ਨਹੀਂ ਹਾਥੀ ਹੈ ਕਿ ਬੰਦਾ, ਮੈਂ ਤਾਂ ਅਸ਼ਵਥਾਮਾ ਮਰ ਗਿਆ। ਇਹਨਾਂ ਦਾ ਪਾਂਡਵਾਂ ਦਾ ਹਾਥੀ ਦਾ ਨਾਂ ਸੀ ਅਸ਼ਵਥਾਮਾ, ਮਰਿਆ ਹਾਥੀ ਸੀ। ਯੁਧਿਸ਼ਠਿਰ ਤੋਂ ਕਹਾ ਦਿੱਤਾ, ਦਰੋਣਾਚਾਰਜ ਕਹਿੰਦਾ ਜਿੰਨਾ ਜੇ ਯੁਧਿਸ਼ਠਿਰ ਨਹੀਂ ਕਹਿੰਦਾ ਮੈਂ ਮੰਨਦਾ ਨਹੀਂ ਹੈ। ਯੁਧਿਸ਼ਠਿਰ ਨੇ ਕਹਿ ਦਿੱਤਾ, ਭਗਵਾਨ ਕਹਿੰਦੇ ਬੋਲਦੇ ਯੁਧਿਸ਼ਠਿਰ ਉੱਚੀ ਦਾਣੀ ਕਹਿ ਦੇ ਅਸ਼ਵਥਾਮਾ ਮਰ ਗਿਆ। ਕਹਿੰਦਾ ਮਹਾਰਾਜ ਪਾਪ ਹੀ ਆ ਜੀ। ਕਹਿੰਦੇ ਪਾਪ ਮੇਰੇ 'ਤੇ ਛੱਡ ਦੇ, ਕਹਿ ਦੇ। ਸਾਰੀਆਂ ਮਰਜ਼ਾਦਾ ਭੰਗ ਕਰਕੇ ਦਰੋਣਾਚਾਰ ਨੇ ਸ਼ਸਤਰ ਸੁੱਟ ਦਿੱਤੇ, ਮਾਰ ਦਿੱਤਾ ਜਿਹੜਾ ਦਰੋਣਾਚਾਰਜ, ਔਰ ਸਿੱਖਿਆ ਜਿਹਦੇ ਤੋਂ ਸਾਰੀ ਪਾਂਡਵਾਂ ਨੇ ਸਿੱਖੀ ਸੀ ਉਹਨੂੰ ਕਿੱਦਾਂ ਮਾਰ ਦੇਣਾ ਸੀ ਉਹਨੇ, ਉਹਨੂੰ ਮਾਰ ਦਿੱਤਾ ਭਗਵਾਨ ਨੇ। ਸੋ ਸਾਧ ਸੰਗਤ, ਇਹ ਮਹੀਨਾ ਕੱਤਕ ਦਾ, ਸਾਰੀ ਸੰਗਤ ਤੁਸੀਂ ਆਏ ਹੋ ਇਸ ਮਹੀਨੇ ਵਿੱਚ, ਉਹ ਪਵਿੱਤਰ ਸਰੀਰ, ਇਸ ਮਹੀਨੇ ਵਿੱਚ ਉਹਨਾਂ ਨੇ ਸੱਚਖੰਡ ਨੂੰ ਜਾਣਾ ਕੀਤਾ। ਅਗਲੀ ਸੰਗਰਾਂਦ ਤੋਂ ਪਹਿਲਾਂ ਉਹਨਾਂ ਦੀ ਬਰਸੀ ਸੰਗਤ ਮਨਾਉਂਦੀ ਆ, ਪਿਆਰ ਵਾਲੇ ਮਨਾਉਂਦੇ। ਉਹਨਾਂ ਨੇ ਤਾਂ ਕਿਹਾ ਸੀ ਸਾਡੀ ਬਰਸੀ ਨਾ ਮਨਾਇਓ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਕਿਹਾ ਸੀ ਸਾਡਾ ਕੋਈ ਯਾਦ ਨਾ ਬਣਾਇਓ, ਸਾਡੀ ਕੋਈ ਯਾਦਗਾਰ ਨਾ ਬਣਾਇਓ। ਇਹਨਾਂ ਨੇ ਵੀ ਕਹਿ ਦਿੱਤਾ ਸੀ ਸਾਡੀ ਕੋਈ ਯਾਦ ਨਾ ਬਣਾਇਓ, ਸਾਡਾ ਕੋਈ ਦਿਨ ਨਾ ਮਨਾਇਓ, ਸਾਡੇ ਨਿਮਿੱਤ ਕੋਈ ਅਖੰਡ ਪਾਠ, ਕੋਈ ਪਾਠ ਸਾਡੇ ਨਿਮਿੱਤ ਨਾ ਕਰਾਇਓ। ਅਸੀਂ ਜੋ ਕਰਨਾ ਸੀ ਅਸੀਂ ਆਪਣਾ ਕਰ ਚੱਲੇ ਹਾਂ, ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਫਿਰ ਸੇਵਾਦਾਰ ਉਹਨਾਂ ਦੇ ਬਹੁਤ ਜਿਹੜੇ ਪਿਆਰ ਵਾਲੇ ਸਨ, ਉਹਨਾਂ ਨੇ ਕਿਹਾ ਸਾਨੂੰ ਮਹਾਂਪੁਰਸ਼ਾਂ ਦਾ ਵਚਨ ਹੈ, ਅਸੀਂ ਦਿਨ ਮਨਾਉਣਾ ਨਹੀਂ ਹੈ। ਉਹਨਾਂ ਨੇ ਫਿਰ ਮਨਾਇਆ ਨਹੀਂ ਦਿਨ, ਸੰਗਤਾਂ ਆ ਗਈਆਂ ਪ੍ਰੇਮ ਵਾਲੀਆਂ ਉਸੇ ਦਿਨ 'ਤੇ, ਇਕੱਠੀਆਂ ਹੋ ਗਈਆਂ। ਇੱਕ ਸਾਲ ਦੋ ਸਾਲ ਸੰਗਤ ਆਉਂਦੀ ਰਹੀ। ਫਿਰ ਸੇਵਾਦਾਰਾਂ ਨੇ ਵਿਚਾਰ ਕੀਤਾ ਸੰਗਤ ਆਉਂਦੀ, ਲੰਗਰ ਤਾਂ ਵਰਤਾਉਣਾ ਹੀ ਪੈਂਦਾ, ਦੀਵਾਨ ਵੀ ਲਾ ਲਓ, ਰੱਬ ਦੀ ਸਿਫਤ ਸਲਾਹ ਕਰ ਲਵਾਂਗੇ। ਬਣਾਉਣੀ ਸ਼ੁਰੂ ਹੋਈ, ਦੇਸਾਂ ਵਿਦੇਸਾਂ ਤੋਂ ਦੁਨੀਆ ਚੱਲ ਕੇ ਉਹਨਾਂ ਦੀ ਉਸ ਪਵਿੱਤਰ ਦਿਨ 'ਤੇ ਹਾਜ਼ਰੀ ਦਰਗਾਹ ਵਿੱਚ ਲਵਾਉਣ ਵਾਸਤੇ ਆਉਂਦੇ ਆ। ਬੜੀ ਬੜੀ ਦੁਨੀਆ ਦੂਰੋਂ ਤੋਂ, ਸਾਰਾ ਮਾਝਾ ਮਾਲਵਾ ਦੁਆਬਾ ਦੇਸਾਂ ਵਿਦੇਸਾਂ ਤੋਂ ਉਹਨਾਂ ਦੇ ਸ਼ਰਧਾਲੂ ਆ ਕੇ ਲੰਗਰ ਲਾਉਂਦੇ ਆ, ਇੱਥੇ ਸੇਵਾ ਕਰਦੇ ਆ। ਕੋਈ ਝਾੜੂ ਫੇਰਦਾ, ਕੋਈ ਕੁਛ ਕਰਦਾ, ਕੋਈ ਪਦਾਰਥ ਲਿਆਉਂਦਾ, ਕੋਈ ਵਰਤਾਉਂਦਾ, ਆਪਣੀਆਂ ਆਪਣੀਆਂ ਡਿਊਟੀਆਂ 'ਤੇ ਖੜ੍ਹੇ ਹੋ ਕੇ ਉਹਨਾਂ ਦੀ ਯਾਦ ਮਨਾਉਂਦੇ ਆ। ਇਹ 13 ਤਰੀਕ ਹੈ, ਉਦਣ 12 ਤਰੀਕ ਨੂੰ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਹੈ। ਉਦਣ ਵੀ ਸਾਡੇ ਕੂਣੀ ਸਾਹਿਬ ਵੀ ਬਹੁਤ ਰਸ਼ ਹੁੰਦਾ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ 'ਤੇ, ਬਹੁਤ ਸਾਰੀ ਸੰਗਤ 12 ਤਰੀਕ ਨੂੰ ਉੱਥੇ ਜਾਵੇਗੀ। ਉੱਥੋਂ 12 ਤਰੀਕ ਰਾਤ ਨੂੰ ਇੱਥੇ ਦੀਵਾਨ ਸੱਜਣੇ ਸਾਰੀ ਰਾਤ, 13 ਤਰੀਕ ਨੂੰ ਉਹਨਾਂ ਦੀ ਦਾਦ ਵਿੱਚ ਫਿਰ ਪਾਠਾਂ ਦੇ ਭੋਗ ਸਵੇਰ ਨੂੰ ਪਾ ਕੇ ਸਾਰੀ ਦਿਨ ਦੀਵਾਨ ਲੱਗਣੇ ਆ। ਸੋ ਸਾਰੀ ਸੰਗਤ ਦਾ ਧੰਨਵਾਦ। ਰਾਗੀ ਟਾਡੀ ਕਵੀਸ਼ਰ ਆਏ ਆ, ਉਹਨਾਂ ਤੋਂ ਗੁਰੂ ਦਾ ਜਸ ਸਰਵਣ ਕਰ ਲਿਓ। ਹਜ਼ਾਰਾਂ ਰੁਪਈਆ ਲੈ ਕੇ ਰਾਗੀ ਟਾਡੀ ਆਉਂਦੇ ਆ, ਹਜ਼ਾਰਾਂ ਰੁਪਈਏ ਦੇਣੇ ਪੈਂਦੇ ਆ। ਇੱਥੇ ਪੈਸੇ ਲੈਣ ਨਹੀਂ ਆਉਂਦੇ, ਨਾ ਮਕਾ ਕੇ ਆਉਂਦੇ ਵੀ ਸਾਨੂੰ ਇੰਨੇ ਦਿਓ, ਕੋਈ ਕਰਕੇ ਨਹੀਂ ਲਿਆਂਦਾ। ਇਹ ਤਾਂ ਸਿਰਫ ਇੱਕ ਉਹਨਾਂ ਦੇ ਅਸਥਾਨ 'ਤੇ ਹਾਜ਼ਰੀ ਭਰਨ ਆਉਂਦੇ ਆ, ਹਾਜ਼ਰੀ ਲਾਉਣ ਆਉਂਦੇ ਆ, ਉਹਨਾਂ ਤੋਂ ਮਿਹਰ ਲੈਣ ਆਉਂਦੇ, ਬਖਸ਼ਿਸ਼ ਲੈਣ ਆਉਂਦੇ ਆ।
ਤਾਂ ਥੋੜ੍ਹਾ ਸਮਾਂ ਬੈਠ ਕੇ ਇਹਨਾਂ ਦੇ ਮੂੰਹ ਤੋਂ ਵੀ ਰੱਬ ਦੀ ਸਿਫਤ ਸਲਾਹ ਸੁਣ ਲਿਆ ਕਰੋ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।